ਪ੍ਰਾਈਮ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਕੁਟਕੂਰਾ ਪ੍ਰਵਾਸ ਲਗਾਤਾਰ ਵਧਦਾ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਪੰਜਾਬੀ ਲਗਾਤਾਰ ਵੱਖ-ਵੱਖ ਮੁਲਕਾਂ 'ਚ ਪ੍ਰਵਾਸ ਕਰ ਰਹੇ ਆ ਇੱਕ ਪਿਛਲੇ ਦਿਨੀ ਸ਼ਬਦ ਆਇਆ ਰਿਵਰਸ ਮਾਈਗ੍ਰੇਸ਼ਨ ਅੱਜ ਦਾ ਪੋਡਕਾਸਟ ਆਪਣਾ ਰਹੂਗਾ ਰਿਵਰਸ ਮਾਈਗ੍ਰੇਸ਼ਨ ਦੇ ਉੱਤੇ ਮਾਈਗ੍ਰੇਸ਼ਨ ਤੇ ਵੀ ਗੱਲ ਕਰਾਂਗੇ ਤੇ ਉਹਦੇ ਕੀ ਕੀ ਇਫੈਕਟ ਪੈ ਰਹੇ ਆ ਪੰਜਾਬ ਤੇ ਉਹਦੇ ਤੇ ਵੀ ਗੱਲ ਕਰਾਂਗੇ ਤੇ ਰਿਵਰਸ ਮਾਈਗ੍ਰੇਸ਼ਨ ਤੇ ਵੀ ਗੱਲ ਕਰਾਂਗੇ ਸਾਡੇ ਨਾਲ ਰਹਿਣਗੇ ਡਾਕਟਰ ਸੇਵਕ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਹਾਂ ਜੀ ਵਧੀਆ ਵੀਰੇ ਜੀ ਜਿਵੇਂ ਮੈਂ ਗੱਲ ਕੀਤੀ ਆ ਵੀ ਪ੍ਰਵਾਸ ਬਹੁਤ ਵੱਡੇ ਪੱਧਰ ਤੇ ਹੋਇਆ ਉਹਦੇ ਇਫੈਕਟਸ ਵੀ ਹਨਾ ਆਪਾਂ ਜੇ ਗੱਲ ਕਰ ਲਈਏ ਪੰਜਾਬ ਤੇ ਬਹੁਤ ਵੱਡੇ ਪ੍ਰਭਾਵ ਖਾਸ ਕਰ ਤਾਂ ਜਿਹੜਾ ਡੈਮੋਗ੍ਰਾਫੀ ਦੇ ਉੱਤੇ ਹਨਾ ਜੇ ਆਪਾਂ ਵੇਖੀਏ ਕਲਚਰ ਦੇ ਉੱਤੇ ਵੇਖੀਏ ਪਰ ਨਾਲ ਦੀ ਨਾਲ ਆ ਪਿਛਲੇ ਦਿਨੀ ਇੱਕ ਸ਼ਬਦ ਆਇਆ ਰਿਵਰਸ ਮਾਈਗ੍ਰੇਸ਼ਨ ਜੀ ਕੁਝ ਨੌਜਵਾਨ ਆਏ ਵੀ ਕੁਝ ਕਹਿੰਦੇ ਅਸੀਂ ਮੁੜਨਾ ਚਾਹੁੰਦੇ ਆਂ ਮੁੜਿਆ ਨਹੀਂ ਜਾਂਦਾ ਕਿਵੇਂ ਦੇਖਦੇ ਹਾਂ ਸਾਰੇ ਵਰਤਾਰੇ ਨੂੰ ਦੇਖੋ ਤੁਸੀਂ ਤਿੰਨ ਚਾਰ ਗੱਲਾਂ ਕਰੀਆਂ ਇਹਦੇ ਜਿਵੇਂ ਹਾਂ ਹਾਂ ਇਹ ਕਿਤੇ ਹੈ ਕਿ ਜਿਹੜੇ ਸਭ ਤੋਂ ਜਿਹੜਾ ਜਿਆਦਾ ਆਮ ਹੈ ਬਾਹਰ ਜਾਣ ਵਾਲੇ ਬੰਦਿਆਂ 'ਚ ਹੂੰ ਉਹ ਇਹੀ ਹੈ ਕਿ ਉਹ ਮੁੜਨਾ ਚਾਹੁੰਦੇ ਆਂ ਹੂੰ ਇਹ ਮੈਂ ਬਹੁਤ ਜਿਆਦੇ ਬੰਦੇ ਦੇਖੇ ਸਾਡੇ ਤੁਸੀਂ ਤੁਸੀਂ ਵੀ ਦੇਖਿਆ ਹੁਣ ਮੈਂ ਵੀ ਦੇਖਿਆ ਹਾਂ ਹਾਂ ਕੁਝ ਕੁਝ ਬੰਦੇ ਕਾ ਜਿਹੜਾ ਕੱਲਾ ਕਹਿ ਰਿਹਾ ਬੰਦਾ ਉਹ ਚਿਰ ਤੋਂ ਹੀ ਮੁੜਦੇ ਆਉਂਦੇ ਹਾਂ ਜਿਹੜਾ ਹੁਣ ਇਹ ਕਿ ਹੁਣ ਗੱਲ ਹੋਣ ਲੱਗੀ ਹੈ ਉਹ ਮੇਰੇ ਖਿਆਲ ਚ ਪਹਿਲਾਂ ਜਿਹੜਾ ਜਾਣਾ ਉਹ ਇੰਨਾ ਜਿਆਦਾ ਗਲਤ ਜਾਂ ਬੇੜੋੜੇ ਤਰੀਕੇ ਨਾਲ ਹੋ ਗਿਆ ਕਿ ਉਹਦਾ ਹੁਣ ਕਿਤੇ ਨਾ ਕਿਤੇ ਜਾ ਕੇ ਉਹਦਾ ਮੋੜਾ ਪੈਣਾ ਜ਼ਰੂਰੀ ਹੈ ਜੇ ਅਸੀਂ ਆਪਣੇ ਆਪ ਨੂੰ ਇੱਕ ਜਉਂਦੇ ਤੇ ਜੁੜੇ ਹੋਏ ਲੋਕਾਂ ਚ ਰੱਖਣਾ ਚਾਹੀਏ ਜਿਵੇਂ ਫੈਕਟਸ ਦੀ ਗੱਲ ਕਰ ਰਹੇ ਸੀ ਹਨਾ ਕਈ ਪ੍ਰਭਾਵ ਪਏ ਕਈ ਜਿਵੇਂ ਆਪਾਂ ਕਈ ਆਮ ਜਿਹੜੇ ਦਿਖਤੇ ਨੇ ਕਈ ਉਹ ਪ੍ਰਭਾਵ ਪਏ ਜਿਹੜੇ ਦਿਖਦੇ ਨੇ ਜਿਹੜੇ ਨਹੀਂ ਦਿਖਦੇ ਉਹ ਕਿਹੜੇ ਪ੍ਰਭਾਵ ਨੇ ਜਿਵੇਂ ਕੀ ਲੱਗਦਾ ਤੁਹਾਨੂੰ ਜਾਂ ਦੇ ਬੋਲੀ ਦੇ ਪੱਖ ਤੋਂ ਜਾਂ ਇਤਿਹਾਸਿਕ ਥਾਂ ਦੇ ਜੁੜੇ ਰਹਿਣ ਦੇ ਪੱਖ ਤੋਂ ਬਣਦੀ ਹੁੰਦੀ ਹੈ ਠੀਕ ਉਸ ਪੱਖ ਤੋਂ ਆਪਾਂ ਨੂੰ ਪਤਾ ਕਿ ਜਦੋਂ ਵੀ ਕੋਈ ਕਿਸ ਤਰ੍ਹਾਂ ਦੀ ਬਲ ਵਾਪਰ ਦੀ ਇਹ ਤਰ੍ਹਾਂ ਦੀ ਕਿਸੇ ਸਮਾਜ ਦੇ ਵਿੱਚ ਗੈਰ ਜ਼ਰੂਰੀ ਤਿੱਕੇ ਦੀ ਕੋਈ ਜਾਣ ਦੀ ਜਾਂ ਆਉਣ ਦੀ ਸਥਾਂ ਦੇ ਬੰਦਿਆਂ ਦੀ ਤਾਂ ਉਹ ਇੱਕ ਤਰ੍ਹਾਂ ਦਾ ਅਸਰ ਤਾਂ ਪੈਂਦਾ ਨਹੀਂ ਹੁੰਦਾ ਕਦੇ ਵੀ ਉਹ ਸਾਰੇ ਪਾਂਦੇ ਪੈਂਦਾ ਹੁੰਦੇ ਜਿਵੇਂ ਜਿਵੇਂ ਆਪਾਂ ਨੂੰ ਪਤਾ ਵੀ ਹੁਣ ਜੇ ਬੰਦੇ ਆਪਣੇ ਜਾ ਰਹੇ ਨੇ ਤਾਂ ਪਹਿਲੀ ਗੱਲ ਇਹ ਹੈ ਕਿ ਗਿਣਤੀ ਘਟਦਾ ਹਾਵਨ ਘਟਦੀ ਬੰਦਿਆਂ ਦੀ ਕਿਸ ਧਰਤੀ ਦੇ ਉੱਤੋਂ ਜਿਨੀਓ ਛੇਤੀ ਜਾ ਰਹੇ ਨੂੰ ਹਿਸਾਬ ਨਾਲ ਤੁਸੀਂ ਮੁੜ ਕੇ ਤੁਹਾਡੀ ਧਰਤੀ ਦੇ ਉੱਪਰ ਭਾਈ ਨਹੀਂ ਨਾ ਹੋ ਸਕਦੀ ਉਸ ਤਰ੍ਹਾਂ ਦੀ ਲੋਕਾਂ ਨੇ ਪਹਿਲਾਂ ਜਵਾਬ ਕਰ ਲੈ ਇਕੱਲੇ ਨੇ ਹੂੰ ਫਿਰ ਜਾਈ ਬਾਹਰ ਜਾਂਦੇ ਨੇ ਹੂੰ ਠੀਕ ਉਹ ਹੋ ਗਈ ਇਹਦੇ ਚ ਦੂਜਾ ਹੁੰਦਾ ਕਿ ਉੱਥੇ ਉਹ ਥਾਂ ਤੇ ਜਦੋਂ ਹੋਰ ਨਵੇਂ ਆਉਣ ਲੱਗੇ ਨੇ ਹੂੰ ਕੀ ਉਹ ਨਹੀਂ ਛੇਤੀ ਉਹਦੇ ਸਮਿਲਤ ਹੋਣਗੇ ਉਹ ਜੜਣਗੇ ਇਹ ਹੋ ਜਾਂਦਾ ਫਿਰ ਬੋਲੀ ਦਾ ਵੀ ਫਿਰ ਸਾਰੇ ਕਾਸੇ ਦਾ ਵੀ ਹੂੰ ਠੀਕ ਉਹ ਭਾਰ ਕੇ ਸਮਝਾਈ ਪੈਂਦਾ ਹਾਂ ਜਾਣ ਵਾਲਿਆਂ ਨੂੰ ਕਈ ਵਾਰੀ ਕੋਈ ਇੱਕ ਪੱਖ ਦੀ ਨਾ ਹੁੰਦਾ ਜਿਹੜੇ ਗੱਲ ਕਰਦੇ ਜਿਵੇਂ ਆਪਾਂ ਕਰ ਰਹੇ ਹਾਂ ਉਹਨਾਂ ਨੂੰ ਵੀ ਕੋਈ ਇੱਕ ਤਾਂ ਪੱਖ ਦੀ ਨਾ ਹੁੰਦਾ ਹੂੰ ਪੜੇ ਕੇ ਸਮੇਂ ਤੋਂ ਬਾਅਦ ਪਤਾ ਲੱਗਦਾ ਹੁੰਦਾ ਕਿ ਅਸਰ ਘਟਾ ਜਾਂ ਅਸਰ ਬਦਲਾ ਕਿੱਥੇ ਹੋਇਆ ਉਹ ਛੇਤੀ ਬੰਦੇ ਦੇ ਪਕੜ ਵਿੱਚ ਆਉਂਦਾ ਨਹੀਂ ਹੁੰਦਾ ਇਦਾਂ ਆਪਾਂ ਨੂੰ ਵੀ ਲੱਗ ਜਾਂਦਾ ਹੁੰਦਾ ਕਿ ਮੈਨੂੰ ਪਤਾ ਲੱਗ ਹੀ ਗਿਆ ਗੱਲ ਜਿਵੇਂ ਨੌਜਵਾਨ ਇੱਕ ਐਗਜ਼ਾਮਪਲ ਦਿੰਦੇ ਆ ਜਿਹਨੇ ਜਾਣਾ ਹੁੰਦਾ ਹਨਾ ਉਹ ਕਈ ਗੱਲਾਂ ਰੱਖ ਲੈਂਦਾ ਵੀ ਹਾਂ ਇੱਥੇ ਨੌਕਰੀ ਨਹੀਂ ਮਿਲਦੀ ਇੱਥੇ ਰੋਜ਼ਗਾਰ ਨਹੀਂ ਹੈਗਾ ਇੱਥੇ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੈ ਇਹੋ ਜਿਹੀਆਂ ਗੱਲਾਂ ਕਈ ਕਰਦੇ ਆਜਵਾਕ ਜਦੋਂ ਮੈਂ ਆਪਦੇ ਘਰ ਦੀ ਗੱਲ ਕਰਾਂ ਵੀ ਮੇਰਾ ਛੋਟਾ ਭਾਈ ਜਣਾ ਉਹਦੀ ਪਲੱਸ 2 ਹੁਣ ਹੋਈ ਤੇ 12ਵੀਂ ਕੀਤੀ ਹੋਣੀ ਚੰਗੇ ਨੰਬਰ ਉਹਦੇ ਆਏ ਕਹਿੰਦਾ ਮੈਂ ਬਾਹਰ ਜਾਣਾ ਆਇਲਸ ਕਰਨੀ ਹੈ ਮੈਂ ਮਤਲਬ ਮੈਂ ਕਹਿੰਦਾ ਨਹੀਂ ਜਾਣਾ ਹਨਾ ਚਲੋ ਹੁਣੇ ਆਇਲਸ ਵੀ ਕਰ ਲਈ ਉਹਦੇ ਸਕੋਰ ਵੀ ਵਧੀਆ ਆਉਣ ਲੱਗੇ ਇਸ ਜੀ ਟਿਊਸ਼ਨ ਵਾਲਾ ਹਨਾ ਜਿਹੜਾ ਉਹਦਾ ਟੀਚਰ ਸੀ ਉਹ ਕਹਿੰਦਾ ਵੀ ਇਹਨੂੰ ਹੁਣ ਤੁਸੀਂ ਐਗਜ਼ਾਮ ਦਵਾ ਦਿਓ ਇਹਦਾ ਮੈਂ ਕਹਾਂ ਇਹ ਕਰ ਤੂੰ ਵੀ ਗ੍ਰੈਜੂਏਸ਼ਨ ਕਰ ਲੈ ਹੁਣ ਮੈਂ ਮਸਾ ਮਤਲਬ ਬਨਾਇਆ ਪਰ ਉਹ ਮੰਨ ਗਿਆ ਵੀ ਉਹ ਗ੍ਰੈਜੂਏਸ਼ਨ ਲਈ ਰਾਜੀ ਹੋ ਗਿਆ ਮੈਂ ਕਿਹਾ ਤੂੰ ਇੱਥੇ ਵੀ ਤੂੰ ਐਸ ਪੇਪਰ ਦੀ ਤਿਆਰੀ ਕਰ ਲਈ ਤੂੰ ਆ ਇਸ ਲਾਈਨ ਚ ਚਲਾ ਜਾਈਆਂ ਇਹ ਕਰ ਲਈ ਉਹ ਰਾਜੀ ਹੋ ਗਿਆ ਜੀ ਤਾਂ ਮਤਲਬ ਬੱਚੇ ਐਗਜ਼ਾਮਪਲਸ ਬਹੁਤ ਹੁੰਦੇ ਆ ਵੀ ਉਧਰ ਜਾਣਾ ਹਉ ਨਹੀਂ ਮੈਂ ਵੀ ਇਹਨਾਂ بڑے ਬੰਦਿਆਂ ਨੂੰ ਮਿਲਦਾ ਹੈ ਉਹ ਜਿਨ੍ਹਾਂ ਕੋਲ ਇਹ ਮੁੱਖ ਗੱਲਾਂ ਹੁੰਦੀਆਂ ਨੇ ਤੇ ਜਿਨ੍ਹਾਂ ਨੂੰ ਪੁੱਛੀਦਾ ਉਹਨਾਂ ਕੋਲੇ ਦੋ ਚਾਰ ਸੁਣੀਆਂ ਹੋਈਆਂ ਗੱਲਾਂ ਹੁੰਦੀਆਂ ਨੇ। ਹਮ ਪਰ ਆ ਆਮ ਬੱਚਿਆਂ ਦੀ ਗੱਲ ਛੱਡੋ ਜਿਹੜੇ ਬੰਦੇ ਇੱਥੇ ਪੜ੍ਹੇ ਹੋਏ ਜਾਂ ਪੜਾਉਂਦੇ ਵੀ ਨੇ। ਹਾਂਜੀ। ਉਹਨਾਂ ਨੂੰ ਮੈਂ ਮਿਲ ਕੇ ਪੁੱਛਿਆ। ਤੇ ਮੋਟਾ ਹਸਾਬ ਮੈਨੂੰ ਇਹੀ ਲੱਗਿਆ ਵੀ ਜਿਵੇਂ ਅਸੀਂ ਆਮ ਚੀਜ਼ਾਂ ਬਾਰੇ ਬਿਨਾਂ ਪੜ੍ਹਿਆਂ ਬਿਨਾਂ ਜਾਣਿਆਂ ਬੋਲਦੇ ਆ। ਹਮ ਠੀਕ ਉਸ ਤਰ੍ਹਾਂ ਸਾਡੇ ਬੰਦੇ ਬਾਹਰ ਜਾਣ ਦੇ ਹੱਕ 'ਚ ਵੀ ਬੋਲਦੇ ਨੇ। ਹਮ ਇੱਥੇ ਤੱਕ ਕਿ ਬਾਹਰ ਨਾ ਜਾਣ ਦੇ ਹੱਕ 'ਚ ਵੀ ਉਦਾਂ ਹੀ ਬੋਲਦੇ। ਕਿ ਸਿੱਧੀ ਜਿਹੀ ਨੂੰ ਧਿਆਨ ਨਾਲ ਸੁਣ ਕੇ ਵਿਚਾਰ ਕੇ ਨਹੀਂ ਹੂੰ ਜਦੋਂ ਮੈਂ ਇਹ ਗੱਲ ਸ਼ੁਰੂ ਕੀਤੀ ਲਗਭਗ ਸਾਲ ਵੀ ਨਹੀਂ ਹੋਇਆ ਮੈਨੂੰ ਤਾਂ ਜੀ ਹਾਂਜੀ ਹਾਂਜੀ ਤੇ ਮਤਲਬ ਕੋਸ਼ ਮੇਰੀ ਇਹੀ ਰਹੀ ਵੀ ਜਿੰਨੇ ਮੈਂ ਕੋਈ ਗੱਲ ਕਮਾ ਉਹ ਸਾਰੇ ਅੰਕੜੇ ਜਾਂ ਡਾਟੇ ਉਹਨਾਂ ਮੁਲਕਾਂ ਦੇ ਹੋਣ ਜਿਨ੍ਹਾਂ ਬਾਰੇ ਕਹਿਣਾ ਹੂੰ ਮਿਸਾਲ ਵਜੋਂ ਕੈਨੇਡਾ ਬਾਰੇ ਹੂੰ ਤੇ ਜਿੰਨੀਆਂ ਮੈਂ ਗੱਲਾਂ ਕਈਆਂ ਵੀ ਉੱਥੇ ਇੰਨਾ ਕੈਂਸਰ ਹੈ ਹੂੰ ਇਨ ਨਸ਼ੇ ਜਾਂ ਇਨੀ ਲੜਾਈ ਹੈ ਜਾਂ ਇਨੀ ਭੁੱਖ ਮਰੀ ਹੈ ਹਾਂ ਠੀਕ ਹੈ ਤੇ ਕਈ ਬੰਦੇ ਨਰਾਜ ਹੋ ਗਏ ਹਾਂ ਵੀ ਭਾਈ ਤੂੰ ਕਿਉਂ ਝੂਠ ਬੋਲੀ ਜਾਂਦਾ ਹੂੰ ਤੇ ਮੇਰੇ ਮਨੂ ਹਿਸਾਬ ਲੱਗਿਆ ਵੀ ਉਹ ਬਾਂਚੇ ਗੱਲ ਪੱਕੀ ਇਨੀ ਗਈ ਹੂੰ ਵੀ ਜੇ ਸਰਕਾਰ ਕਹੇ ਸਾਡਾ ਮਾੜਾ ਹਾਲਤ ਸਾਡੇ ਬੰਦੇ ਤਾਂ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਨਹੀਂ ਸੀ ਹੂੰ ਇਹ ਕੈਨੇਡੀਅਨ ਗਵਰਨਮੈਂਟ ਦੇ ਅੰਕੜੇ ਕਹਿ ਰਹੇ ਆ ਹਾਂ ਮਤਲਬ ਰੋਮ ਮੰਨਦੇ ਬਣੀ ਹੋਈ ਗੱਲ ਦੀ ਗੱਲ ਹੈ ਮੈਂ ਚਾਹੁੰਗਾ ਉਹ ਦੱਸ ਦਿਓ ਹਨਾ ਕਿ ਜਿਵੇਂ ਤੁਸੀਂ ਉਹ ਦੱਸਿਆ ਵੀ ਕੈਂਸਰ ਜਾਂ ਜਿਵੇਂ ਬੇਖਾਲੀ ਕ੍ਰਾਈਸਿਸ ਆ ਜੂਗਾ ਹਨਾ ਚਲੋ ਇਹਨਾਂ ਦਾ ਦੇਖ ਜਦੋਂ ਮੈਂ ਸ਼ੁਰੂ ਹੀ ਦੇਖਿਆ ਸਾਲ ਪਹਿਲਾਂ ਉਹ ਤਾਂ ਬਦਲਾ ਕਰ ਲਿਆ ਹੋਏ ਉਹਨਾਂ ਅੰਕੜਿਆਂ 'ਚ ਕੋਈ ਪਤਾ ਨਹੀਂ ਉਦੋਂ ਵੀ ਲਗਭਗ ਦਿਹਾੜੀ ਦਾ ਕੋਈ ਸਵਾਕ 200 ਬੰਦਾ ਕੈਂਸਰ ਨਾਲ ਰੋਜ਼ ਮਰਦਾ ਕੈਨੇਡਾ 'ਚ ਹਾਂ ਉਹਨਾਂ ਦਾ ਕਹਿਣਾ ਸੀ ਹੈ ਠੀਕ ਕੈਨੇਡੀਅਨ ਗਵਰਨਮੈਂਟ ਦਾ ਹਾਂ ਜੇ ਉਹਨਾਂ ਦੀ ਕੋਈ ਉੱਥੋਂ ਦੀ ਸਾਈਟ ਹੈਗੀ ਉਹਨਾਂ ਦੀ ਕੋ ਅੱਛਾ ਜੀ ਉਹਦੇ ਬਾਰੇ ਵਿੱਚ ਇਦਾਂ ਹੀ ਨਸ਼ਿਆਂ ਬਾਰੇ ਚ ਜਿਹੋ ਜਿੰਨਾ ਕਹਿੰਦੇ ਨੇ ਜਿਹਨੇ ਕਈ ਬਿਲੀਅਨਾਂ ਦਾ ਯੂਨੋ ਅਮਰੀਕਾ ਨੇ ਕਹਿੰਦੇ ਉਹਦਾ ਉਹਦਾ ਹੀ ਕਾਰੋਬਾਰ ਹੈ ਠੀਕ ਇਦਾਂ ਹੀ ਨਸ਼ਿਆਂ ਉਹਦਾ ਲੜਾਈਆਂ ਦਾ ਮੁੰਡਿਆਂ ਦੀਆਂ ਜਿਹਨੂੰ ਗੈਂਗਵਾਰ ਕਹਿੰਦੇ ਹੈ ਕ੍ਰਾਈਮ ਰੇਟ ਹੈਗਾ ਉੱਥੇ ਜੋ ਅਗਲੇ ਕਹਿੰਦੇ ਵੀ ਸਾਡੇ 950 ਤੋਂ ਉੱਪਰ ਛੋਟੇ ਜਾਂ ਵੱਡੇ ਉਹ ਟੁਰਲੇ ਨੇ ਤੁਹਾਡੇ ਗੈਂਗ ਨੇ ਤੇ ਪਰ ਉਹ ਭਜਨ ਤਾਂ ਕਰਦੇ ਨਹੀਂ ਹੋਣੇ ਠੀਕ ਹੈ ਨਾ 900 ਜੇ 900 ਗਿਣਤੀ ਕਹਿੰਦੇ ਨੇ ਉਹ ਮੈਂ ਪਹਿਲਾਂ ਕਹਿੰਦਾ ਸੀ 250 ਸੀਗੇ 15 ਸਾਲ ਪਹਿਲਾਂ ਹੂੰ ਹੁਣ 900 ਹੋ ਗਏ ਉੱਤੋਂ ਹੋ ਗਈ 900 ਤਾਂ ਅੱਛਾ ਇਹ ਵੀ ਸਾਲ ਪਹਿਲਾਂ ਦੇ ਅੰਕੜੇ ਆ ਹੁਣ ਤਾਂ ਵੱਧ ਕੇ ਹੋਣਗੇ ਕਿਸ ਨਹੀਂ ਪਤਾ ਨਹੀਂ ਕਾੜੇ ਵਧਿਆ ਉਦੋਂ ਨਹੀਂ ਜਾਂਦੇ ਮੈਂ ਤਾਂ ਉਹ ਕੱਲ ਕਹਿੰਦਾ ਕਿ ਆਪਾਂ ਵੀ ਇੰਨੀ ਵੀ ਦੇਖਣ ਦੀ ਜਹਿਮਤ ਨਹੀਂ ਹੈ ਇਸ ਗੱਲ ਤੇ ਠੀਕ ਹੈ ਵੀ ਇੱਥੇ ਜੋ ਗੱਲ ਕਹੀ ਜਾ ਰਹੀਆਂ ਠੀਕ ਹੈ ਨਾ ਵੀ ਉਹ ਕਈ ਪੱਖਾਂ ਤੋਂ ਉੱਥੇ ਇਥੋਂ ਨਾਲੋਂ ਬਦਤਰ ਹੋਈ ਪਈ ਹੈ। ਹੂੰ ਠੀਕ ਹੈ ਨਾ। ਹਣ ਸਭ ਤੋਂ ਵੱਡੀ ਜਿਹੜੀ ਮੈਨੂੰ ਲੱਗਦਾ ਕਿ ਇਹ ਗੱਲ ਹੁੰਦੀ ਹੈ ਕਿ ਸਿਸਟਮ ਵਧੀਆ ਉੱਥੇ ਠੀਕ ਤੇ ਉਹ ਵਾਂ ਜਦੋਂ ਗੱਲ ਕਰਨ ਲੱਗ ਜਾਂਦਾ ਮੈਨੂੰ ਉੱਥੇ ਕਈ ਵਾਰ ਬੰਦੇ ਆਪੇ ਅੰਕੜੇ ਭੇਜ ਜਾਂਦੇ ਉਧਰੋਂ। ਹੂੰ ਕਿ ਬਾਈ ਇਥੋਂ ਬਾਰੇ ਆਹ ਗੱਲ ਤੈਨੂੰ ਹਜੇ ਪਤਾ ਨਹੀਂ ਹੋਣੀ। ਹੂੰ ਸੱਚੀ ਗੱਲ ਹੈ ਕਿ 8-10 ਮਹੀਨਿਆਂ 'ਚ ਮੇਰੀ ਜਾਣਕਾਰੀ ਚ ਬਾਬਾ ਵਾਦਾ ਕੀਤਾ ਬੰਦੇ ਆ। ਵੀ ਮਾਸਲੋਂ ਕਿ ਉੱਥੇ ਬੜੀ ਇੰਨੀ ਹਾਲਤ ਹੋ ਹੈਗੀ ਕਿ ਵੀ 20 ਜਾਂ 25 ਪੀਸ ਦੀ ਲੋਕਾਂ ਨੇ ਇੱਕ ਡਾਂਗ ਦੀ ਰੋਟੀ ਖਾਣੀ ਘਟਾ ਦਿੱਤੀ ਹੈ ਕਿਉਂ ਮੰਦੇ ਹਾਲ ਕਰਕੇ ਠੀਕ ਲੋਕਾਂ ਨੂੰ ਮਲੋ ਨਹੀਂ ਮਿਲ ਰਿਹਾ ਅੱਛਾ ਇੱਕ ਬੰਦੇ ਨੇ ਮੈਨੂੰ ਇੱਕ ਕਿਸੇ ਅਖਬਾਰ ਦੀ ਉਹ ਭੇਜੀ ਇਹਨਾਂ ਨੇ ਖਬਰ ਲਾਈ ਉਹ ਕਹਿੰਦਾ ਵੀ 10-15 ਸਾਲਾਂ ਚ ਉਹਨਾਂ ਨੇ ਮਾਸਟਰ ਤਨਖਾਹ ਕਟਾਈ ਹੂੰ ਬਤਾਉਣ ਦੀ ਤਾਂ ਤੇ ਉਹ ਟਰੰਪ ਦੇ ਵਿਲੇਜ ਮੇਕਰ ਰਿਪੋਰਟ ਪੜੀ ਜਿਉਂ ਤੋਂ ਦੇ ਕਿ ਉਥੋਂ ਦੇ ਛੋਟੇ ਸਕੂਲ ਜਿਹੜੇ ਜਿੱਥੇ ਆਪਾਂ ਕਹਿੰਦੇ ਆ ਪੜ੍ਹਾਈ ਮੁਫਤ ਹੈ ਉਥੋਂ ਕਈ ਹਜ਼ਾਰ ਮਤਲਬ ਪੜਾਉਣ ਵਾਲਿਆਂ ਨੇ ਆਪਦੇ ਪੈਸੇ ਨਾਲ ਜਵਾਕਾਂ ਦਾ ਕੰਮ ਚਲਾਇਆ ਹੋਇਆ ਸੀ ਹੂੰ ਠੀਕ ਇੱਕ ਮੈਂ ਪਹਿਲਾਂ ਖਬਰ ਪੜ੍ਹੀ ਸੀ ਕਿ ਦੇ ਕੋਈ ਲਗਭਗ ਜਿਹੜੇ ਬੰਦੇ ਉੱਤੇ ਯੂਨੀਵਰਸਿਟੀਆਂ ਚ ਜਾਂ ਕਾਲਜਾਂ ਚ ਪੜਾਉਂਦੇ ਨੇ ਅਮਰੀਕਾ ਦੀਆਂ ਚ ਵੀ ਕੋਈ ਤੇਨੇ ਚਾਹਿਆ ਹਜ਼ਾਰ ਬੰਦਾ ਜਿਹੜਾ ਯੂਨੀਵਰਸਿਟੀ ਜਾਂ ਕਾਲਜਾਂ ਤੱਕ ਪੜਾਉਂਦਾ ਵੀ ਉਹਨਾਂ ਕੋਲੇ ਆਪਦਾ ਘਰ ਨਹੀਂ ਹੈਗਾ ਉਹ ਕਿਸੇ ਆਜੀ ਟਿਕਾਣਿਆਂ 'ਚ ਕਿਤੇ ਹੋਰ ਕਿਤੇ ਰਾਤਾਂ ਕੱਟਦੇ ਨੇ ਮਨ ਜਿਹੜੇ ਸਭ ਤੋਂ ਵੱਧ ਪੜ੍ਹ ਕੇ ਪੜਾਉਂਦੇ ਬੰਦੇ ਠੀਕ ਔਰ ਇਦਾਂ ਦੀਆਂ ਬਹੁਤ ਜ਼ਿਆਦਾ ਗੱਲਾਂ ਨੇ ਹਲੇ ਇਹ ਮੰਨੋ ਕਿ ਉਹ ਸੋਦੀ ਸਰਕਾਰ ਘਟਾ ਕੇ ਕਹਿੰਦੀ ਹੋਊਗੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਿ ਪਿੱਛੇ ਵੀ ਅਮਰੀਕਾ ਦੀ ਉੱਥੋਂ ਦਾ ਇੱਕ ਮਹਿਕਮਾ ਹੈ ਜਿਹੜੀ ਉਹਦੀ ਆਪ ਦੀ ਇਹ ਮੰਨਣਾ ਹੈ ਕਿ ਕੋਈ 10 ਸਾਲਾਂ ਦੇ ਵਿੱਚ ਉਹਨਾਂ ਦੀ ਸਰਪੁਲਿਸ ਨੇ 20000 ਬੰਦਾ ਮਾਰਿਆ ਕਿੱਥੋਂ ਦੀ ਖਬਰ ਹੈ ਅਮਰੀਕਾ ਦੀ ਅਮਰੀਕਾ ਉਹਨਾਂ ਦੀ ਰਿਪੋਰਟ ਹੈ ਖਬਰ ਨਹੀਂ ਹੈਗੀ ਓਕੇ ਉਹਨਾਂ ਦੇ ਆਪ ਦੀ ਮਹਿਕਮੇ ਦੀ ਤਾਂ ਇਹ ਖ਼ਬਰ ਨਹੀਂ ਉਹਨਾਂ ਤੋਂ ਥੋੜੇ ਵੱਖਰੇ ਅੰਕੜੇ ਪੇਸ਼ ਕੀਤੇ ਉਹ ਕਹਿੰਦਾ 10 ਸਾਲਾਂ 'ਚ 20000 ਨਹੀਂ ਇਹਨਾਂ ਨੇ 8 ਸਾਲਾਂ 'ਚ 24000 ਬੰਦਾ मतलब ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ 25% ਦੀ ਘਟਾ ਕੇ ਦੱਸਿਆ ਸੀ ਹੂੰ ਠੀਕ ਤਾਂ ਹੁਣ ਆਪਾਂ ਦੇ ਦੇਈਏ ਉੱਥੇ ਕਿ ਜਿਹੜੇ ਮਰੇ ਹੋਣਗੇ ਬਹੁਤੇ ਕਿਹੜੇ ਹੋਣਗੇ ਬੰਦੇ ਠੀਕ ਇਹ ਮੈ ਕੈਨੇਡਾ ਵਾਲਿਆਂ ਦੀ ਹੈ ਰਿਪੋਰਟ ਵੀ ਇਹਦੇ ਵੀਜ਼ਾ ਲੈਣ ਜਾਣੇ ਉਹ ਜਿਹੜੇ ਕਹਿੰਦੇ ਨੇ ਉਹ ਦੇਖ ਕੇ ਉਥੋਂ 사이ਟ ਵੀ ਸਾਡੇ ਕੋਲ ਤਿੰਨ ਚੀਜ਼ਾਂ ਨੇ ਜੀ ਵੀ ਸਾਡੇ ਕੋਲ ਪੜ੍ਹਾਈ ਵਧੀਆ ਹੈ ਜੀ ਅਸੀਂ ਸਾਡੇ ਕੋਲ ਰੋਜ਼ਗਾਰ ਦਾ ਮੌਕਾ ਵਧੀਆ ਹੈ ਲੋਕਾਂ ਨਾਲ ਕੁਈ ਤੱਕ ਜਾਂ ਪੱਕਾ ਪਤਾ ਨਹੀਂ ਹੁੰਦਾ ਹੂੰ ਹੁਣ ਉਹਨਾਂ ਦੀ ਆਪ ਦੀ ਸਰਕਾਰ ਦੀ ਰਿਪੋਰਟ ਕਹਿੰਦੀ ਪਿੱਛੇ ਛਾਪੀ ਉਹਦਾ ਖਾਸ਼ਾ ਮਸ਼ਹੂਰੀ ਹੋਈ ਸੀ ਉਸ ਗੱਲ ਦੀ ਉਹ ਕਹਿੰਦੇ ਵੀ ਦਸਾਂ ਤੋਂ ਸੱਤ ਬੰਦੇ ਇਹ ਗੱਲ ਮੰਨਦੇ ਨੇ ਕਿ ਸਾਡੇ ਨਾਲ ਕੰਮ ਤੇ ਤੱਕਾ ਤੁਖਾ ਹੁੰਦਾ ਹੀ ਹੁੰਦਾ ਹੈ ਰੈਸਿਜ਼ਮ ਹਾਂ ਕਈ ਪ੍ਰਾਂਦਾ ਤੇ ਜਿਹੜੀ ਸਭ ਤੋਂ ਆਪਣੇ ਇੱਥੇ ਕਰਨੀ ਗੱਲ ਹੋਈ ਸੀ ਉਹ ਕਹਿੰਦਾ ਵੀ ਜੇ ਕੋਈ ਬੰਦਾ ਇਸ ਗੱਲ ਦੀ ਸ਼ਿਕਾਇਤ ਕਰਦਾ ਤਾਂ ਬਹੁਤਿਆਂ ਨੂੰ ਉਹਦਾ ਮੁੱਲ ਭੁਗਤਣਾ ਪੈਂਦਾ ਪੰਜਾਬ ਤੇ ਰੇਸਿਸਿਜ਼ਮ ਨਹੀਂ ਹੁੰਦਾ ਪ੍ਰਵਾਸੀਆਂ ਨਾਲ ਨਹੀਂ ਰੇਸਿਸਿਜ਼ਮ ちゃう ਉਹ ਉਹਨਾਂ ਦੇ ਫਿੱਟ ਬੈਠਦਾ ਉੱਥੇ ਉਹ ਦੁਨੀਆਂ ਜਿੱਥੇ ਵੀ ਕੋਈ ਬੰਦੇ ਧਰਤੀ ਦੇ ਕਿਸੇ ਹਿੱਸੇ ਦੇ ਕਾਹਵਜ ਨੇ ਉੱਥੇ ਜੇ ਕੋਈ ਨਵਾਂ ਬੰਦਾ ਆਇਆ ਉਹਨਾਂ ਨੇ ਉਹਦੇ ਨਾਲ ਪੱਖਪਾਤ ਕਰਨਾ ਹੀ ਹੁੰਦਾ ਪੰਜਾਬ 'ਚ ਹੁੰਦਾ ਬਿਲਕੁਲ ਪ੍ਰਵਾਸੀਆਂ ਨਾਲ ਹਾਂ ਹੁੰਦਾ ਪਰ ਜੇ ਆਪਣੇਆਂ ਨਾਲ ਹੁੰਦਾ ਉੱਥੇ ਤਾਂ ਫਿਰ ਹਸਾਬ ਨਾਲ ਪਰ ਥੋੜੀ ਮੰਨਦੇ ਇਸ ਗੱਲ ਨੂੰ ਜਿਹੜਾ ਇੱਥੇ ਗਲਤ ਉੱਥੇ ਵੀ ਗਲਤ ਐਂ ਤਾਂ ਵੀ ਗਲਤ ਨਾਲ ਗਲਤ ਠੀਕ ਹੋ ਜੂਗੇ ਤੇ ਇਹ ਨਹੀਂ ਲੱਗਦਾ ਵੀ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਪਰੇਸ ਆਪਣੇ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਦੂਜਿਆਂ ਨੂੰ ਕਰਨਾ ਚਾਹੀਦਾ ਤੇਰਾ ਮਤਲਬ ਦੂਜਿਆਂ ਨੂੰ ਵੀ ਨਹੀਂ ਕਰਨਾ ਚਾਹੀਦਾ ਫਿਰ ਗਾਲ ਨੂੰ ਸਿੱਧਾ ਸਮਝੋ ਨਾ ਜੀ ਵੀ ਕਿਸੇ ਦੇ ਵੀ ਤਾਂ ਕਿਸੇ ਤਾਂ ਹੋਣਾ ਹੀ ਨਹੀਂ ਚਾਹੀਦਾ ਕਿ ਨਹੀਂ ਕਰ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਮੇਰੀ ਤਾਂ ਇੰਨੀ ਗੱਲ ਸੀ ਕਿ ਭਾਈ ਐਦਾਂ ਭਲੇਖੇ ਜੀ ਨਹੀਂ ਰਹਿਣਾ ਚਾਹੀਦਾ ਕਿ ਕਿਤੇ ਫਖਫਾਤ ਨਹੀਂ ਹੁੰਦਾ ਸਾਰੀ ਦੁਨੀਆ 'ਚ ਹੁੰਦਾ ਠੀਕ ਹਾਂ ਘਟਬੱਦ ਹੁੰਦਾ ਪਰ ਹੁੰਦਾ ਪਰ ਹੁਣ ਜ਼ਿਕਰ ਕੀ ਹੈ ਕਿ ਜਿੱਥੇ ਸਾਡੇ ਬੰਦੇ ਜਾ ਰਹੇ ਨੇ ਉਹਨਾਂ ਨੂੰ ਨਸਲ ਕਰਕੇ ਵੀ ਛਾਣ ਕਰਕੇ ਵੀ ਸਾਰੇ ਤਰ੍ਹਾਂ ਦਾ ਪੁੱਜਣਾ ਨਹੀਂ ਪੈਂਦਾ ਜਿਵੇਂ ਆਪਣੇ ਕਈ ਬੱਚੇ ਜਿਵੇਂ ਮੈਂ ਵਿਆਹ ਵਾਲੀ ਗੱਲ ਕੀਤੀ ਜਾਂ ਜਿਵੇਂ ਬੱਚਿਆਂ ਨੇ ਹਨਾ ਵੈਸਟਰਨ ਕਲਚਰ ਨੂੰ ਹਨਾ ਅਡਾਪਟ ਕਰ ਲਿਆ ਕਈ ਨਿਆਣੇ ਲੈਵਲ ਵਿੱਚ ਰਹਿਣ ਲੱਗ ਕੇ ਹੋਰ ਹਨਾ ਮਟੀਰੀਅਲਿਸਟਿਕ ਲਾਈਫ ਮਤਲਬ ਕਾਫੀ ਕੁਝ ਆ ਗਿਆ ਜਿਵੇਂ ਅਫੈਕਟਸ ਦੀ ਆਪਾਂ ਗੱਲ ਕਰਦੇ ਆ ਇਹ ਉਹ ਫੈਕਟਰ ਨੇ ਜਿਹੜੇ ਦੀਂਦੇ ਆ ਜਿਹੜੇ ਨਹੀਂ ਦੀਂਦੇ ਅਧਿਆਤਮਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਨਿਹਰਾਂ ਦਾ ਆਪਾਂ ਦੇ ਆਤਮ ਕਹਾਂਗੇ ਉਹ ਤਾਂ ਅਸਲ ਤੌਰ ਤੇ ਸਿੱਧਤ ਕਹਿੰਦਾ ਨਹੀਂ ਹੁੰਦਾ ਆਪੋਸੇ ਨੂੰ ਕਹਿੰਦੇ ਨੇ ਨਾ ਆਤਮ ਦਾ ਜਿਹੜਾ ਦਿਸਦਿਆਂ ਚ ਵੀ ਆਪਾਂ ਨੂੰ ਨਹੀਂ ਦਿਂਦਾ ਇਹ ਜਿਆਦਾ ਜ਼ਰੂਰੀ ਹੁੰਦਾ ਹੂੰ ਜਿਵੇਂ 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 ਕਿ ਜਿਹੜਾ ਕਿਰਤ ਕਰਨੀ ਹੈ ਜਿਹੜੀ ਇਹਦੇ ਬਾਰੇ ਜਿਹੜਾ ਨਜ਼ਰੀਆ ਬਦਲਿਆ ਨਾ ਉਹ ਸਭ ਤੋਂ ਵੱਡਾ ਹੈ ਦਿਸਦੀ ਦੁਨੀਆ 'ਚ ਇੱਥੇ ਵੀ ਇਹ ਸਰਕਾਰ ਕੋਈ ਝੂਠੀ ਸਹੂਲਤ ਦਾ ਐਲਾਨ ਵੀ ਕਰ ਦੇਣਾ ਲੋਕ ਉਲਟ ਜਾਂਦੇ ਉਹਦੇ ਵੱਲ ਇਸ 97 ਜੇ ਸਰਕਾਰ ਆਈ ਅਕਾਲੀਆਂ ਦੀ ਉਹਨੇ ਕਹਦਾ ਵੀ ਅੱਧੀ ਔਰ ਇਹਨੇ ਸਾਲ ਦੇ ਬੰਦਿਆਂ ਦੀ ਟਿਕਟ ਮਾਫ ਹਨਾ ਤੇ ਪਤਾ ਨਹੀਂ ਕਿੰਨੀਆਂ ਲੋਕਾਂ ਨੂੰ ਬੱਸਾਂ ਚ ਉਹ ਵੇਚਦੀ ਘਰੋਂ ਦੇ ਦੇਖਿਆ ਉਮਰ ਵਧਾ ਕੇ ਦੱਸ ਦੇ ਹਾਂ ਕੋਈ ਮੇਰੀ ਗੱਲ ਨਹੀਂ ਹਾਂ ਹੁਣ ਵੀ ਜਦੋਂ ਹਾਂ ਹੁਣ ਕੀਤਾ ਹੋਇਆ ਪਿੱਛੇ ਵੀ ਉਹ ਬੀਬੀਆਂ ਨੂੰ ਹਾਂ ਉਹਦੇ ਜੀ ਵੀ ਹੁਣ ਕਿੰਨਾ ਬੰਦਿਆਂ ਦਾ ਕਿਹੜਾ ਬਿਹਾਰ ਆ ਹਨਾ ਉਹ ਬਿਹਾਰ ਇਸ ਗੱਲ ਦੇ ਬਰ ਗਿਆ ਵੀ ਇਹ ਬੰਦੇ ਜੀ ਇਹ ਆਧਾਰ ਕਾਰਡ ਵਾਲੇ ਨੇ ਕਈ ਤਾਂ ਬੱਸ ਵਾਲੇ ਬੱਸ ਨਹੀਂ ਰੋਕਦੇ। ਹੂੰ ਇਹ ਦੇਖ ਕੇ ਕਿ ਬੀਬੀਆਂ ਖੜੀਆਂ ਆ ਰਹੀਆਂ। ਹੂੰ ਠੀਕ ਮਨ ਹਸਣਾਂ ਦੀ ਗੱਲ ਨਹੀਂ ਮੈਂ ਕਹਿੰਦਾ ਵੀ ਮਨ ਚ ਜਿਹੜੇ ਬੱਸ ਗਈ ਹੈ ਨਾ ਗੱਲ ਇਹਨੇ ਕਿਰਤ ਦਾ ਖਿਆਲ ਬਦਲਤਾ। ਹਾਂ ਮਨ ਮੇਰੇ ਇੱਕ ਜਦ ਯੂਨੀਵਰਸਿਟੀ ਪੜ੍ਹਦੇ ਕਿ ਮਿੱਤਰ ਨੇ ਗੱਲ ਸੁਣਾਈ ਇੱਕ ਵਾਰੀ। ਹੂੰ ਉਹਦੇ ਜਮਾਤੀ ਨੇ ਉਹਦੇ ਦਾਦੇ ਚ ਉਹਦਾ ਦਾਦਾ ਸਾਈਕਲ ਤੇ ਜਾਂਦਾ ਸੀ ਉਹਨੇ ਉਹ ਮੋਟਰਸਾਈਕਲ ਮਾਰਿਆ ਚ। ਹੂੰ ਉਹ ਜਗੜਡੇ ਗਿਆ। ਤਾਂ ਉਹ ਨੂੰ ਪਾ ਦਿੱਕੇ ਖੜਾ ਕਰਨਾ ਕਿਆ ਉਹ ਬਯੁਰਗ ਨੇ ਉਹ ਡਾਂਗ ਮਾਰੀ ਉਹ ਮੁੰਡੇ ਨੇ ਉਹਨੂੰ ਲਾਂਭਾ ਦਿੱਤਾ ਵੀ ਯਾਰ ਤੇਰਾ ਦਾਦਾ ਦੇਖ ਕੇ ਆਇਆ ਮੈਂ ਘਾ ਡਿਗਣ ਚੱਕਣ ਲੱਗਿਆ ਕਹਾਂ ਮਰੂ ਡਾਂਗ ਮਾਰਿਆ ਨੇ ਉਹਨੇ ਆ ਕੇ ਪੁੱਛਿਆ ਮੀ ਬਾਬਾ ਮੈਂ ਕੀ ਕਰਿਆ ਕਹਿੰਦਾ ਵੀ ਜਿਹੜੇ ਦੁਸ਼ਮਣ ਨੇ ਮੇਰੇ ਤੇ ਹਮਲਾ ਕੀਤਾ ਮੈਂ ਉਹਦਾ ਹੱਥ ਫੜ ਕੇ ਖੜਾ ਆ ਮ ਹੁਣ ਉਹਦੇ ਮਨ ਚ ਕੀ ਖਿਆਲ ਸੀ ਇਹਨੇ ਮੈਨੂੰ ਸਿੱਟਿਆ ਮੈਂ ਇਹਦੀ ਹਮਦਰਦੀ ਕਿਉਂ ਨਾ? ਹੂੰ। ਵੀ ਜੇ ਇਹਦਾ ਨਸਾਬ ਬਰਾਬਰ ਨਹੀਂ ਕਰ ਸਕਦਾ ਮੈਂ ਉਹ ਉਹਦੇ ਮਨ ਦਾ ਖਿਆਲ। ਠੀਕ। ਇਦਾਂ ਹੀ ਕਿਰਤ ਵਾਲੇ ਲੋਕਾਂ ਦਾ ਸੀ ਵੀ ਜੇ ਕੋਈ ਬੰਦਾ ਕਹਿੰਦਾ ਮੁਖਤ ਲੈ ਰਹਾ ਹੈ ਜਾਂ ਤਰਸ ਮੋਝ ਰਹਾ ਹੈ ਲੋਕੀ ਬੇਇਜ਼ਤੀ ਮੰਨਦੇ ਸੀ। ਵੀ ਅਸੀਂ ਕਮਾ ਨਹੀਂ ਜਾ ਸਕਦੇ। ਹੂੰ। ਠੀਕ। ਹੁਣ ਇਹ ਗੱਲ ਉਦੋਂ ਉਲਟੀ ਹੋ ਗਈ। ਵੀ ਜੇ ਨੂੰ ਮੈਂ ਮੈਨੂੰ ਕੁਝ ਮੁਖਤ ਮਿਲ ਰਿਹਾ ਤਾਂ ਮੈਂ ਮਾਨ ਮਹਿਸੂਸ ਕਰਾਂ। ਹੂੰ। ਲਓ। ਠੀਕ। ਇਹ ਫਰਕਾ ਜਿਹੜਾ ਇਸ ਸਾਰੇ ਕਿਤੇ ਦਿਸਦੇਜ ਵੀ ਹੈ ਆਣਦੇ ਸਦੇਜ ਵੀ ਦੋਨੇ ਥਾਵਾਂ ਦੇ ਫਰਕ ਪਾਉਂਦੇ ਠੀਕ ਕਿ ਮੁਨੱਖੀ ਜ਼ਿੰਦਗੀ ਨੂੰ ਹੁਣ ਜਿਹੜਾ ਸਾਡੇ ਸਿੱਖਾਂ ਵਜੋਂ ਸਾਡੇ ਕੋਲੇ ਸਭ ਤੋਂ ਉੱਪਰ ਤੱਕ ਲੰਗਰ ਹੈ ਨਾ ਉਹ ਇਸੇ ਗੱਲ ਦਾ ਪ੍ਰਮਾਣ ਹੈ ਕਿ ਕੀਰਤ ਕਰਕੇ ਵੀ ਉਦੋਂ ਬਾਅਦ ਉਹ ਜੋ ਵੰਡ ਦੇਣਾ ਠੀਕ ਤੇ ਹੁਣ ਦੇਖੋਗੇ ਸਾਡੇ ਕੋਈ ਬੰਦੇ ਦੇ ਖਿਲਾਫ ਬੋਲੀ ਜਾਂਦੇ ਨੇ ਠੀਕ ਵੀ ਉਹਨਾਂ ਨੂੰ ਖਵਾਈ ਜਾਂਦੇ ਸਾਨੂੰ ਮਾਰੀ ਜਾਂਦੇ ਨੇ ਐਨੈਡ ਨੀਗਲ ਹੁਣ ਇਹ ਸਵਾਲ ਤਾਂ ਆ ਰਿਹਾ ਭਾਵਨਾ ਚੋਂ ਠੀਕ ਹੈ ਤੇ ਜਿਹੜਾ ਅਮਲ ਉਹ ਆ ਰਿਹਾ ਪਰੰਪਰਾ ਚੋਂ ਹਮ ਤਾਂ ਹੁਣ ਇਹ ਪਰੰਪਰਾ ਨੂੰ ਟੁੱਟ ਗਏ ਤਾਂ ਲੱਗਦਾ ਇਦਾਂ ਐ ਨਹੀਂ ਸਮਝ ਪੈਂਦਾ ਕਿ ਭਾਈ ਅਸੀਂ ਆਪ ਦਾ ਅਮਲ ਕਿਉਂ ਛੱਡੀਏ ਹਮ ਠੀਕ ਹੈ ਨਾ ਉਹ ਸੇ ਅਮਲ ਕਰਕੇ ਸਾਨੂੰ ਛੇਤਰ ਪੈ ਰਿਹਾ ਹੈ ਤਾਂ ਸਾਡਾ ਇਹਦੇ ਚ ਇਤਿਹਾਸ ਨੂੰ ਅੱਗੇ ਲਿਜਾਣ ਦਾ ਅਮਲ ਪਿਆ ਦੇ ਹਮ ਠੀਕ ਹੈ ਤਹਾਨੂੰ ਸਮਝ ਕਿਉਂ ਨਹੀਂ ਪੈਂਦੀ ਸਮਝ ਇਸ ਕਰਕੇ ਨਹੀਂ ਪੈਂਦੀ ਕਿ ਕਿਰਤ ਨਾਲ ਜੁੜਨ ਦਾ ਜਿਹੜਾ ਮਾਨ ਹੈ ਉਹ ਨਹੀਂ ਹੈ ਉਹ ਗੈਰ ਹਾਜ਼ਰ ਹੁੰਦਾ ਉਹਦੀ ਗੈਰ ਹਾਜ਼ਰੀ ਕਰਕੇ ਬੰਦੇ ਬਾਹਰ ਭਜਦੇ ਜਿਹੜਾ ਆਇਨੀ ਕਿ ਬਾਹਰ ਮਿਹਨਤ ਨਹੀਂ ਕਰਦੇ ਇੱਥੋਂ ਨੂੰ ਵੱਧ ਕਰਦੇ ਨੇ ਮੁਸ਼ਕਲ ਕਿੱਥੇ ਪੈਂਦੀ ਆਹਨ ਦਾ ਕਿ ਛੇਤੀ ਕਮਾਵਾਂਗੇ ਵੱਧ ਕਮਾਵਾਂਗੇ ਸੌਖੇ ਹੋਵਾਂਗੇ ਠੀਕ ਤੇ ਸੌਖੇ ਹੋਣ ਦਾ ਜਿਹੜਾ ਮਕਸਦ ਆ ਜਿੰਦਗੀ ਚ। ਇਜੇਦਾਰ ਹੋਣ ਨਾਲ ਹਰ ਬੜੇ ਮੇਲ ਨਹੀਂ ਖਾਂਦਾ ਹੁੰਦਾ। ਠੀਕ। ਕਿਰਤ ਦਾ ਮਸਲਾ ਜਿਹੜੇ ਕਰਨ ਦਾ ਮਤਲਬ ਸੌਖੇ ਹੋਣ ਨਾਲ ਨਹੀਂ ਹੁੰਦਾ। ਇਜੇਦਾ ਤਰੀਕੇ ਨਾਲ ਜਿਉਣਾ ਚਾਹੁੰਦਾ। ਠੀਕ। ਜਦੋਂ ਬੰਦੇ ਦੀ ਸਾਰੀ ਪਰਵਾਸਾ ਮਾਇਆ ਨਾਲ ਵੱਜ ਗਈ ਤੇ ਜਿਹਦੇ ਕੋਲ ਚਾਰ ਪੈਸੇ ਘੱਟ ਨੇ ਗਰੀਬ ਹੋ ਗਿਆ। ਹਾਂ। ਆ ਹੁਣ ਜਿੰਨਾ ਹੁਣ ਹੜਾ ਆਇਆ ਤੇ ਜਿਹਨਾਂ ਦੁਨੀਆਂ ਗਰੀਬ ਸਮਝਦੀ ਐ ਸੇਵਾ ਤਾਂ ਉਹਨਾਂ ਨੇ ਕੀਤੀ। ਬਿਲਕੁਲ। ਠੀਕ ਐ ਨਾ? ਜਿਤੇ ਗੁਜਾਂ ਘੁੰਦਿ ਕੁਛ ਵੀ ਹੁੰਦਾ ਜਿਹਨਾਂ ਨੂੰ ਗਰੀਬ ਕਹੀ ਜਾਂਦੀ ਦੁਨੀਆ ਹਮ ਬੰਦੇ ਦਾ ਉਹੀ ਨਹੀਂ ਅਸਲ ਚ ਹਮ ਹੁਣ ਪ੍ਰਵਾਜਾ ਗੱਲ ਕਟਣ ਕਰਕੇ ਦੁਨੀਆ ਦਿਸਣ ਪੁੱਠੀ ਲੱਗ ਗਈ ਵੀ ਦਿਸਦੇ ਦੇ ਵਿੱਚ ਵੀ ਸਹੀ ਨਹੀਂ ਦਿਸਦਾ ਜਿਦਾ ਇਹੀ ਮਤਲਬ ਬਹੁਤ ਵੱਡਾ ਹੈ ਤੁਸੀਂ ਕਹਿੰਦੇ ਅਣਦਿਸਦਾ ਕੀ ਹੈ ਹਮ ਅਣਦਿਸਦਾ ਕੀ ਹੈ ਇਹ ਵੀ ਦੱਸ ਦਿਓ ਹੁਣ ਨਹੀਂ ਨਹੀਂ ਯਾਰ ਨਹੀਂ ਆਪਾਂ ਥੋੜਾ ਜਿਹਾ ਨਹੀਂ ਮੇਰਾ ਇਹੀ ਹੈ ਕਿ ਹਜੇ ਦਿਸਦਾ ਵੀ ਨਹੀਂ ਦਿਸਦਾ ਆਪਾਂ ਨੂੰ ਆਣ ਦੇ ਸਦਾ ਮੈਂ ਕਿੱਥੋਂ ਦੱਸੂ ਤੁਹਾਨੂੰ ਨਹੀਂ ਨਹੀਂ ਚਲੋ ਇਹਦੇ ਤੇ ਆਪਾਂ ਗੱਲ ਕਰ ਲਈ ਹੈ ਨਾ ਜਿਹੜਾ ਆਣ ਦੇ ਸਦਾ ਜਿਵੇਂ ਆਪਾਂ ਮਾਨਸਿਕ ਰੂਪ ਚ ਜਾਂ ਅਧਿਆਤਮਕ ਤੌਰ ਤੇ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਦਿਖਤੀਆਂ ਨਹੀਂ ਗੀਆਂ ਹੈ ਨਾ ਜਿਵੇਂ ਜਿਹੜੇ ਇਫੈਕਟਸ ਦੀ ਆਪਾਂ ਗੱਲ ਕੀਤੀ ਵੀ ਅਸੀਂ ਆਪਦੇ ਖਿੱਤੇ ਨਾਲੋਂ ਟੁੱਟ ਕੇ ਅਸੀਂ ਸਿਧਾਂਤਾਂ ਨਾਲੋਂ ਟੁੱਟ ਕੇ ਜਿਵੇਂ ਤੁਸੀਂ ਕਿਹਾ ਜਿਹੜਾ ਸਵਾਲ ਦੀ ਗੱਲ ਕੀਤੀ ਹੈ ਨਾ ਵੀ ਪਰੰਪਰਾ ਜਾਂ ਸਾਡੇ ਸਿਧਾਂਤਾਂ ਤੋਂ ਅਸੀਂ ਟੁੱਟ ਕੇ ਆਣ ਦੇ ਸਦਾ ਕੀ ਹੈ ਅੰਦਰ ਦਾ ਰੱਬ ਹੈ ਮਨ ਹੈ ਠੀਕ ਹੈ ਨਾ ਜਿਹੜੇ ਲੋਕੀ ਕਹਿੰਦੇ ਨੇ ਕਿ ਸਾਡੇ ਸਭ ਤੋਂ ਮੂਲ ਸਾਡੇ ਸਾਥ ਤੋਂ ਹੈਗਾ ਉਹ ਦਿਸਣਾ ਨਹੀਂ ਆਉਂਦਾ ਵੀ ਉਹ ਮਹਿਸੂਸ ਕਰਨੇ ਚਾਹੀਦਾ ਤੇ ਜਿਹੜੇ ਟੁੱਟ ਗਏ ਉਹ ਮਹਿਸੂਸ ਨਹੀਂ ਕਰਦੇ ਬਾਹਰ ਬੈਠੇ ਨਾ ਮੁੱਠੀ ਫੋੜਦਾਂ ਕਰ ਲਾਂ ਜਾਂਦਾ ਬੰਦਾ ਮਹਿਸੂਸ ਕਰਨੀ ਪਦਰ ਗੜੀ ਆ ਜਿੰਨਾ ਕੋਈ ਬੰਦਾ ਜਿਉਂਦਾ ਮਹਿਸੂਸ ਤਾਂ ਕੁਛ ਨਾ ਕੁਛ ਕਰੇਗਾ ਹਾਂ ਉਹਨੂੰ ਮਹਿਸੂਸ ਕਰਨ ਦਾ ਧੁਰਾ ਕਿੱਥੇ ਵੱਜਦਾ ਉਹਦੀ ਆਪ ਦੀ ਦੇਹ ਹੀ ਹੈ ਜਾ ਕੋਈ ਦਿਸਦੀ ਦੁਨੀਆ ਨਹੀਂ ਹੈ ਜਾਂ ਕੋਈ ਆਣ ਦਿਸਦਾ ਵੀ ਹੈਗਾ ਫਰਕ ਤਾਂ ਇੰਨੀ ਗੱਲ ਦਾ ਜਿੰਨਾ ਕੋਈ ਜਾਏਗਾ ਮਹਿਸੂਸ ਤਾਂ ਕਰੇਗਾ ਜਿਹੜੇ ਰਾਜਕੋ ਜ਼ੁਲਮ ਕਰਦੇ ਨੇ ਉਹ ਬਿਨਾਂ ਮਹਿਸੂਸ ਤਾਂ ਨਹੀਂ ਕਰਦੇ ਹਮ ਕਰਦੇ ਕੀ ਮਹਿਸੂਸ ਨਹੀਂ ਇਹ ਮਸਲਾ ਹੁੰਦਾ ਜਿਹੜਾ ਸਾਨੂੰ ਨਹੀਂ ਦਿਸਦਾ ਲੋਕੀ ਕ ਵੀ ਕਹਿੰਦੇ ਨੇ ਫਲਾਣੇ ਬੰਦੇ ਨੇ ਇਹਨਾਂ ਲੁੱਟ ਕੇ ਖਾ ਲਿਆ ਰੱਬ ਨੇ ਕੋਈ ਸਹਾਇ ਨਹੀਂ ਦਿੱਤੀ ਕਿੱਥੇ ਰੱਬ ਆਪ ਨੂੰ ਪਤਾ ਨਹੀਂ ਲੱਗਦਾ ਹਮ ਕਿ ਜਿਹਦੇ ਬਾਰੇ ਅਸੀਂ ਕਹਿ ਰਹੇ ਹਾਂ ਅਸੀਂ ਉਹਨੂੰ ਜਾਣਦੇ ਨਹੀਂ ਹੁੰਦੇ ਅਸਲ 'ਚ ਤਾਂ ਉਹਨੂੰ ਹਮ ਠੀਕ ਹੈ ਕਿਸੇ ਨਾਲ ਕਿ ਉਹਦੇ ਅੰਦਰ ਕੀ ਬੀਤਦੀ ਕਿਸੇ ਦੇ ਉਹ ਆਪਾਂ ਨੂੰ ਹੀ ਪਤਾ ਲੱਗਦੀ ਹੁੰਦੀ ਆਂਕ ਵੀ ਕੋਈ ਬੰਦਾ ਅਣ ਦੇਖਦੇ ਤਰੀਕੇ ਦੇ ਵਿੱਚ ਵੀ ਕਿਵੇਂ ਅਸ਼ਾਂਤੀ ਭੋਗਦਾ ਇਹ ਛੋਟਾ ਥੋੜਾ ਹੀ ਹੁੰਦਾ ਵੀ ਅੰਦਰ ਆਪਣੇ ਬੰਦਾ ਕੀ ਹੰਡਾ ਰਿਆ ਜੇ ਇਹਦਾ ਫਰਕ ਨਾ ਹੋਵੇ ਜਾਂ ਨਾ ਕੋਈ ਜੇਲਾ ਚੱਲੇ ਨਾ ਕੋਈ ਦੁਸ਼ਤ ਚੱਲੇ ਠੀਕ ਹੈ ਨਾ ਉਹ ਇਹਦਾ ਆਨੰਦ ਸਦਾ ਇਹ ਅਸੀਂ ਅਸੀਂ ਸਮਝ ਸਕਦੇ ਹਾਂ ਵੀ ਜਿਹੜੇ ਆਪ ਦੀ ਆਪ ਵਾਸਤੇ ਜਿਹੜਾ ਦੂਜਿਆਂ ਵਾਸਤੇ ਅੰਮਲ ਕਰਦੇ ਨੇ ਜਿਵੇਂ ਨਾ ਆਪਾਂ ਗੱਲ ਕਰ ਰਹੀ ਸੀ ਹਨਾ ਜਿਵੇਂ ਤੁਸੀਂ ਕ੍ਰਾਈਸਿਸ ਦੀ ਗੱਲ ਕੀਤੀ ਉਥੇ ਵੀ ਕ੍ਰਾਈਮ ਰੇਟ ਦੀ ਫੂਡ ਕ੍ਰਾਈਸਿਸ ਦੀ ਗੱਲ ਕੀਤੀ ਜਾਂ ਕੰਬੋਡੇਸ਼ਨ ਨਹੀਂ ਮਿਲ ਰਹੀ ਕਿਸੇ ਨੂੰ ਹਨਾ ਇਹ ਸਾਰੀਆਂ ਗੱਲਾਂ ਕੀਤੀਆਂ ਜਾਂ ਬਿਮਾਰੀਆਂ ਦੀ ਗੱਲ ਕੀਤੀ ਹੈਲਥ ਸਿਸਟਮ ਦੀ ਗੱਲ ਕੀਤੀ ਨੌਜਵਾਨ ਜਿਵੇਂ ਕੈਨੇਡਾ ਦੇ ਵਿੱਚ ਹਨਾ ਫਾਈਨੈਂਸ਼ਲੀ ਕ੍ਰਾਈਸਿਸ ਵੀ ਆਇਆ ਹੋਇਆਗਾ ਕੰਮ ਵੀ ਨਹੀਂ ਉਥੇ ਮਿਲ ਰਿਹਾਗਾ ਤੰਤ ਨਮੀ ਨਾ ਦੋ ਬੱਚੇ ਬੈਠੇ ਹੋਏ ਆ ਕੰਮ ਨਹੀਂ ਮਿਲ ਰਿਹਾ ਪਰ ਹੁਣ ਦੂਜੇ ਪਾਸੇ ਇੱਕ ਨਵਾਂ ਫਾਰਮੂਲਾ ਕੱਢ ਰਿਹਾ ਵੀ ਤੁਸੀਂ ਇੰਗਲੈਂਡ ਜਾਓ ਤੁਸੀਂ ਆਸਟ੍ਰੇਲੀਆ ਜਾਓ ਕੈਨੇਡਾ ਜਾਣ ਦੀ ਬਜਾਏ ਬੱਚੇ ਉਧਰ ਵੀ ਜਾ ਰਹੇ ਆ ਹੁਣ ਆਹੋ 100 ਸਾਲ ਪਹਿਲਾਂ ਸਾਡੇ ਬੰਦੇ ਮਲੇਸ਼ੀਆ ਸਿੰਘ ਉੱਪਰ ਜਾਂਦੇ ਸੀ ਹਮ ਠੀਕ ਹੈ ਨਾ ਜਿੱਧਰ ਨੂੰ ਆ ਲੱਗਦਾ ਕਿ ਇਥੋਂ ਚਾਰ ਛੱਲੜ ਬਣਨਗੇ ਉਹਦੇ ਨੂੰ ਧੁਰ ਜਾਂਦੇ ਨੇ ਜਿਹੜੀ ਤਾਂ ਉਨੀ ਹੀ ਗੱਲ ਹੈਗੀ ਉਹ ਤਾਂ ਆਮ ਬੰਦੇ ਵਾਸਤੇ ਹੈ ਯੂਨੀਵਰਸ ਦੇ ਵਿਚਾਰ ਚਾਚਾ ਸਮਝਦੇ ਆ ਉਹ ਚਾਹੇ ਹੁੰਦਾ ਕਿ ਜਿੱਥੇ ਅੱਜ ਦੁਨੀਆ ਹੈ ਆਪਾਂ ਉਹਨਾਂ ਦੇ ਸੀ ਜਾਂਦਾ ਹੈਗਾ ਹੁਣ ਕਿੱਧਰ ਨੂੰ ਜਾਊਗੇ ਜਿਹੜਾ ਨਵੀਂ ਤਕਨੀਕ ਆ ਜਾਂਦੀ ਹੈ ਉਹ ਸਾਰੀ ਦੁਨੀਆ ਨੂੰ ਇੱਕ ਪੱਧਰ ਦੀ ਐਨ ਬਿਲਕੁਲ ਸਾਫ਼ ਕਰਨ ਦਾ ਤਰੀਕਾ ਜਿਹੜਾ ਸ਼ੁਰੂ ਹੋਇਆ ਤੇ ਜਿੰਨੀ ਤੇਜ਼ੀ ਨਾਲ ਚੱਲ ਰਿਹਾ ਹੈ ਉਸ ਹਿਸਾਬ ਨਾਲ ਕਿੰਨਾ ਕੁ ਬਚ ਚੋਂਗੇ ਖੱਬੇ ਜਾ ਕੇ ਕਿ ਸੱਜੇ ਜਾ ਕੇ ਇਸ ਤਰੀਕੇ ਤੋਂ ਕੋਈ ਬਚਾ ਨਹੀਂ ਹੈਗਾ ਪਰ ਗੱਲ ਜੇ ਪੰਜਾਬ ਦੇ ਸਰਵਾਈਵਲ ਦੀ ਹੈ ਪੰਜਾਬ ਸਰਵਾਈਵ ਕਿਵੇਂ ਕਰੇ ਪੰਜਾਬ ਦੀ ਜਵਾਨੀ ਸਰਵਾਈਵ ਕਿਵੇਂ ਕਰੇ ਯਵੇਂ ਪ੍ਰਵਾਸ ਦੀ ਤੁਸੀਂ ਗੱਲ ਕੀਤੀ ਐ ਠੀਕ ਐ ਕੰਮ ਕਰਨ ਲਈ ਪ੍ਰਵਾਸ ਵੀ ਜ਼ਰੂਰੀ ਐ ਜੇ ਹੁਣ ਕੋਈ ਮਾਲਵੇ ਚੋਂ ਉੱਠ ਕੇ ਚੰਡੀਗੜ੍ਹ ਆ ਗਿਆ ਜਾਂ ਕੋਈ ਦੁਆਬੇ ਚੋਂ ਉੱਠ ਕੇ ਮੱਝੇ ਚੋਂ ਉੱਠ ਕੇ ਚੰਡੀਗੜ੍ਹ ਕੰਮ ਕਰਨ ਲਈ ਆ ਗਿਆ ਵੀ ਵੱਡੀ ਬਸਤੀ ਐ ਇੱਥੇ ਕੰਮ ਮਿਲ ਸਕਦਾ ਜਿਹੜਾ ਜਲੰਧਰ ਨਹੀਂ ਮਿਲ ਸਕਦਾ ਜਿਹੜਾ ਸ੍ਰੀ ਅਮਰਸਰ ਸਾਹਿਬ ਜਾਂ ਬਠਿੰਡੇ ਚ ਨਹੀਂ ਮਿਲ ਸਕਦਾ ਜਿਹੜਾ ਚੰਡੀਗੜ੍ਹ ਚ ਮਿਲ ਸਕਦਾ ਨਹੀਂ ਦੇਖੋ ਜੇ ਤਾਂ ਆਪਾਂ ਇਹਨੂੰ ਐ ਤਾਂ ਇਹ ਕਰਨ ਲੱਗੇ ਨਾ ਵੀ ਜਦੋਂ ਕੰਦੋਲੇ ਪਰਦੇਸ ਵਾਲੀ ਗੱਲ ਹਮ ਤੁਸੀਂ ਉਹੀ ਗੱਲ ਕਹਿ ਰਹੇ ਮੇਰੇ ਖਿਆਲ ਚ ਇਹ ਕੁੰਦਾ ਕਿ ਬੰਦੇ ਦੇ ਘਾਰਤ ਹੈਗੀ ਆ ਸ਼ਬਦਾਂ 'ਚ ਬੋਲੀਆਂ 'ਚ ਜਿੱਥੇ ਕਿ ਇੱਕ ਬੋਲੀ ਦੀ ਹੱਦ ਜਾਂਦੀ ਹੈ ਨਾ ਉੱਥੇ ਤੇ ਕਿਹੜਾ ਉਹਦੇ ਵਿੱਚ ਵਿੱਚ ਹੈ ਅਦਲਾ ਬਦਲੀ ਉਹ ਚੱਲਣ ਯੋਗ ਹੁੰਦੀ ਹੈ ਉਹਦੇ ਨਾਲ ਮਨੁੱਖ ਨੂੰ ਬੁਨਿਆਦੀ ਫਰਕ ਨਹੀਂ ਪੈਂਦੇ ਹਾਂ ਤੁਸੀਂ ਆਪਣੇ ਮਾਂ ਬੋਲ ਜੋ ਦੂਰ ਚਲੇ ਜਾਂਦੇ ਹੋ ਜਾਂ ਥੋੜਾ ਮੋਟਾ ਅਰਾਕੀ ਦੀ ਬੋਲ ਦਾ ਫਰਕ ਪੈ ਜਾਂਦਾ ਪਰ ਜਿਹੜੀਆਂ ਤੁਹਾਡੀਆਂ ਜ਼ਿੰਦਗੀ ਬਾਰੇ ਮੂਲ માનਤਾਵਾਂ ਨੇ ਉਹ ਇੱਕ ਸਮਾਨ ਲੈਂਦੀਆਂ ਨੇ ਉਹਦੇ ਵਿੱਚ ਵਿੱਚ ਤੁਰੇ ਫਿਰਨਾ ਇਹ ਬੜਾ ਵੱਡਾ ਫਰਕ ਨਹੀਂ ਆਇਆ ਹਮ ਫਰਕ ਇਹ ਪੈਂਦਾ ਉੱਥੇ ਜਾ ਕੇ ਜਦ ਤੁਸੀਂ ਆਪਣੀ ਬੋਲੀ ਦੀਆਂ ਹੱਦਾਂ ਓਹ ਲੰਘ ਜਾਂਦੇ ਹੋ ਹਮ ਕਿ ਜਦੋਂ ਦੂਜੀ ਬੋਲੀ ਚਲੇ ਜਾਂਦੇ ਹੋ ਤਾਂ ਤੁਹਾਨੂੰ ਲੱਗਦਾ ਰਹਿੰਦਾ ਕਿ ਮੈਨੂੰ ਦੁਨੀਆ ਉਵੇਂ ਹੀ ਦਿਸਦੀ ਹੈ ਪਰ ਉਵੇਂ ਨਹੀਂ ਦਿਸਦੀ ਕਿਉਂਕਿ ਬੰਦੇ ਨੂੰ ਦੁਨੀਆ ਸ਼ਬਦਾਂ ਨਾਲ ਦਿੰਦੀ ਹੈ ਜਦੋਂ ਦੂਜੀ ਬੋਲ ਦੀ ਹੱਦ ਚਲੇ ਗਏ ਜਿੱਥੇ ਉਹ ਸ਼ਬਦ ਚੱਲਦੇ ਨੇ ਉੱਥੋਂ ਦੁਨੀਆ ਉਸੇ ਨੇ ਦਿਸੂਗੀ ਫਿਰ ਉੱਥੇ ਹਮ ਤੁਸੀਂ ਉਹ ਸੱਚ ਨੂੰ ਨਹੀਂ ਬਦਲ ਸਕਦੇ ਜਿਵੇਂ ਕਿ ਮੰਨਿਆ ਜਾਂਦਾ ਜਦੋਂ ਬੰਦਾ ਬੋਲੀ ਆਪਣਾ ਪ੍ਰਵਾਸ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਹਦੀ ਬੋਲੀ ਤੇ ਵੱਡਾ ਵੱਜਦਾ। ਹੂੰ। ਜਿਹੜਾ ਤੁਸੀਂ ਬਦਲਾ ਕੇ ਨਹੀਂ ਉਹ ਵੀ ਅੰਦਰ ਅੰਦਰ ਉਹ ਨਹੀਂ ਮੈਨੂੰ ਲੱਗਦਾ ਐਡਾ ਵੱਡਾ ਬਦਲਾ। ਅਸਲ ਬਦਲਾ ਉੱਥੇ ਹੁੰਦੀ ਤੁਸੀਂ ਆਪਣੀਆਂ ਹੱਦਾਂ ਰੰਗ ਜਾਂਦੇ ਆ। ਹੂੰ। ਜਿਹੜਾ ਆਪਣੇ ਵੀ ਭਵਿੱਖ ਕੀ ਆ ਸਾਰੇ ਕਾਸੇ ਦਾ ਉਹ ਹੁਣ ਦੁਨੀਆ ਸਾਰੀ ਦਾ ਜੁੜਿਆ ਹੋਇਆ। ਹੁਣ ਆਏ ਨਿੱਕੇ ਮੋਟੇ ਬੰਨਣ ਨੂੰ ਨਹੀਂ ਚੱਲਦਾ ਕਿਸੇ ਦਾ ਵੀ। ਯਾਰ ਹੁਣ ਜਿਹਦੇ ਪੈਰ ਘਟਕੇ ਜਿਹਦਾ ਕੋਈ ਢਾਂਚਾ ਖੜਾ ਹੋਇਆ ਉਹਨੂੰ ਦੁਨੀਆ ਦੇਖੂਗੀ ਹੂੰ ਠੀਕ ਹੈ ਫਿਰ ਜਾਂ ਐਦਾਂ ਵੀ ਟਾਕਾ ਪੰਨਾ ਨਹੀਂ ਲੱਗਣਾ ਹੈ ਹੁਣ ਕਿਸੇ ਜਾਂ 2 400 ਸਾਲ ਪਹਿਲਾਂ ਲੱਗਦਾ ਸੀ ਨਾ ਵੀ ਨਿੱਕੀਆਂ ਨਿੱਕੀਆਂ 500 600 ਰਸਤਾ ਬਣਾਈਆਂ ਇੱਥੇ ਹੂੰ ਹੁਣ ਟੈਕਨੀਕ ਨਹੀਂ ਤਾਂ ਉਹ ਸਭ ਨਹੀਂ ਬਣਣ ਦੇਣੀਆਂ ਜਾਂ ਦੁਨੀਆ ਸਾਰੀ ਰਲ ਕੇ ਸੋਚੂਗੀ ਕਿ ਇਸ ਕੰਮ ਨੂੰ ਠੱਲ ਲਓ ਆਪਣਾ ਹੂੰ ਆਪਾਂ ਪਿੱਛੇ ਨਹੀਂ ਜਾ ਕੇ ਸੌਖੇ ਰਾਵਾਂਗੇ ਫਿਰ ਹੋਰ ਗੱਲ ਹੈ ਪਿੱਛੇ ਨੂੰ ਜਾ ਕੇ ਸੌਖੇ ਰਵਾਂਗੇ ਜਿਵੇਂ ਕੋਈ ਚੰਡੀਗੜਾ ਆ ਕੇ ਵੀ ਵਸ ਗਿਆ ਹਨ ਜਿਵੇਂ ਤੁਸੀਂ ਗੱਲ ਕੀਤੀ ਵੀ ਬੇਸ਼ੱਕ ਇਹ ਤਾਂ ਜਿੱਥੋਂ ਤੱਕ ਤੁਹਾਡੀ ਬੋਲੀ ਦੀ ਹਨ ਉਹ ਦਾਇਰਾ ਜਿੱਤ ਤੱਕ ਬੋਲੀ ਦਾ ਤੁਹਾਡੀ ਹੱਦ ਹੈ ਉਥੋਂ ਤੱਕ ਜਾਣਾ ਤਾਂ ਉਹ ਅਲੱਗ ਗੱਲ ਆ ਬੋਲੀ ਤੋਂ ਬਾਹਰ ਕਿਸੇ ਹੋਰ ਬੋਲੀ ਚ ਜਾਣਾ ਹਨ ਤੇ ਫਿਰ ਉਸ ਕਲਚਰ ਨੂੰ ਅਡਾਪਟ ਕਰ ਲੈਣਾ ਉਹ ਇੱਕ ਅਲੱਗ ਗੱਲ ਆ ਪਰ ਜਿਹੜੇ ਹੁਣ ਮਾਲਵੇ ਚ ਚੰਡੀਗੜਾ ਆ ਕੇ ਵੀ ਵਸ ਗਏ ਹਨ ਜੀ ਤਾਂ ਉਹਨਾਂ ਦਾ ਵੀ ਨਹੀਂ ਕਰਦਾ ਵਾਪਸ ਜਾਣ ਨੂੰ ਜਾਂ ਉਸ ਛੋਟੇ ਪਿੰਡਾਂ ਚ ਜਾ ਕੇ ਜੀ ਨਹੀਂ ਲੱਗਦਾ ਇਹ ਗੱਲ ਵੀ ਆਉਂਦੀ ਆ ਪਰ ਹਾਲਾ ਕਿ ਜਿਹੜੀ ਸ਼ਾਂਤੀ ਆ ਜਿਹੜਾ ਸਕੂਨ ਆ ਜਿਹੜੀ ਪੀਸ ਆ ਉਹ ਉੱਥੇ ਹੈਗੀ ਆ ਜਿਹੜੇ ਬਾਹਰ ਬੈਠੇ ਵੀ ਕਹਿੰਦੇ ਆ ਵੀ ਹਾਂ ਅਸੀਂ ਪੰਜਾਬ ਜਾਣਾ ਇਹ ਗੱਲ ਤਾਂ ਹੁੰਦੀ ਆ ਨਹੀਂ ਉਹ ਤਾਂ ਹੁੰਦੀ ਕਿ ਬੰਦੇ ਮਨ 'ਚ ਕੁਝ ਗੱਲਾਂ ਰਹਿੰਦੀਆਂ ਨੇ ਪਰ ਪੂਰੀਆਂ ਕਰਨੋਂ ਬੰਦਾ ਉਹਨਾਂ ਮਲਤਾਂਗਾਂ ਦਾ ਜਿਹੜੀਆਂ ਉਹਨੂੰ ਸੱਚੀ ਲੱਗਦੀਆਂ ਨੇ ਕੁਝ ਗੱਲਾਂ ਸਾਡੇ ਅੰਦਰ ਖਿਆਲ ਵਜੋਂ ਬਸੀਆਂ ਰਹਿੰਦੀਆਂ ਨੇ ਅਸੀਂ ਉਹਨਾਂ ਲਈ ਤਾਂਗ ਦੇ ਨਹੀਂ ਹਾਂ ਉਹ ਜੀ ਆ ਕਰਦਾ ਹੁੰਦਾ ਇਦਾਂ ਕਈ ਬੰਦੇ ਮੈਂ ਸਾਡੇ ਉਹ ਬੰਦਾ ਸੀ ਉਹ ਕਹਿੰਦਾ ਮੇਰਾ ਜੀ ਕਰਦਾ ਉਹ ਦਾੜੀ ਕੱਟੀ ਹੋਈ ਸੀ ਉਦਾਂ ਵੀ ਮੇਰੇ ਸਵੇਰ ਨੂੰ ਨਾ ਇੱਡੀ ਇੱਡੀ ਹੋ ਜਾਏ ਗੱਡ ਖਿੜ ਦਾੜੀ ਫਿਰ ਵੀ ਫੇਰ ਮੈਂ ਰੱਖ ਲੂੰਗਾ ਹੁਣੇ ਜੀ ਕਰਨ ਦਾ ਗੱਲ ਹੈ ਰੱਖਣ ਦਾ ਮਸਲਾ ਨਹੀਂ ਸੀ ਉਹਨਾਂ ਬਾਰੇ ਲੋਕਾਂ ਅੱਜੀ ਕਰਦਾ ਚੰਡੀਗੜ੍ਹੋਂ ਜਾਂ ਉੱਥੋਂ ਨੂੰ ਜੇ ਤੁਸੀਂ ਕਹਿ ਰਹੇ ਹੋ ਉਹਦਾ ਮਨ 'ਚ ਖਿਆਲ ਬੰਦੇ ਦੇ ਜਿਹੜਾ ਗੁਰਮਖ ਨਹੀਂ ਹੋ ਗਿਆ ਉਹਦੇ ਮਨ 'ਚ ਦੋ ਖਿਆਲ ਤਾਂ ਚੱਲਦੇ ਰਹਿੰਦੇ ਬਹੁਤ ਹੀ ਵਾਰੀ ਦੋ ਬਤਾ ਦੂਦਾਨਕ ਮੈਂ ਜ਼ਿੰਦਗੀ ਜਿਉਣ ਲਈ ਬੰਦਾ ਇੱਕ ਦੋ ਵੱਧ ਰੂਪਾਂ ਨੂੰ ਤਾਂਗਦਾ ਰਹਿੰਦਾ ਜੇ ਇਹ ਤਾਂਗ ਨਾ ਹੋਵੇ ਤਾਂ ਮਨੋਰੰਜਨ ਦੀ ਮੰਡੀ ਦੁਨੀਆ 'ਚ ਐਡੀ ਵੱਡੀ ਨਾ ਹੋਵੇ ਤੋਂਬਦ ਕਦੋਂ ਹੁੰਦੀ ਹੈ ਤੋਂਬਦ ਨਾਲ ਹੀ ਪੈਦਾ ਹੁੰਦੀ ਆਉਂਦੀ ਹੁੰਦੀ ਨਹੀਂ ਹਾਂ ਜਾਂਦੀ ਕਦੋਂ ਆ ਇਹ ਸਾਨੂੰ ਇਹ ਪਤਾ ਹੁੰਦਾ ਵੀ ਜਿਨ੍ਹਾਂ ਨੂੰ ਜਾਂਦੀ ਹੈ ਲੋਕ ਹਾਂ ਉਹ ਲੋਕੀ ਉਹਨਾਂ ਨੂੰ ਪੂਜਦੇ ਨੇ ਬਸ ਇਹੀ ਪਤਾ ਲੱਗਦਾ ਗਿਆ ਜਿੱਥੋਂ ਇਹ ਲੰਘਦੇ ਨੇ ਉਹ ਜਿਹੜੇ ਜਿਉਂਦੇ ਬੰਦੇ ਮਹਿਸੂਸ ਕਰਦੇ ਨੇ ਕਿ ਕੁਝ ਫਰਕ ਹੈ ਬਾਕੀਆਂ ਨਾਲੋਂ ਹਾਂ ਉਹ ਦੱਸਣ ਲੱਗ ਜਾਂਗੇ ਦੱਸਣ 'ਚ ਭੱਜ ਜਾਂਦੀ ਕਿ ਕੋਈ ਇਦਾਂ ਦੀ ਖੇਡ ਹੈਗੀ ਠੀਕ ਹੈ ਨਮ ਤੋਸ ਕਿਆ ਵੀ ਆਹਾਹਾ ਫੈਕਟ ਨੇ ਹਨਾ ਪੈਂਦੇ ਨੇ ਸਾਡੇ ਤੇ ਅ ਮਤਲਬ ਜਿਹੜਾ ਪ੍ਰਵਾਸ ਹੋ ਰਿਹਾ ਪ੍ਰਵਾਸ ਦੇ ਨਾਲ ਮਤਲਬ ਇਹਨੂੰ ਰੋਕਣ ਦੇ ਲਈ ਇਹਨੂੰ ਠੱਲ ਪਾਉਣ ਦੇ ਲਈ ਪ੍ਰਵਾਸ ਨੂੰ ਤੁਹਾਡੇ ਕੋਲੇ ਕੀ ਉਹ ਆ ਪੰਜਾਬ ਦੇ ਨੌਜਵਾਨ ਬਾਹਰ ਨਾ ਜਾਣ ਦੇ ਜਿਵੇਂ ਸਿੱਧੀ ਮੋਟੀ ਕਿਸੇ ਇੱਕ ਬੰਦੇ ਕੋਲੇ ਪੂਰੀ ਹੁੰਦੀ ਤੋ ਦੇ ਦਿੰਦੇ ਠੀਕ ਹਾਂ ਇੰਨਾ ਜ਼ਰੂਰ ਹੈ ਕਿ ਜਿਹੜਾ ਮਨ ਨਾ ਆਪਣਾ ਮਨਾਉਣਾ ਫਿਰ ਕੋ ਵਰਤਾਂਤ ਖੜਾ ਕਰਨਾ ਫਿਰ ਲੋਕਾਂ ਸਾਹਮਣੇ ਸੱਚ ਬਣਾਉਣਾ ਅਸਰ ਗੱਲ ਇੰਨੀ ਹੁੰਦੀ ਵੀ ਮੇ ਸਾਡੇ ਬੰਦਿਆਂ ਨੂੰ ਬਾਹਰ ਜਾਣ ਲਈ ਅਸੀਂ ਮਜਬੂਰ ਕੀਤਾ ਆਪਣੇ ਧਿਆ ਪੁੱਤਾਂ ਨੂੰ ਉਹ ਇੱਕ ਦੰਚਤਾ ਨਹੀਂ ਹੋ ਗਿਆ ਠੀਕ ਕਿਸੇ ਨੇ ਪਹਿਲਾਂ ਜੋਰ ਲਾਇਆ ਠੀਕ ਹੈ ਕਿ ਗੋਡੇ-ਗੋਡੇ ਬਰਫ 'ਚ ਰਹਿਣਾ ਘੈਂਟ ਗੱਲ ਹੁੰਦੀ ਹਮਮ ਠੀਕ ਹੈ ਉਹ ਗੱਲ ਸੱਚ ਲੱਗਣ ਲੱਗੀ ਤਾਂ ਸਾਡੇ ਬੱਚੇ ਜਾਣ ਲੱਗੇ ਆ ਤੇ ਠੀਕ ਉਹ ਮੈਂ ਜ਼ਿਕਰ ਕਿ ਆਪ ਦੇ ਕੋਲ ਜਿਹੜਾ ਜੋ ਸੁਖ ਸ਼ੱਜੂ ਦੇ ਚਵਰੇ ਵਾਲਾ ਕੰਮ ਹੈ ਉਹਨੂੰ ਵੀ ਦਵਾਰੇ ਖੜਾ ਬਣ ਇੱਕ ਗੱਲ ਹੈ ਦੂਜਾ ਕਿ ਯਸਤ ਇਹ ਸਰ ਕੰਮ ਦਾ ਮਸਲਾ ਹੈ ਮੈਨੂੰ ਤਾਂ ਲੱਗਦਾ ਕਿ ਬੰਦੇ ਬਾਹਰ ਜਾ ਕੇ ਵੱਧ ਮਿਹਨਤ ਕਰਦੇ ਨੇ ਵੱਡੇ ਹਿੱਸੇ ਨੂੰ ਗੱਲ ਤਾਂ ਪਤਾ ਹੈ ਇੱਥੇ ਮੈਂ ਤੁਹਾਨੂੰ ਦੋ ਨਿੱਕੀਆਂ ਨਿੱਕੀਆਂ ਬਹੁਤ ਨਿੱਕੀਆਂ ਮਸਾਲਾ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸੌਖਾ ਸਭ ਕੁਝ ਹੋ ਜੂ ਇੱਥੇ ਨੰਦਪ੍ਰਸਾਦ ਮੈਂ ਦੇਖਿਆ ਵੀ ਉਹ ਰੋ ਖੋਪੇ ਵਾਲਾ ਕੱਚਾ ਖੋਪਾ ਵਿਕਦਾ ਜਿਹੜਾ ਉਹ ਪਾਣੀ ਵਾਲਾ ਤੇ ਉਹ ਉਹਦੇ ਮੈਨੂੰ ਪਤਾ ਲੱਗਿਆ ਬੰਦੇ ਤੇ ਉਹਦੇ ਜੋ ਉਹਨੇ ਕੱਲ ਮੈਨੂੰ ਕਹੀ ਵੀ ਅਸੀਂ ਜੀ ਇੱਕ ਗੱਡੀ ਵੱਡੀ ਮੰਗਾਉਨੇ ਆ ਉਹ ਜੇ 12 13000 ਨਗ ਹੁੰਦਾ ਸਾਨੂੰ ਉਹ 2200 ਰੁਪਏ ਦਾ ਪੈਂਦਾ ਅਸੀਂ 50 ਰੁਪਏ ਦਾ ਵੇਚਦੇ ਆ ਇੱਕ ਪਿਛੇ ਇੰਨੇ ਰੁਪਏ ਤੁਹਾਨੂੰ ਬਚਦੇ ਆ ਜਿਵੇਂ ਮੋਟਾ ਹਿਸਾਬ ਲਾਇਆ ਜਿਹੜਾ ਦੱਸਿਆ ਉਹਨੇ ਜੇ ਮੈਨੂੰ ਅੱਧਾ ਵੀ ਕਰ ਲਾਂ ਤਾਂ ਵੀ ਲਗਭਗ ਉਹਦੇ ਕਹਿਣ ਮੁਤਾਬਕ 2 ਲੱਖ ਰੁਪਈਆ ਬਣਦਾ ਸੀ ਉਹਦਾ ਮਹੀਨੇ ਦਾ ਹੂੰ ਬਚਦਾ ਸੀ ਚਲੋ ਹੁਣ ਅਸੀਂ ਉਹਨੂੰ 25% ਦੀ ਮੰਨ ਲਈਏ ਤਾਂ ਵੀ 7 ਲੱਖ ਬਣਦਾ ਸੀ ਤੇ ਉਹਦੀ ਜਿਹੜੀ ਲਾਗਤ ਤੇ ਉਹਦੀ ਕਮਾਈ ਦੇ ਹਿਸਾਬ ਨਾਲ ਜਿਹੜਾ ਉਹ ਬੰਦੇ ਜਿਹੜੇ ਬੰਦੇ ਉਹ ਹਿਸਾਬ ਕਿਤਾਬ ਕੱਢਦੇ ਪੈਸੇ ਵਾਲੇ ਸਮਝਦੇ ਹਨਾ ਜਿੱਦੋਂ ਫੀਸ ਦੀਆਂ ਪਰਸੈਂਟ ਕੱਢਦੇ ਆ ਤਾਂ ਫਿਰ ਬਹੁਤ ਵੱਡੀ ਗੱਲ ਹੈ ਠੀਕ ਇਸ ਤਰੀਕੇ ਨਾਲ ਦੂਸਰਾ ਜਿਹੜਾ ਇੱਥੇ ਚੀਜ਼ਾਂ ਸਾਡੇ ਅਸੀਂ ਵੇਖਦੇ ਆ ਕਿ ਪਿੰਡਾਂ ਜੋ ਕੋਈ ਸਬਜ਼ੀ ਲੈ ਕੇ ਬੰਦਾ ਮੰਡੀ ਜਾਂਦਾ ਉਹ ਕਿੰਨੇ ਭਾਅ ਵਿੱਚਦਾ ਮੰਡੀ ਤੋਂ ਬੰਦਾ 2 ਘੰਟਿਆਂ ਚ 4 ਘੰਟਿਆਂ ਵਿੱਚ ਬੋਲੀ ਲੈ ਕਿੰਨੇ ਦੇ ਚੁਕਾ ਦਿੰਦਾ ਸਾਡੇ ਕਿ ਮਿੱਤਰ ਨੇ ਮੈਨੂੰ ਇਹ ਗੱਲ ਸੁਣਾਈ ਉਹ ਕਹਿੰਦਾ ਸੀ ਬੈਂਗਣੀ ਲੈ ਕੇ ਸ਼ਹਿਰ ਗਏ 4 ਰੁਪਏ ਬੋਲੀ ਦੇ ਕਿਲੋ ਦੇ ਕੇ ਆਂਦੀ ਉਹਦੇ ਸਾਹਮਣੇ ਉਹਨੇ ਉਹਦੇ ਇੱਕ ਜਾਣਕਾਰ ਬੰਦੇ ਨੂੰ ਜਿਹੜਾ ਰੇੜੀ ਲਾ ਕੇ ਵੇਚਦਾ ਸੀ ਉਹਨੂੰ ਚਿਕਾਈ 8 ਰੁਪਏ ਉਹ ਕਹਿੰਦਾ ਵੀ ਜਾ ਕੇ ਉਹਨੇ ਉਹਦੇ ਸ਼ਹਿਰ ਜਿਹੜਾ ਨੇੜੇ ਸ਼ਹਿਰ ਸੇ ਛੋਟਾ ਉੱਥੇ ਜਾ ਕੇ ਰੇੜੀ ਲਾਈ ਹੋਈ ਕੁਦਰਤੀ ਹੋ ਗਿਆ ਪੁੱਛਿਆ ਕੀ ਪਾ ਉਹ ਕਹਿੰਦਾ 40 ਰੁਪਏ ਠੀਕ ਮਰ ਇੱਕ ਦਿਹਾੜੀ ਦੇ ਅੰਦਰ ਅੰਦਰ ਉਹੀ ਚੀਜ਼ 14 ਤੋਂ 40 ਤੱਕ ਗਈ ਹੂੰ ਜੇ ਬੰਦਾ ਫੀਸ ਲਈ ਮਾਰਜਿਨ ਕੱਢਦਾ ਹੈ ਉਹਦਾ ਪਰਸੈਂਟੇਜ ਘਟਦਾ ਹੈ ਉਹਦੀ। ਨਾ ਪਤਾ ਲੱਗਦਾ ਕਿ ਇਹਦੇ ਵਿੱਚ ਕਮਾਈ ਹੈ। ਸੰਭੋ ਹੈ ਇਹਦੇ ਵਿੱਚ। ਠੀਕ। ਹਾਲੇ ਦੇਖੀ ਪੰਜਾਬੀ ਵਿੱਚ ਜਿਹੜਾ ਖੇਤੀ ਇੱਕ ਵੱਡਾ ਆਧਾਰ ਹੈ ਜ਼ਿੰਦਗੀ ਚੋਂ ਦਾ। ਤੇ ਦੁਨੀਆਂ ਜਾਂ ਜਿਵੇਂ ਦੁਨੀਆਂ ਜਦੋਂ ਨੂੰ ਜਾਣਦੀ ਹੈ ਉਹਦੇ ਜੇ ਗੱਲ ਦੀ ਸੰਭਾਵਨਾ ਪਈ ਹੈ ਕਿ ਖੇਤੀ ਦੇ ਆਧਾਰ ਤੇ ਕਾਰੋਬਾਰ ਜਿਹੜਾ ਉਹਨੇ ਮੁੜ ਕੇ ਆਪ ਦਾ ਮਹੱਤਵ ਧਾਰਨ ਕਰਨੇ ਕਰਨਾ ਹੈ। ਪੰਜਾਬ ਦੇ ਨੌਜਵਾਨ ਤਾਂ ਮਤਲਬ ਜਿਵੇਂ ਗੱਲ ਕਰਾਂ ਜਿਵੇਂ ਆਪਾਂ ਕਰ ਰਹੇ ਹਾਂ ਕਿ ਬਾਹਰ ਜਾ ਰਹੇ ਆ ਹਨਾ। ਮਤਲਬ ਸਾਡੇ ਟਰੈਕਟਰਾਂ ਤੇ ਪ੍ਰਵਾਸੀ ਬੈਠੇ ਆ ਸਾਡੇ ਪੱਠੇ ਪ੍ਰਵਾਸੀ ਵੱਡ ਕੇ ਲਿਆ ਰਹੇ ਆ ਨੌਜਵਾਨ ਮਤਲਬ ਮੇਰੇ ਸਮਕਾਲੀ ਜੇ ਮੈਂ ਕਹਾਂ ਮੇਰੇ ਸਮਕਾਲੀ ਵੀ ਮੇਰੇ ਜਿਹੜੇ ਦੋਸਤ ਨੇ ਜਿਹੜੇ ਮੇਰੇ ਨਾਲ ਪੜ੍ਹੇ ਨੇ ਮੈਂ ਕਿਸੇ ਨੂੰ ਨਹੀਂ ਜਾਂਦਾ ਵੇਖਿਆ ਵੀ ਕੋਈ ਪੱਠੇ ਵੱਡ ਕੇ ਲਿਆਉਂਦਾ ਸਿਰੀ ਰੱਖੇ ਆ ਵੀ ਹਾਂ ਵੀ ਸਿਰੀ ਹੀ ਲੈ ਕੇ ਆਊਗਾ ਠੀਕ ਦੋ ਕੁਛ ਲੋ ਚੀਜ਼ਾਂ ਹੁਣ ਸਮਾ ਆ ਗਿਆ ਜਦੋਂ ਸੰਦ ਨਵੇਂ ਆ ਗਏ ਜੋ ਹੋਤੀ ਜਾ ਆ ਗੀਆਂ ਉਹ ਐ ਤਾਂ ਨਹੀਂ ਹੁੰਦਾ ਵੀ ਹੁਣ ਸਾਰੇ ਬੰਦੇ ਲੱਕੜ ਦੇ ਪਿੰਗਾਂ ਵਾਲੇ ਗੱਡੇ ਜੋੜੋ ਉਹ ਨਹੀਂ ਮਸਲਾ ਹੈ ਹਲ ਤਾਂ ਇਸ ਕੰਮ ਵੱਲ ਬੰਦੇ ਦੀ ਜਿਹੜੀ ਰੁਝਾਨ ਹੈ ਉਹਦੇ ਚ ਸਮਝ ਬਣਨੀ ਹੈ ਉਹਨੂੰ ਇੱਕ ਇਹ ਸਮਝੋ ਲੈਣਾ ਹੈ ਨਾ ਇੱਥੇ ਬਜੋ ਨਹੀਂ ਬਰਾਸਤ ਬਜੋ ਲੈਣਾ ਮੈਂ ਖੇਤੀਬਾੜੀ ਦੀ ਗੱਲ ਕੀਤੀ ਨਾ ਤੁਸੀਂ ਖੇਤੀਬਾੜੀ ਕਰਿਆ ਮੇਰੇ ਮੈਂ ਜੇ ਤੁਸੀਂ ਇਹਨੂੰ ਬਰਾਸਤ ਵਿੱਚ ਸਮਝ ਜਦੇ ਤਾਂ ਬੰਦਾ ਵੱਡੇ ਘਾਟੇ ਚੱਲਣ ਨੂੰ ਤਿਆਰ ਹੋ ਜਾਂਦਾ ਹੂੰ ਠੀਕ ਹੁਣ ਪਹਿਲਾਂ ਇਹ ਸੀ ਕਿ ਜਿਹੜੇ ਸਾਡੇ ਦਾਦੇ ਸੀ ਉਹਦੇ ਮਨ ਚ ਇਹ ਸੀ ਵੀ ਆਹ ਜ਼ਮੀਨ ਮੈਨੂੰ ਮਿਲੀ ਹੈ ਪੁਰਖਿਆਂ ਤੋਂ ਮੈਂ ਗਾਂਵ ਜਵਾਕ ਨੂੰ ਉਹ ਨਹੀਂ ਦੇ ਕੇ ਜਾਣੀ ਇਹ ਮੇਰੀ ਜਾਇਦਾਦ ਨਹੀਂ ਹੈ ਮੈਂ ਤਾਂ ਦਾ ਇੱਕ ਰਖਵਾਲਾ ਜ਼ਮੀਨ ਵਾਲੇ ਵਿਚਾਰੇ ਵੱਖਰੇ ਸੀ ਅਜਨ ਹੁਣ ਲੱਗਦਾ ਵੀ ਮੇਰੇ ਪਿਓ ਨੇ ਮੈਨੂੰ ਜ਼ਮੀਨ ਦਿੱਤੀ ਐ ਮੈਂ ਇਹਨੂੰ ਖਾਵਾ ਮੋਟਾ ਜੇ ਮਰਜ਼ੀ ਕਰਾਂ ਠੀਕ ਹੁਣ ਜਦੋਂ ਇਹ ਜਮੀਨ ਜਮੀਨ ਐ ਜਿਹੜੀ ਉਹ ਇੱਕ ਵਸਤ ਹੈ ਤਾਂ ਉਹਦੇ ਨਾਲ ਰਿਸ਼ਤਾ ਬੰਦੀ ਦਾ ਬਰਤਨ ਦੇ ਹੋਸਾ ਠੀਕ ਹੈ ਜੇ ਤਾਂ ਲੱਗੇ ਇਹ ਵਿਰਾਸਤ ਐ ਇਹ ਜ਼ਿੰਮੇਵਾਰੀ ਐ ਫਿਰ ਹੋਰ ਤਾਂ ਰਹੂਗਾ ਠੀਕ ਹੈ ਫਿਰ ਬੰਦਾ ਉਹਦੇ ਤੇ ਖੇਤੀ ਕਰੂਗਾ ਤਾਂ ਹੋਰ ਤਾਂ ਹੋਊਗੀ ਠੀਕ ਹੈ ਹਾਂ ਉਹ ਇਹ ਤੇ ਆ ਕੇ ਕਮਾਈ ਕਰਨ ਦੇ ਮਸਲੇ ਨਾਲੋਂ ਜਿਹੜਾ ਵਿਚਾਰ ਹੈ ਜੀਣ ਦਾ ਉਹਨੂੰ ਸਮਝਣ ਦਾ ਜ਼ਿਆਦਾ ਮਸਲਾ ਹੈਗਾ ਕਿ ਅਸੀਂ ਕਿੰਨੀਆਂ-ਕਿੰਨੀਆਂ ਗੱਲਾਂ ਜਿਹੜੀਆਂ ਧਾਰਨ ਕੀਤੀਆਂ ਹੋਈਆਂ ਨੇ ਸੱਚ ਮੰਨ ਕੇ ਉਹਨਾਂ 'ਚ ਪੈਸਾ ਪਰ ਵੀ ਸੱਚਾਈ ਨਹੀਂ ਹੈਗੀ ਜਿਵੇਂ ਖੜ ਆ ਗਈ ਹਾਂਜੀ ਅ 8 8 9 9 ਫਟ ਪਾਣੀ ਚੜ ਗਿਆ ਜਦੋਂ ਪਾਣੀ ਨਿਕਲੂ ਰੇਤਾ ਵੀ ਹੋਊਗਾ ਉੱਥੇ ਜ਼ਮੀਨਾਂ ਤੇ ਫਸਲਾਂ ਖਰਾਬ ਹੋਗੀਆਂ ਮੋਟਰਾਂ ਵੀ ਖਰਾਬ ਹੋਗੀਆਂ ਲੋਕਾਂ ਨੇ ਹੁਣ ਬਹੁਤ ਮਤਲਬ ਮੁਸ਼ਕਲ ਨਾ ਨਾ ਘਟੂ ਘਟ ਪੰਜ ਸਾਲ ਨਹੀਂ ਉੱਠ ਸਕਣਾ ਜੇ ਜੋੜ ਤੋੜ ਲਾ ਗਈ ਆਪਾਂ ਮੈਨੂੰ ਲੱਗਦਾ ਹਨਾ ਜਿਹਦਾ ਹਿਸਾਬ ਲੱਗ ਗਿਆ ਕਿਤਨਾ ਕਿਤੇ ਇੱਛਾਵਾਂ ਵੀ ਵਧ ਗਈਆਂ ਤੁਹਾਨੂੰ ਲੱਗਦਾ ਜਿਹੜਾ ਲਗਜ਼ਰੀ ਲਾਈਫ ਸਟਾਈਲ ਆ ਉਹਨੇ ਵੀ ਅਟਰੈਕਟ ਕੀਤਾ ਕੋਠੀਆਂ ਵੱਡੀਆਂ ਕਾਰਾਂ ਲਿਮਟਾਂ ਲੋਕਾਂ ਦੀਆਂ ਕਰੋੜ ਦੋ-ਦੋ ਕਰੋੜ ਦੀਆਂ ਲਿਮਟਾਂ ਹੋ ਗਈਆਂ ਮੇਰੇ ਜਾਣਕਾਰ ਨੇ ਕਹੀ ਮਤਲਬ 15-20 ਕਲੇ ਜ਼ਮੀਨਾਂ ਦੋ-ਦੋ ਕਰੋੜ ਦੀਆਂ ਲਿਮਟਾਂ ਹੋ ਗਈਆਂ ਦੇਖ ਵੀਰੇ ਉਦਾਂ ਮੈਂ ਕੋਬਾਲਾ ਮਾਹਰ ਨਹੀਂ ਇਹਦਾ ਪੈਸੇ ਤੇ ਵਾਲੇ ਮਾਸਲੇ ਦਾ ਪਰ ਇਹਨਾਂ ਹੈ ਕਿ ਇਹ ਕਿਤੇ ਨਹੀਂ ਲਿਖਿਆ ਕਿ ਭੁੱਖੇ ਮਰੋ ਵੀ ਤਾਂ ਹੀ ਵਧੀਆ ਜ਼ਿੰਦਗੀ ਹੁੰਦੀ ਹੈ ਠੀਕ ਹੈ ਨਾ ਵੀ ਲੋਕਾਂ ਨੂੰ ਜੇ ਕੱਪੜੇ ਜੁੜ ਸਕਦੇ ਨਹੀਂ ਤੇ ਪੋਣੇ ਚਾਹੀਦੇ ਨੇ ਉਹ ਨਹੀਂ ਹੈ ਅਸਲ ਮਸਲਾ ਤੇ ਇਹਨਾਂ ਹੈ ਭਾਈ ਵੀ ਹਰਾਮ ਦੇ ਨਾਲ ਪੈਸੇ ਦੇ ਨਾਲ ਬੰਦਾ ਮੁਕਤ ਮਲ ਕੱਪੜੇ ਨਾ ਪਾਵੇ ਅਡੀਆਂ ਜਾ ਕੇ ਫਾ ਨਾ ਲਾਵੇ ਅਸਲ ਮਸਲਾ ਹਟਲੀ ਇਹ ਹੈ ਠੀਕ ਹੈ ਨਾ ਇਹ ਨਹੀਂ ਕਿ ਬੰਦਾ ਜੇ ਕੋਈ ਬੰਦਾ ਕਮਾਈ ਕਰ ਰੇ ਵੀ ਖੇਤੀ ਦਾ ਬੰਦਾ ਵਧੀਆ ਕੱਪੜੇ ਨਹੀਂ ਪਾ ਸਕਦਾ ਇਹ ਕੋਈ ਐਦਾਂ ਦਾ ਅਸੂਲ ਨਹੀਂ ਹੈ ਰੱਬ ਦਾ ਠੀਕ ਹੈ ਪਰ ਸ਼ਰਟਾਂ 14 14000 ਦੀਆਂ ਹੋਣਗੀਆਂ ਨਾ ਜਿਹੜੀਆਂ ਪਾਉਂਦੇ ਆ ਸਾਰੇ ਅੱਜਕੱਲ ਚਲੋ ਮਤਲਬ ਇੱਕੋ ਹੀ ਛਾਵਾਂ ਦੀ ਜਾਂ ਲਗਜ਼ਰੀ ਲਾਈਫਸਟਾਈਲ ਦੀ ਗੱਲ ਕਰ ਰਿਹਾ ਮੈਂ ਕਿਉਂ ਨੇ ਅਟਰੈਕਟ ਕੀਤਾ ਉਹਨੇ ਵੀ ਪ੍ਰਭਾਵ ਪਾਇਆ ਨਹੀਂ ਪ੍ਰਭਾਵ ਤਾਂ ਜਦੋਂ ਜਿਹੜੀ ਚੀਜ਼ ਦੁਨੀਆ 'ਚ ਆ ਗਈ ਹੈ ਉਹ ਆਪ ਦਾ ਛੱਡੂਗੀ ਹਾਂ ਸਿੱਧਾ ਪਾਵੇ ਤੇ ਅਸਿੱਧਾ ਪਾਵੇ ਨਾ ਉਹਦਾ ਪਹਿਣੇ ਪਹਿਣਾ ਉਦੋਂ ਤੁਸੀਂ ਮੁੱਖ ਨਹੀਂ ਸਾ ਜਿਹੜੀ ਚੀਜ਼ ਸਥਾਪਿਤ ਹੋ ਗਈ ਕਿਤੇ ਦੂਰ ਜਾਂ ਨੇੜੇ ਦੁਨੀਆ ਹੁਣ ਜੁੜ ਗਈ ਹੈ ਉਹ ਅਸਰ ਪੈਣਾ ਉਹਦੇ ਆਪਾਂ ਉਹਦੇ ਕਿ ਕਿਸੇ ਚੀਜ਼ ਦੇ ਅਸਰ ਤੋਂ ਮੁਕਤ ਆਪਾਂ ਕਿਵੇਂ ਹੋ ਸਕਦੇ ਹਾਂ ਹਨਾ ਉਹਦੇ 'ਚ ਇਹ ਨਹੀਂ ਹੈ ਕਿ ਤੁਸੀਂ ਵੀ ਕੱਪੜੇ ਮਹਿੰਗੇ ਪਾਉਣੇ ਛੱਡ ਦਿਓ ਤਾਂ ਤੁਸੀਂ ਅਸਰ ਤੋਂ ਮੁਕਤ ਹੋਗੇ ਜਿਹੜਾ ਵਿਚਾਰ ਰੂਪ 'ਚ ਬੀਜ ਬੰਦੇ ਦੇ ਅੰਦਰ ਪੈਂਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਬੰਦਾ ਪੈਸੇ ਹੁੰਦਿਆਂ ਹੋਿਆਂ ਵੀ ਸਾਧਗੀ ਵਾਲਾ ਹੋ ਸਕਦਾ ਹੈ ਹੂੰ ਕੋਈ ਬੰਦਾ ਸਾਧਗੀ ਜਿਉਂਦਿਆਂ ਵੀ ਲਾਲਚੀ ਹੋ ਸਕਦਾ ਹੈ ਹੂੰ ਠੀਕ ਹੈ ਨਾ ਮਸਲਾ ਬੀਜ ਰੂਪ ਚ ਜਿਹੜਾ ਵਿਚਾਰ ਧਾਰਨਦਾ ਹੈ ਮੈਂ ਸ਼ੁਰੂ ਤੇ ਇਹ ਕਹਿੰਦੇ ਕਿ ਸਾਡੇ ਮਨ ਅੰਦਰ ਜਾਂ ਸਾਡੇ ਸਮਾਜ ਦੇ ਅੰਦਰ ਖਾਸ ਕਰਕੇ ਜਮੀਨ ਬਾਰੇ ਚ ਆਪਣੇ ਆਪ ਬਾਰੇ ਚ ਜ਼ਿੰਦਗੀ ਬਾਰੇ ਚ ਖਾਸ ਕਰਕੇ ਆਪਣੀ ਬੋਲੀ ਦੇ ਬਾਰੇ ਚ ਵਿਚਾਰ ਚ ਵੱਡਾ ਬਦਲਾ ਆ ਗਿਆ ਉਹ ਬਦਲਾ ਹੀ ਸਾਨੂੰ ਪ੍ਰਵਾਸ ਚ ਉਧਰ ਲੈ ਕੇ ਚੱਲਿਆ ਜਦੋਂ ਉਹ ਤੇ ਲੱਗਦਾ ਵੀ ਵੀ ਪੱਕੇ ਨਹੀਂ ਹੋ ਜਾਂਦਾ ਰੋਟੀਆਂ ਨਹੀਂ ਮਿਲਣੀਆਂ ਤਾਂ ਵਾਪਸ ਆਉਣਾ ਇਹ ਵਾਪਸੀ ਵੀ ਕੋਈ ਸ਼ਾਨਦਾਰ ਨਹੀਂ ਫਿਰੇ ਹਿਸਾਬ ਨਾਲ ਹਮ ਠੀਕ ਜੇ ਨਹੀਂ ਵਿਚਾਰ 'ਚ ਬਦਲਾ ਨਹੀਂ ਆ ਰਿਹਾ ਤਾਂ ਦੇਹਾਂ ਵਾਪਸ ਆਉਣਗੀਆਂ ਮਨ ਕਰਕੇ ਉੱਥੇ ਹੀ ਹੋਵਾਂਗੇ ਨਹੀਂ ਉੱਥੇ ਨਾ ਹੋਣਾ ਜਿਹੜਾ ਤੁਸੀਂ ਕਹਿਆ ਲਗਜ਼ਰੀ ਲਾਈਫ ਹਾਂ ਪਰ ਮੈਂ ਕਹਿੰਦਾ ਉਹ ਅਸਲ ਮਤਲਬ ਲੋਕੀ ਹੈ ਅਸਲ ਮਤਲਬ ਇਹ ਹੈ ਕਿ ਜੀਵਨ ਬਾਰੇ ਜਿਹੜਾ ਸਮਝ ਹੈ ਜਿਹੜਾ ਵਿਚਾਰ ਹੈ ਉਹ 'ਚ ਬਦਲਾ ਆ ਗਿਆ ਹੂੰ ਜ ਸਾਡੇ ਕੋਲ ਜਿਹੜਾ ਹੱਲ ਹੈ ਉਹ ਹੱਲ ਅਸਲ 'ਚ ਇਸੇ ਗੱਲ 'ਚ ਹੀ ਹੈ ਕਿ ਪਹਿਲਾਂ ਸਾਡੇ ਵਿਚਾਰ ਦਾ ਜਿਹੜਾ ਬਦਲਾ ਉਹ ਹੋਊਗਾ ਉਹਦੇ ਨਾਲ ਫਰਕ ਅਸਲ ਪੈਂਦਾ ਹੈ ਵੀ ਬੋ 12 ਬੰਦੇ ਆ ਗਏ ਪੰਜਾਬ ਤੋਂ ਯੂਪੀ ਭਾਰਤ ਤੋਂ ਆ ਗਏ ਭਾਈ ਸਾਡੀ ਥਾਂ ਛੱਡੀ ਹੋਈ ਤਾਂ ਨਾ ਪੜੀ ਆ ਕਿਉਂ ਨਾ ਜਿਹੜੇ ਤੁਸੀਂ ਕਿਹਾ ਵੀ ਪਹਿਲਾਂ ਸਾਡੇ ਬੰਦੇ ਖੇਤੀ ਨਹੀਂ ਕਰਦੇ ਨਾ ਸਾਡਾ ਆਪਣਾ ਅਦਰੂਨੀ ਸੁਧਾਰ ਹੈ ਇਹੀ ਹੱਲ ਕਰੂ ਪਹਿਲਾਂ ਵੀ ਬਾਹਰਲੇ ਪਾਸੇ ਸੁਧਾਰ ਕਰਨ ਦੀ ਕੋਸ਼ਿਸ਼ ਕਰੀਏ ਸਾਡੇ ਕੋ ਗੰਨੇ ਨਾਲ ਜੂਪੇ ਪਹਿਲਾਂ ਬਾਹਰਲੇ ਪਿੰਡ ਨੂੰ ਮਾਰੋ ਇਹ ਪਹਿਲਾਂ ਅਸੀਂ ਗੰਨੇ ਭੀਜ ਕੇ ਆਪ ਦੀ ਰਾਖੀ ਜੋਗਰੇ ਹੋ ਜਾਈਏ ਇਸ ਪੱਖ ਨੂੰ ਜਿਆਦਾ ਏਮਿਲ ਦੇਣੀ ਚਾਹੀਦੀ ਸੀ ਗੱਲ ਬੋਲੀ ਪੱਖੋਂ ਵੀ ਵਿਚਾਰ ਪੱਖੋਂ ਇਵੇਂ ਮੈਂ ਮਾਲਵੇਚੋਂ ਆਉਨਾ ਮਤਲਬ ਮਾਲਵੇਚ ਵੀ ਨੌਜਵਾਨ ਬਾਹਰ ਜਾ ਰਹੇ ਆ ਮੇਰੇ ਜਿਹੜੇ ਸਮਕਾਲੀ ਮੇਰੇ ਨਾਲ ਪੜ੍ਹੇ ਜਿਹੜੇ ਉਹ ਮਾਲਵੇਚੇ ਰਹਿ ਕੇ ਹੁਣ ਬਾਕੀ ਸਮਾਂ ਤੇ ਰਹੇ ਵੀ ਨਹੀਂਗੇ ਮੇਰੇ ਨਾਲ ਉਹੀ ਮੈਂ ਦਬਾਬੇ ਦੀ ਗੱਲ ਕਰਨ ਲੱਗਾ ਸੀ ਵੀ ਦਬਾਬੇ ਤਾਂ ਘਰਾਂ 'ਚ ਜੰਦੇ ਲੱਗਿਆ ਲੋਕ ਕੋਠੀਆਂ ਵੀ ਉੱਥੇ ਮੈਂ ਜਦੋਂ ਵੀ ਜਾਣਾ ਵਿਚਰਦਾ ਇਲੈਕਸ਼ਨ ਟਾਈਮ ਡਿਊਟੀ ਸੀ ਦਬਾਬੇ 'ਚ ਜਾਂ ਉਂ ਕਤੇ ਜਾਣਾ ਮਤਲਬ ਉਧਰ ਜਿਹੜੀਆਂ ਕੋਠੀਆਂ ਨੂੰ ਜੰਦੇ ਲੱਗਿਆ ਤੇ ਸਿਉਂਕ ਖਾਦੀ ਪਈ ਆ ਘਰਾਂ ਨੂੰ ਏ ਕਈ ਕਰਾਂ ਨੂੰ ਹਨਾ ਲੋ ਆ ਜਿਹੜਾ ਹਾਲ ਆ ਉਹ ਤੁਹਾਨੂੰ ਸਮੇਂ ਖਾਲ ਜ਼ਿੰਮੇ ਦਾ ਹੈ ਉਹ ਥੋੜਾ ਜਾ ਸਾਡੇ ਪਿੱਛੇ ਆ ਗਿਆ ਇਧਰ ਪਾਸੇ ਹੁਣ ਇਧਰ ਵੀ ਹੋਈ ਜਾਂਦਾ ਕਿਉਂਕਿ ਸਾਰਿਆਂ ਨੇ ਜਿਕੇ ਜੁਬਾ ਕੇ ਜਮੇ ਉਹ ਪੜਾਇਆ ਬਾਹਰ ਤੋਰੀ ਜਾਂਦੇ ਨੇ ਉਹਨਾਂ ਨੇ 20 ਸਾਲ ਪਹਿਲਾਂ ਤੌਰ ਤੇ ਹੁਣ ਇੱਥੇ ਵਾਰੀ ਆਈ ਪਈ ਹੈ ਕਈ ਪ੍ਰਵਾਸੀ ਮਤਲਬ ਪੰਜਾਬ ਚ ਆ ਕੇ ਹਨਾ ਸਰਪੰਚ ਬਣ ਕੇ ਐਮਸੀ ਬਣ ਕੇ ਲੁਧਿਆਣੇ ਦੇ ਵਿੱਚ ਜੇ ਆਪਾਂ ਵੇਖੀਏ ਮੈਜੋਰਟੀ ਪ੍ਰਵਾਸੀ ਆ ਦੀਏ 니 ਉਹ ਪਹੀਆ ਆਵਦਾ ਦੇਸ਼ ਮੰਨਦੇ ਨੇ ਪਰਵਾਸੀ ਨਹੀਂ ਮੰਨਦੇ ਆਪਦੇ ਆਪ ਨੂੰ ਠੀਕ ਹੈ ਨਾ ਪੰਜਾਬੀ ਮੰਨਦੇ ਆ ਨਾ ਪ੍ਰਵਾਸੀ ਉਹਨਾਂ ਨੂੰ ਅਸੀਂ ਆਪਣੇ ਹਿਸਾਬ ਨਾਲ ਮੰਨਦੇ ਆ ਨਾ ਜਸ ਟਾਂਚੇ ਦੇ ਵਿਦਦ ਨੇ ਉਹ ਉਹ ਉਹਦੀ ਤੜਤੇ ਨੇ ਠੀਕ ਹੈ ਨਾ ਜਿੱਦੋਂ ਸਾਡੇ ਬੰਦੇ ਬਾਹਰ ਨੇ ਸਾਡੇ ਬੰਦੇ ਆਪਦੇ ਪੈਰਾਂ ਤੇ ਨੇ ਜਿਵੇਂ ਤੁਸੀਂ ਕਿਹਾ ਵੀ ਕੱਲਾ ਮਾਲਵੇ ਹੀ ਰਹਿ ਗਿਆ ਹੁਣ ਮਾਲਵੇ ਵਾਲੇ ਵੀ ਜਾਈ ਜਾਂਦੇ ਜਾਂ ਮਾਝੇ ਵਾਲੇ ਵੀ ਜਾਈ ਜਾਂਦੇ ਆ ਅਰ ਤੁਹਾਡੇ ਮਤਲਬ ਤੁਹਾਡਾ ਸਰਵਾਈਵਲ ਕਿੱਥੇ ਆ ਤੁਹਾਨੂੰ ਮਤਲਬ ਨੌਜਵਾਨੀ ਹਾਲਾਂਕਿ ਮੈਨੂੰ ਬਹੁਤ ਜਾਣਾਂ ਦੀ ਮੈਨੂੰ ਫੋਨ ਆਏ ਰਿਵਰਸ ਮਾਈਗ੍ਰੇਸ਼ਨ ਵਾਲੇ ਪੋਡਕਾਸਟ ਤੋਂ ਬਾਅਦ ਹੋ ਸਕਦਾ ਇਹ ਤੋਂ ਬਾਅਦ ਵੀ ਕਈਆਂ ਦੇ ਨੈਗੇਟਿਵ ਆਏ ਕਈਆਂ ਦੇ ਪੋਜ਼ਿਟਿਵ ਆਏ ਤੇ ਤੁਹਾਨੂੰ ਵੀ ਤੁਸੀਂ ਲਗਾਤਾਰ ਇੱਥੇ ਬੋਲਦੇ ਹੋ ਮੈਂ ਤੁਹਾਡੇ ਹਨਾ ਮਤਲਬ ਲੈਕਚਰ ਵੀ ਸੁਨੇ ਰਿਵਰਸ ਮਾਈਗ੍ਰੇਸ਼ਨ ਦੇ ਉੱਤੇ ਮਾਈਗ੍ਰੇਸ਼ਨ ਦੇ ਉੱਤੇ ਤੁਹਾਡੀਆਂ ਇੰਟਰਵਿਊਜ਼ ਵੀ ਲਗਾਤਾਰ ਸੁਣੀਆਂ ਤਾਂ ਕੀ ਮਤਲਬ ਸਰਵਾਈਵਲ ਕਿਵੇਂ ਆ ਇਹ ਨੌਜਵਾਨਾਂ ਚ ਗਲਤ ਆ ਉਹ ਪਈ ਆ ਉਹਨਾਂ ਦੇ ਦਿਮਾਗ ਚ ਜਾਂ ਦਿਲ ਚ ਗਲਤ ਆ ਪਈ ਆ ਵੀ ਕਈ ਕਹਿੰਦੇ ਆ ਵਾਪਸ ਜਾਣਾ ਕਿ ਉਹੀ ਗੱਲ ਵੀ ਛੱਡਿਆ ਨਹੀਂ ਜਾਂਦਾ ਜਾਂ ਸਰਵਾਈਵਲ ਕਿਵੇਂ ਹੋਊਗੀ ਮੈਂ ਉਹੀ ਮੇਰੇ ਪਹਿਲਾਂ ਵੀ ਕਿਹਾ ਕਿ ਜੋ ਅਸੀਂ ਕਰ ਸਕਦੇ ਆ ਜਿਹੜੇ ਆ ਬੈਠੇ ਹੋਏ ਆ ਇਸ ਮੇਜ਼ ਤੇ ਉਹ ਆ ਕਿ ਉਸ ਵਿਚਾਰ ਨੂੰ ਅਸੀਂ ਪੁਖਤ ਕੀ ਨਾ ਨਖਾਰ ਕੇ ਪੇਸ਼ ਕਰੀਏ ਕਿ ਹਾਂ ਇਹ ਦੇ ਜਿਸ ਨਾਲ ਸਿਰਫ ਸਾਡਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਜੋ ਦਿੱਤਾ ਹੋਇਆ ਤਰੀਕਾ ਉਦੇ ਸਾਡਾ ਨਹੀਂ ਸਰਬਤ ਦਾ ਭਲਾ ਸੱਚੀ ਮੱਚੀ ਉਹਦੇ ਵਿੱਚ ਪਿਆ ਹੈ ਹੂੰ ਠੀਕ ਹੈ ਹਾਂ ਕਿ ਅਸੀਂ ਜਿਸ ਵਿਧ ਉਹਦੇ ਨਾਲ ਜੁੜੇ ਸੀ ਉਸ ਵਿਧ ਨੂੰ ਅਪਣਾ ਲਈਏ ਖਾਸ ਕਰਕੇ ਪਹਿਲੀ ਖਲ ਬੋਲੀ ਆਉਂਦੀ ਹੂੰ ਠੀਕ ਹੈ ਨਾ ਕਿਉਂਕਿ ਬੰਦਾ ਬੋਲੀ ਰਹੀ ਹੀ ਆਪ ਦੇ ਆਪ ਨੂੰ ਘੜ ਦਾ ਸਾਜ ਦਾ ਚਲਾਉਂਦਾ ਹੈ ਹੂੰ ਠੀਕ ਜਿਹੜੀ ਸਰਵਾਈਵਲ ਪੁੱਛ ਰਹੇ ਮੈਂ ਕਟਵੜ ਆਪਣੇ ਵਖਤੋਂ ਇੰਨਾ ਹੀ ਕਹਿ ਸਕਦਾ ਕਿ ਜਦੋਂ ਸਾਨੂੰ ਆਪ ਦੀ ਬੋਲੀ ਮਾਨ ਮਹਿਸੂਸ ਹੁੰਦਾ ਹੈ ਤਾਂ ਦੁਨੀਆ ਆਪਣੇ ਤਰੀਕੇ ਨਾਲ ਦੀਂਦੀ ਹੈ ਫਿਰ ਬੰਦਾ ਮੁਸ਼ਕਲਾਂ ਨੂੰ ਹੱਲ ਕਰਨ ਜੋਗਾ ਮਹਿਸੂਸ ਕਰਦਾ ਹੈ ਆਪ ਤੇ ਆਪ ਹੂੰ ਜਦੋਂ ਮਨ ਦੇ ਛੱਪਾ ਦੇ ਪਿਆ ਵੀ ਅੰਗਰੇਜ਼ੀ ਸਭ ਤੋਂ ਵਧੀਆ ਬੋਲੀ ਹੈ ਜੇ ਇਹ ਨਾਲ ਹੀ ਤੇ ਕੁਝ ਨਹੀਂ ਹੋਣਾ ਹੈ ਨਾ ਫਿਰ ਤੁਸੀਂ ਪੰਜਾਬੀ ਬਜੋਂ ਜਾਂ ਸਿੱਖ ਬਜੋਂ ਮੁਸ਼ਕਲਾਂ ਦਾ ਹੱਲ ਬਾੜਾ ਨਹੀਂ ਕਰ ਸਕਦੇ ਠੀਕ ਫਿਰ ਟਾਕਾ ਬਣਾ ਕਰਦੇ ਸੀ ਇੱਥੇ ਸਾਡਾ ਜਿਹੜਾ ਕੋਈ ਤੁਸੀਂ ਨੂੰ ਸਰਵਾਈਵਲ ਕਹਿੰਦੇ ਜੋ ਕੁਝ ਮਰਜੀ ਕੋ ਉਹ ਨੂੰ ਜਿੰਨਾ ਚ ਸਾਡਾ ਇੱਥੇ ਹੋਣਾ ਨਿਰਭਾਹ ਸਾਡਾ ਇਸੇ ਤਰੀਕੇ ਨੇ ਹੋਣਾ ਜਿਹੜਾ ਗੁਰੂ ਅਨੰਦ ਦਾ ਉਹਦੇ ਤੋਂ ਉਰੇ ਪਰੇ ਦੁਨੀਆਂ 'ਚ ਹੋਰਾਂ ਦਾ ਵੀ ਬੜਾ ਨਹੀਂ ਹੋਇਆ ਤੇ ਸਾਡਾ ਕਿੱਥੇ ਹੋ ਜਾਣਾ ਫਿਰ ਠੀਕ ਹੈ ਨਾ ਵੀ ਅਣਜਾਣੀ ਥਾਂ ਦੇ ਕਦੋਂ ਆਉਂਦੇ ਆ ਉਹਦੇ 'ਚ ਸਾਡਾ ਕਿੰਨਾ ਕੁ ਯੋਗਦਾਨ ਹੈ ਖਾਸ ਕਰਕੇ ਜਿਹੜੇ ਬੰਦੇ ਅੱਜਕੱਲ ਬੋਲਣ ਦੀ ਆਜ਼ਾਦੀ ਮਿਲ ਗਈ ਹੈ ਜਿਹੜੀ ਇਹਦੀ ਕਿੰਨੇ ਕੁ ਬੰਦਾ ਵਰਤੋਂ ਕਰ ਸਕਦਾ ਹੈ ਸਹੀ ਤਰੀਕੇ 'ਚ ਇਹ ਸਾਡੇ ਲਈ ਸੰਭਾਵਨਾਵਾਂ ਨੂੰ ਨੇੜੇ ਕਰਨ 'ਚ ਵਧਾਉਣ 'ਚ ਮੁਸ਼ਕਲਾਂ ਦੇ ਹੱਲ ਕਰਨ 'ਚ ਇਹ ਗੱਲ ਬਹੁਤ ਵੱਡਾ ਹਿੱਸਾ ਪਾ ਸਕਦੀ ਹੈ ਇਹ ਨਵੈ ਸਦੀ ਕੜੀ ਮਨਨਮਨਜਨ ਨੂੰ ਮਜੂਰ ਨਾ ਜਾਣੀ ਅਸੀਂ ਹੂੰ ਵੀ ਹੁਣ ਸਾਡਾ ਵੱਡਾ ਹਿੱਸਾ ਇਸ ਕੰਮ ਦੇ ਉੱਤੇ ਤਕਨੀਕ ਸਾਡੇ ਹੱਥ ਆਈ ਹੈ ਅਸੀਂ ਇਹ ਮੋਹਰ ਨਾ ਮਾਰੀਏ ਤੇ ਇਹਦੀ ਸਹੀ ਵਰਤੋਂ ਕਰ ਲਈਏ ਇਹਦੇ 'ਚ ਹੱਲ ਹੈ ਇਹਦੇ 'ਚ ਸਾਡੇ ਆਪ ਦੇ ਵਾਸਤੇ ਵੀ ਦੁਨੀਆ ਸਾਰੀ ਵਾਸਤੇ ਵੀ ਮੈਨੂੰ ਇਹਦੇ 'ਚ ਕੋਈ ਸ਼ੰਕਾ ਨਹੀਂ ਆਇਆ ਤੁਹਾਡੀ ਫੈਮਿਲੀ 'ਚੋਂ ਬਾਹਰ ਹੈਗਾ ਕੋਈ ਨਹੀਂ ਤੁਹਾਡੇ ਕੋ ਬੰਦਾ ਪਹਿਲਾਂ ਗਿਆ ਸੀ ਉਹ ਆ ਗਿਆ ਵਾਪਸ ਤੁਹਾਡੇ ਲੈਕਚਰ ਸੁਣ ਕੇ ਨਹੀਂ ਨਹੀਂ ਬਹੁਤ ਪਹਿਲਾਂ ਪਹਿਲੇ ਹੀ ਆ ਗਏ ਸੀ ਪਹਿਲੇ ਠੀਕ ਹੈ ਕਦੇ ਮਤਲਬ ਜਿਵੇਂ ਨਿਆਣੇ ਸਾਡੇ ਦਾਦਾ ਗਿਆ ਹੋਇਆ ਸੀ ਪਹਿਲਾਂ ਤੁਹਾਡੇ ਦਾਦਾ ਹੀ ਗਏ ਸੀ ਕਿਹੜੀ ਕਿਹੜੇ ਮੌਲਕ ਉਹ ਗਏ ਸੀ ਮਲਾਇਆ ਮਲਾਇਆ ਉਹ ਵੀ ਛੱਡ ਕੇ ਆ ਗਏ ਸੀ ਅੰਗਰੇਜ਼ਾਂ ਦੀ ਨੌਕਰੀ ਉੱਥੋਂ ਹੂੰ ਤੇਰੀਆ ਪੁੱਤੀ ਮੈਨਾਰੇ ਨਾ ਕਿ ਇੱਕ ਇੱਕ ਗੱਲ ਜਿਵੇਂ ਅੰਗਰੇਜ਼ਾਂ ਦੀ ਨੌਕਰੀ ਦੀ ਗੱਲ ਕੀਤੀ ਹੈ ਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਇੱਥੇ ਤੇ ਸਿੱਖ ਰਾਜ ਖਾਲਸਾ ਰਾਏ ਸਰਕਾਰੀ ਖਾਲਸਾ ਮਤਲਬ ਅੰਗਰੇਜ਼ ਨੌਕਰੀ ਕਰਿਆ ਕਰਦੇ ਸੀ ਤੇ ਅੱਜ ਸਾਡੇ ਨਿਆਣੇ ਆ ਮਤਲਬ ਉਧਰ ਜਾ ਕੇ ਕੰਮ ਕਰਨ ਜਾਂ ਮਾਨ ਮਹਿਸੂਸ ਕਰਦੇ ਆ ਜਾਂ ਇਸ ਗੱਲ ਨੂੰ ਗਵੇਂ ਦੇਖਦੇ ਹਾਂ ਨਵੇਂ ਪਹਿਲਾਂ ਕਿਹਾ ਉਹ ਲਿਖਿਆ ਦੇਖੋ ਕਿ ਰਾਜਨੀਤਿਕ ਤਾਕਤ ਉਹ ਬਣਦੀ ਟੈਂਦੀ ਰਹਿੰਦੀ ਹੈ ਇਹ ਸਦਾ ਕਿਸ ਦੀ ਇਕਸਾਰ ਨਹੀਂ ਹੁੰਦੀ ਨਾ ਆਪਾਂ ਨੂੰ ਪਤਾ ਹੀ ਆ ਅੱਜ ਵੀ ਜਿਨ੍ਹਾਂ ਦੇ ਰਾਜ ਨੇ ਇਹ ਕਿਹੜਾ ਸਦਾ ਤੋਂ ਨੇ ਤੇ ਗਾਹ ਨੂੰ ਨਹੀਂ ਜਾਣੇ ਠੀਕ ਹੈ ਇਹਦਾ ਨਹੀਂ ਬਾੜਾ ਹਾਂ ਠੀਕ ਹੈ ਸਾਨੂੰ ਉਹਦੇ ਚੋਂ ਸਿੱਖਣ ਨੂੰ ਕੀ ਮਿਲਦਾ ਇਤਿਹਾਸ ਚ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਇਤਿਹਾਸ ਰੋਣ ਵਾਸਤੇ ਨਹੀਂ ਹੁੰਦਾ ਇਤਿਹਾਸ ਸਿਖਣ ਲਈ ਹੁੰਦਾ ਅਸੀਂ ਉਹਦੇ ਚ ਕੀ ਸਿੱਖਦੇ ਹਾਂ ਨਹੀਂ ਉਹ ਆਪ ਦੀ ਸੋਭਾ ਗਾਉਣ ਲਈ ਨਹੀਂ ਅਸੀਂ ਤਗੜੇ ਹੁੰਦੇ ਸੀ ਨਾ ਉਹ ਸੋਭਾ ਲਈ ਵੀ ਨਹੀਂ ਹੁੰਦਾ ਕਿਉਂਕਿ ਜ਼ਿੰਦਗੀ ਨਹੀਂ ਗਾ ਸਕਦੇ ਇਸੇ ਉਹਦੇ ਜੋ ਸਿੱਖਣਾ ਕੀ ਆ ਸੀ ਠੀਕ ਹੈ ਨਾ ਇੰਨਾ ਹੀ ਹੁੰਦਾ ਉਹਦੇ ਚ ਜੇ ਕੋਈ ਮਾਣਯੋਗ ਚੀਜ਼ ਹੈਗੀ ਹੈ ਤਾਂ ਉਹਦੇ ਨਾਲ ਦੂਜਾਂ ਨਾਲੱਕ ਨਹੀਂ ਬੰਨਣਾ ਹੁੰਦਾ ਸੀ ਅਸੀਂ ਆਸੀਂ ਕੀਤਾ ਹੈ ਆਪ ਦਾ ਬੰਨ ਨੂੰ ਬੰਨਣਾ ਹੁੰਦਾ ਹੈ ਕਿ ਆਪ ਉਹਦੇ ਬਰਾਬਰ ਨਿਭਣਾ ਹੁੰਦਾ ਜਿੰਨਾ ਕੋਈ ਇਤਿਹਾਸ ਵੱਡਾ ਹੈ ਤਾਂ ਉਹਨਾਂ ਤੁਹਾਡੇ ਤੇ ਜ਼ਿੰਮੇਵਾਰੀ ਵੱਡੀ ਆ ਸਾਡੇ ਸਾਰੇਾਂ ਤੇ ਪਰ ਜਿਸਨ ਦਾ ਰਾਜ ਇਦਾਂ ਸੀ ਤਾਂ ਅਸੀਂ ਬੰਨੇ ਹੋਏ ਆ ਕਿ ਅਸੀਂ ਉੱਥੋਂ ਲੈ ਕੇ ਜਾਣ ਦੇ ਬਾਰੇ ਰਾਜ ਠੀਕ ਹੈ ਨਾ ਪਰ ਉਹ ਹੁਣ ਵੀ ਟਹਿ ਗਿਆ ਤੇ ਉਹਦੇ ਲਈ ਰੋ ਨਹੀਂ ਸਮਾਂ ਦੀ ਉਹ ਤੋਂ ਬਿਹਤਰ ਲਈ ਤਾਂ ਗਿਆ ਠੀਕ ਹੈ ਗੋਰੇ ਹੁੰਦੇ ਸੀ ਕਾਲੇ ਹੁੰਦੇ ਜਿਹਦਾ ਬਰਕ ਨਹੀਂ ਹੈਗਾ ਇਹ ਤਾਂ ਐਵੇਂ ਮਨਸਰਸੀ ਦੀ ਗੱਲ ਜਿੱਥੇ ਤਖੜਾ ਕੋਈ ਹੈ ਜਿਹਦੇ ਕੋਈ ਵਧੀਆ ਜ਼ਿੰਦਗੀ ਲੋਕਾਂ ਨੂੰ ਲੱਗਦੀ ਹੈ ਉਹਦੋਂ ਬੰਦੇ ਜਾਂਦੇ ਨੇ ਠੀਕ ਹੈ ਨਾ ਜਿਵੇਂ ਅਸੀਂ ਕਿ ਉਹ ਤੇ ਉਪੀਆ ਸੀ ਕਿ ਗੋਹਾਂ ਨੂੰ ਭੇਜ ਹੋ ਸਕਦਾ ਹੈ ਜਵਾਬ ਇਦਾਂ ਹੋ ਜਾਏ ਇੱਚੀ ਰਾਜਸਤਾ ਹੋਣੀ ਜ਼ਰੂਰੀ ਹੈ ਕਿਸੇ ਵੀ ਕੌਮ ਲਈ ਜੇ ਦਾ ਕੌਮ ਬੰਦੇ ਹੋ ਫਿਰ ਤਾਂ ਕੌਮ ਤਾਂ ਚਾਹੀਦੀ ਉਹਦੇ ਮੈਂ ਤਾਂ ਜਿਉ ਸਕਦੀਆਂ ਨਹੀਂ ਜਿਆਦਾ ਪ੍ਰਵਾਸ ਤਾਂ ਸਿੱਖ ਕੌਮ ਦਾ ਹੋ ਰਿਹਾ ਨਾ ਪੰਜਾਬ ਚ ਸਿੱਖਾਂ ਦੀ ਕੌਮ ਬਨ ਉਹਦਾ ਫਰਕ ਬੜਾ ਗੱਲ ਚ ਠੀਕ ਹੈ ਨਾ ਤਰੰ ਵੱਡੀ ਚ ਉਹਦੇ ਚ ਕਈ ਸਾਰੀਆਂ ਕੌਮਾਂ ਸਮਾ ਜਾਂਦੀਆਂ ਠੀਕ ਹੈ ਹਾਂ ਸਿੱਖਾਂ ਦਾ ਜ਼ਿੰਦਗੀ ਦਾ ਜਿਹੜਾ ਪ੍ਰਬੰਧਾ ਇੱਕ ਨਮੂਨਾ ਹੈ ਕਿਹੜਾ ਮਾਡਲ ਹੈ ਉਹ ਸਥਾਪਿਤ ਚਾਹੀਦਾ ਠੀਕ ਉਹ ਰਾਜ ਉਹਦੇ ਵਿੱਚ ਨਾ ਆਉਂਦੇ ਜਾਂਦੇ ਰਹਿੰਦੇ ਹਾਂ ਸਾਡਾ ਮਿਲਦਾ ਉਹ ਖਿਲਰਿਆ ਅਸਰ ਮਸਲਾ ਉਹਦੇ ਵਿੱਚ ਹਾਂ ਪ੍ਰਵਾਹ ਉਸ ਉਹਦੇ ਵਿੱਚੋਂ ਨਿਕਲੀ ਹੋਈ ਇੱਕ ਚੀਜ਼ ਹੈ ਠੀਕ ਜਿਦੋਂ ਤੁਹਾਡਾ ਬੇੜਾ ਖਿਲਰਦਾ ਉਹ ਭਈ ਕਈ ਕੁਝ ਰੁੜਦਾ ਦੇਸ਼ ਉਸ ਖਿਲਰੇ ਹੋਏ ਬੇੜੇ ਦੇ ਵਿੱਚੋਂ ਲੱਗਦਾ ਵੀ ਸਿਧਾਂਤ ਜਾਂ ਰਹਿਤ ਉਹ ਰੁੜ ਗਈ ਇਹ ਰੂਟ ਨਹੀਂ ਢਿੱਲਾ ਪੈਣ ਦਾ ਕੰਮ ਜਦੋਂ ਜਿੱਦਾਂ ਹੁਣ ਕੋਈ ਸਮਾਜ ਆਪ ਦੇ ਆਪ ਨੂੰ ਕਿਵੇਂ ਤਿਆਰ ਕਰਦਾ ਮਸਲਨ ਸਾਡੀ ਜਿਹੜੀ ਸਿੱਖਿਆ ਹੈ ਜਿਹੜੀ ਦੁਨੀਆ ਦੇ ਬਹੁਤ ਵੱਡੇ ਹਿੱਸੇ ਨੇ ਗੁਲਾਮੀ ਝੱਲ ਕੇ ਵੀ ਆਪ ਦਾ ਸਿੱਖਿਆ ਪ੍ਰਬੰਧ ਨਹੀਂ ਛੱਡਿਆ ਮਸਲਨ ਹਿੰਦੁਸਤਾਨ 'ਚ ਮੁਸਲਮਾਨਾਂ ਨੂੰ ਬਹੁਤ ਚਲਣੀ ਪੈਂਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਦਾ ਇੱਕ ਸਿੱਖਿਆ ਪ੍ਰਬੰਧ ਚੱਲਦਾ ਠੀਕ ਜੇ ਕਹਣੀ ਉਹ ਸਿੱਖਿਆ ਪ੍ਰਬੰਧ ਛੱਡਦਾ ਆਪਣੇ ਦੇ ਮਿਹਰ ਦੇ ਬੰਦਿਆਂ ਨੂੰ ਖੁਸ਼ੀ ਨਹੀਂ ਛੱਡਦਾ ਬਹੁਤਾ ਸਾਡਾ ਹਿੱਸਾ। ਹੂੰ ਸਾਡੇ ਬੰਦੇ ਨੇ ਬਹੁਤ ਖੁਸ਼ੀ ਨਹੀਂ ਛੱਡਦਾ ਆਪਲਾ ਕੰਮ। ਕਿਉਂ? ਇਹ ਤਾਂ ਜਿਹੜੇ ਸਾਡੇ ਪੁਰਖੇ ਸੀ ਉਹ ਕਿਉਂ ਛੱਡਿਆ ਉਹਨਾਂ ਨੇ ਆਪਾਂ ਸਿੱਧਾ ਜਵਾਬ ਨਹੀਂ ਮੰਗ ਸਕਦੇ ਸੀ ਗੱਲ ਦਾ। ਪਰ ਹੁਣ ਜਿੰਨੇ ਸਾਡੇ ਹੁਣ ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਆਣੇ ਸਿੱਖਿਆ ਦੀਆਂ ਉਹ ਸ਼ਰਮਣੀ ਗੁਰਦੁਆਰਾ ਪਰੰਦੇ ਕਮੇਟੀ ਹੈ ਬੜੂ ਸਾਹ ਵਾਲੇ ਨੇ। ਹੂੰ ਦੋਨੋਂ ਦਾ ਜਿਹੜੇ ਸਿੱਖੀ ਕੋਲ ਨੇ ਉਹ ਅੰਗਰੇਜ਼ੀ ਮਾਧਿਮ ਨੇ ਨੇ। ਟਕਸਾਲ ਚਲੋ ਉਹਨਾਂ ਦੇ ਇੱਕ ਅਦਾ ਸਕੂਲ ਖੋਲਿਆ ਉਹਨਾਂ ਨੇ ਨਾ। ਮੈਂ ਨਵੇਂ ਤਰੀਕੇ ਨਾਲ ਕਰਨਾ ਸੀ। ਹੂੰ ਵੀ ਸਾਡੇ ਦਾ ਆਪ ਦਾ ਉਹ ਛੱਡੇ ਛੱਡਿਆ ਜਿਹੜਾ ਡੇਰੇ ਵਜੋਂ ਸੀਗਾ ਜਿਹੜਾ ਨਾਮ ਇਹ ਆਪਣਾਇਆ ਉਹਦਾ ਮਨ ਲੋ ਦੀ ਭਾਸ਼ਾ ਵੀ ਹੋਰ ਕਰ ਲਈ ਆਪ ਦੀ ਦੀ ਨਾਲ ਤੇ ਅੰਗਰੇਜ਼ੀ ਨਹੀਂ ਸਿੱਖਣੀ ਚਾਹੀਦੀ ਆਪ ਦੀ ਭਾਸ਼ਾ ਨਹੀਂ ਸਿੱਖਣੀ ਚਾਹੀਦੀ ਪਹਿਲਾਂ ਸਿੱਖਣੀ ਚਾਹੀਦੀ ਆਪ ਦੀ ਬਿਨਾ ਕੋਈ ਦੂਜੀ ਭਾਸ਼ਾ ਹੁੰਦੀ ਦੁਨੀਆਂ 'ਚ ਕਿਸੇ ਨੂੰ ਬਿਲਕੁਲ ਵੀ ਨਹੀਂ ਨਹੀਂ ਹੁੰਦੀ ਨਾ ਆਪ ਦੀ ਸਿੱਖ ਕੇ ਸਾਰੀਆਂ ਆ ਜਾਣਗੀਆਂ ਹਮ ਹੁਣ ਸਾਡੇ ਜੇ ਬੱਚਾ ਨੂੰ ਹੁਣ ਦੇਖੋ ਵੀ 12 ਸਾਲ ਅੰਗਰੇਜ਼ੀ ਸਕੂਲੇ ਪੜ੍ਹੇ ਫਿਰ ਤਿਆਰੀ ਕਰਨੀ ਪਈ ਐ ਲੈਟਸ ਦੀ ਹਮ ਇਦਾ ਕੀ ਮਤਲਬ ਹੈ ਇਹਦਾ ਕੋਈ ਮਤਲਬ ਹੈ ਕਿ ਜੇ ਆਪਦੀ ਬੋਲੀ ਨਹੀਂ ਆਉਂਦੀ ਚੱਜ ਨਾਲ ਦੁਨੀਆਂ 'ਚ ਦੂਜੀ ਬੋਲੀ ਕੋਈ ਆਉਣੀ ਨਹੀਂ ਜੋ ਮਰਜ਼ੀ ਕਰੋ ਬੰਦਾ ਡੰਗ ਸਾਰੀ ਜਾਊਗਾ ਦੁਨੀਆਂ ਦਿਸਣ ਨਹੀਂ ਲੱਗਦੀ ਉਹਦੇ 'ਚ ਮਨੁੱਖ ਨੂੰ ਦੁਨੀਆਂ ਦਿਸਦੀ ਕਿਸੇ ਬੋਲੀ ਰਾਹੀਂ ਜਿਹੜੀ ਉਹ ਰਸਦਾ ਉਹ ਦਾਵਾ ਕਰਦਾ ਉਹ ਦਾਵੇ ਵਾਲੀ ਬੋਲੀ ਰਾਹੀਂ ਵੀ ਜੇ ਸਿੱਖ ਹੋਣ ਦਾ ਦਾਵਾ ਹੋ ਗਿਆ ਇਹ ਹੁਣ ਦਿਸੂਗੀ ਪੰਜਾਬੀ ਰਾਹੀਂ ਇੱਕ ਬਚ ਗਏ ਠੀਕ ਹੈ ਨਾ ਅੜੋ ਮੁਸਲਮਾਨਾਂ ਦਾ ਜਿਹੜਾ ਦੁਨੀਆ ਸੀ ਉਹ ਇੱਕ ਬੰਦੇ ਨੇ ਕਿਤਾਬ ਲਿਖੀ ਉਹਦੀ ਕਿ ਹਲ ਕਾਇਦਾ ਵਾਲਿਆਂ ਦੇ ਵਿੱਚ ਵੀ ਪਾਕਿਸਤਾਨ ਵਾਲੇ ਪੰਜਾਬੀਆਂ ਨੂੰ ਸਭ ਤੋਂ ਮਾੜੇ ਮੁਸਲਮਾਨ ਮੰਨਿਆ ਜਾਂਦਾ ਸੀ ਅਫਗਾਨਾਂ ਨੂੰ ਉਹ ਤੋਂ ਵਧੀਆ ਮੰਨਿਆ ਜਾਂਦਾ ਸੀ ਜਿਹੜੇ ਅਰਬੀ ਵਾਲੇ ਸੀ ਉਹ ਸ਼ੁੱਧ ਮੰਨੇ ਜਾਂਦੇ ਸੀ ਹਮ ਅਸਲ ਚ ਅਰਬੀ ਉਹ ਕੁਰਾਨ ਦਾ ਹਾਂਜੀ ਜੋੜ ਬੈਠੇ ਸੀ ਹਿੰਦੂਆਂ ਦੇ ਵੀ ਇਦਾਂ ਹੈਗਾ ਸੰਸਕ੍ਰਿਤ ਆਹ ਹੈ ਠੀਕ ਜੋ ਦਿਨਾਂ ਦਾ ਵਿਹਗਾ ਜਿਹੜੋ ਉਹ ਲੈ ਕੇ ਆਉਂਦੀ ਬੋਲੀ ਦੁਆਰੇ ਪੈਦਾ ਕਰ ਲਈ ਠੀਕ ਹੈ ਪੰਜਾਬੀਆਂ ਨੂੰ ਗੁਰਮੁਖੀ ਸਿੱਖਾਂ ਨੂੰ ਨਹੀਂ ਆਉਂਦੀ ਜਾਂ ਭੁੱਲ ਗਈ ਨਹੀਂ ਜਿੱਦਾਂ ਆਉਂਦੀ ਉਹਨੇ ਕੰਮ ਨਹੀਂ ਚੱਲਦਾ ਜਿਨੀ ਜਾਣਦੇ ਨਾ ਅਸੀਂ ਉਹ ਡੰਗ ਟਪਾਉ ਹੈਗੀ ਜਿਹੇ ਜ ਅੰਗਰੇਜ਼ੀ ਆਉਂਦੀ ਉਹ ਮੈਂ ਜਿਹਦੀ ਹੈਗੀ ਠੀਕ ਵੀ ਬੰਦਿਆਂ ਨੂੰ ਲਿਖਣ ਤੋਂ ਝਿਜਕਾ ਹੈ ਬੋਲਣ ਤੋਂ ਝਿਜਕਾ ਹੈ ਫਿਰ ਆਉਂਦੀ ਕੀ ਹੋਈ ਪਹਿਲਾਂ ਸਿਖਾਉਣ ਤੋਂ ਜਿਹੜਾ ਹੁਣੀ ਹੋਣੀ ਹੈ ਜਿਵੇਂ ਜੋਬ ਸੈਕਟਰਸ ਆ ਹਨਾ ਪ੍ਰਾਈਵੇਟ ਜੋਬ ਸੈਕਟਰ ਆ ਜਾਂ ਹੋਰ ਸਾਰੇ ਸੈਕਟਰਸ ਨੇ ਮਤਲਬ ਇੰਗਲਿਸ਼ ਲਾਜ਼ਮੀ ਹੋ ਗਈ ਜਾਂ ਜਿਹੜੇ ਟੈਸਟ ਨੇ ਸਾਰਿਆਂ ਚ ਅੰਗਰੇਜ਼ੀ ਲਾਜ਼ਮੀ ਹੋ ਗਈ ਪਰ ਸਿੱਖਿਆ ਪ੍ਰਬੰਧ ਹੋ ਜਾ ਹੋ ਗਿਆ ਜਿਵੇਂ ਮਾਡਰਨਿਜ਼ਮ ਜਿਹੜਾ ਅਡਾਪਟ ਕਰ ਲਿਆ ਜਾਂ ਉਹ ਚੀਜ਼ਾਂ ਕੁਝ ਬਾਹਰੋਂ ਤਾਂ ਨਹੀਂ ਆਗਾ ਧਰਤੀ ਦੇ ਦੂਰੋਂ ਪਾਰੋਂ ਮਤਲਬ ਬੰਦੇ ਅੱਜ ਸ਼ੁਰੂ ਕਰਨ ਸੋਚਣਾ ਦਿੱਸਦੀ ਕਿੰਨ ਸਭ ਕੁਝ ਕੱਲ ਨੂੰ ਖੜਾ ਹੋ ਜੂ ਉੱਤੇ ਚ ਕੀ ਹੈ ਹੁਣ ਬੰਦੇ ਕਹਿੰਦੇ ਵੀ ਪਹਿਲਾਂ ਸਿਸਮ ਖੁੱਲੇ ਮੈਂ ਬਾਅਦ ਚ ਸੋਚੂਗਾ ਮੈਂ ਜਾਣਾ ਕਿ ਨਹੀਂ ਜਾਣਾ ਨਾ ਹੂੰ ਇਹ ਤੁਹਾਨੂੰ ਪਹਿਲਾਂ ਆਪ ਦੇ ਹੱਥੋਂ ਇੱਕ ਵਾਰੀ ਬਾਲਣੇ ਦਾ ਪਹਿਨਣਗੇ ਨਾ ਆਪ ਦਾ ਕੰਮ ਖੜਾ ਕਰ ਲੈ ਹੁਣ ਮੈਂ ਸਭ ਤੋਂ ਜਾ ਕੇ ਬੰਦੇ ਨੂੰ ਪੁੱਛਦਾ ਵੀ ਤੁਹਾਡੇ ਜੋ ਕਿੰਨੇ ਆ ਨੇ ਸੋਚਿਆ ਕਦੇ ਕਿ ਇੱਕ ਦਿਨ ਦੁਨੀਆ ਪੰਜਾਬੀ ਸਿੱਖ ਹੋਗੀ ਹੂੰ ਠੀਕ ਹੈ ਜੇ ਮਨ ਚ ਤਾਂ ਇੰਨਾ ਵੀ ਖਿਆਲ ਨਹੀਂ ਹੈ ਠੀਕ ਹੈ ਨਾ ਏਦੋਂ ਬਿਨਾਂ ਕਿਵੇਂ ਚੱਲੂ ਗੱਡੀ ਪਹਿਲਾਂ ਖਿਆਲ ਚਾਹੀਦਾ ਹੈ ਠੀਕ ਹੈ ਜਿਹੜੇ ਗੋਰੇ ਪੰਜਾਬੀ ਸਿੱਖ ਰਹੇ ਆ ਜਿਹੜੇ ਗੋਰੇ ਗੁਰਮੁਖੀ ਸਿੱਖ ਰਹੇ ਆ ਜਿਹੜੇ ਗੁਰੂ ਸਾਹਿਬ ਨੂੰ ਪੜ ਰਹੇ ਆ ਆ ਠੀਕ ਹੈ ਜੀ ਗੁਰੂ ਸਾਹਿਬ ਨੂੰ ਸੁਣਨ ਵਾਸਤੇ ਉਹਨਾਂ ਨਾਲ ਜੁੜਨ ਵਾਸਤੇ ਤੋਂ ਗੁਰਮੁਖੀ ਰਾਹ ਹੈ ਠੀਕ ਹੈ ਨਾ ਅਨਵਾਦ ਹੋਈਆਂ ਚੀਜ਼ਾਂ ਉਹ ਨਹੀਂ ਗੱਲ ਕਰਦੀਆਂ ਜੋ ਅਸਲੀ ਹੈ ਜੋ ਸਾਇ ਸੁਬਾ ਹੈ ਉਹ ਉਸੇ ਰਹੀ ਹੈ ਇਹ ਮਨੁੱਖ ਦੀ ਸੀਮਾ ਹੈ ਠੀਕ ਹੈ ਕਿ ਜਿਹੜੀ ਚੀਜ਼ ਨੂੰ ਅਸਲ ਸਮਝਣਾ ਚਾਹੁੰਦਾ ਹੈ ਉਹਨੂੰ ਉਹਦੇ ਨੇੜੇ ਜਾਣਾ ਹੀ ਪੈਂਦਾ ਹੈ ਅੱਛਾ ਜਿਵੇਂ ਪ੍ਰਵਾਸ ਨਹੀਂ ਰੁਕਦਾ ਤੇ ਪ੍ਰਵਾਸ ਇਹ ਰੁਕਦਾ ਨਹੀਂ ਲਗਾਤਾਰ ਹੋ ਹੀ ਜਾਂਦਾ ਫਿਰ ਕੀ ਹੋਊਗਾ ਮੈਂ ਨਹੀਂ ਮੰਨਦਾ ਕਿ ਨਹੀਂ ਰੁਕਦਾ ਰੁਕੂਗਾ ਹਾਂ ਰੁਕੇ ਸਮਝੋ ਇਹਨੂੰ ਰੁਕ ਗਿਆ ਥੋੜਾ ਮੋਟਾ ਹੋਰ ਚੱਲ ਜੂਗਾ ਠੀਕ ਹੈ ਠੀਕ ਹੈ ਜਿਸ ਪੱਧਰ ਤੇ 2 ਸਾਲ ਪਹਿਲਾਂ ਸੀ ਉਹਦੇ ਤੋਂ ਸੀ ਥੱਲੇ ਜਾਊਗੀ ਜਾਊਗੀ ਠੀਕ ਹੈ ਕਿਉਂਕਿ ਕਿਸੇ ਪੱਠੀ ਦੀ ਵੀ ਹੱਦ ਹੈ ਨਾ ਤੁਹਾਨੂੰ ਚੱਲ ਰਣੀ ਹੂੰ ਠੀਕ ਹੈ ਉਹ ਤਾਂ ਮੁਰਖਾਂ ਦੀ ਇੱਕ ਲਕੀਰ ਜੀ ਮਾਰੀ ਹੋਈ ਜਿੰਨੀ ਆਬਾਦੀ ਉਹਦਾ 1% ਦੀ ਲੈਣੇ ਉਹਨਾਂ ਨੇ ਤਾਂ ਗੋਰਾ ਦੀ ਪੱਟੀਆਂ ਨੇ 1% ਦੀ ਲੋਕ ਲੈਣੇ ਨੇ ਇੱਕ ਲਹੂਰ ਜਿਵੇਂ ਹਨਾ ਯੂਕਰੇਨ ਦੀ ਵਾਰ ਚੱਲੀ ਯੂਕਰੇਨ ਕਨੇ ਪੰਜਾਬੀ ਪੰਜਾਬੀ ਬੱਚੇ ਵੀ ਮੈਂ ਨਾ 에ਰਪੋਰਟ ਤੇ ਗਿਆ ਰਿਸੀਵ ਕਰਨ ਮਾਪੇ ਉਹਨਾਂ ਦੇ ਪਹੁੰਚੇ ਮੈਂ ਕਿਹਾ ਸੀ ਉਦੋਂ ਉਦੋਂ ਜਦੋਂ ਬੱਚੇ ਆਏ ਉਦੋਂ ਹਨਾ ਮੈਂ ਕਿਹਾ ਮਰੇ ਨਾਲ ਹੋਰ ਦੋਸਤ ਇਥੋਂ ਪੰਜਾਬ ਤੋਂ ਗਏ ਅਸੀਂ ਰਿਸੀਵ ਕਰਨ ਗਏ ਮਤਲਬ ਅਸੀਂ ਦਿਖਾਉਣ ਗਏ ਵੀ ਬੱਚੇ ਯੂਕਰੇਨ ਤੋਂ ਆਏ ਹਨ ਰਿਪੋਰਟਸ ਕਰਨ ਲਈ ਮੀਡੀਆ ਰਿਪੋਰਟਸ ਅੱਛਾ ਤੇ ਜੋ ਮੈਂ جنگ ਲੱਗੀ ਉੱਥੇ ਸਾਰੇ ਘਰ ਨੂੰ ਭੱਜੇ ਸਾਰੇ ਵਾਪਸ ਆਏ ਪੰਜਾਬ ਆਏ ਇੰਡੀਆ ਆਏ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਮਤਲਬ ਬੰਦਾ ਜੇ ਮੰਨ ਲਓ ਹੁਣ ਇੱਥੇ ਹੜ੍ਹ ਆ ਜਾਣਾ ਪਾਣੀ ਆ ਸਕਦਾ ਮੈਂ ਨਾ ਪਿਛਲ ਮੈਂ ਥੋੜੇ ਦਿਨ ਪਹਿਲਾਂ ਅਜੀਪਾਲ ਬਰਾਡ ਹੋਰਾਨਾ ਬੈਠਾ ਸੀ ਮੈਨੂੰ ਆਂਦੇ ਵੀ ਅਸੀਂ ਹੜਾਂ ਤੇ ਗੱਲ ਕਰ ਰਹੇ ਸੀਗੇ ਤੇ ਕਹਿੰਦੇ ਵੀ ਆਹ ਸਾਈਡ ਤੋਂ ਐਂ ਲਾਈਨ ਕੱਢੀ ਹੋਈ ਆ ਰੇਲ ਦੀ ਕਹਿੰਦੇ ਆਪਾਂ ਡੈਮ ਦੇ ਵਿੱਚ ਬੈਠੇ ਆ ਮੈਂ ਕਿਵੇਂ ਕਹਿੰਦੇ ਵੀ ਹੁਣ ਇਹ ਤੁਸੀਂ ਦੇਖੋ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਥੱਲੇ ਮਹਾਲੀ ਉੱਤੋਂ ਕਹਿੰਦੇ ਪਾਣੀ ਆ ਜਾਏ ਪਾਣੀ ਤਾਂ ਰੁਕਣਾ ਨਹੀਂਗਾ ਪਾਣੀ ਡੈਮ ਨਾਲ ਥੋੜੀ ਆਉਣਾ ਕਹਿੰਦੇ ਆਈ ਜਾਣਾ ਪਾਣੀ ਨੇ ਤਾਂ ਆਪਾਂ ਨੀਵੇਂ ਬੈਠੇ ਆ ਕਹਿੰਦੇ ਮਹਾਲੀ ਡੁੱਬ ਜੇ ਤੇ ਮੂਰੇ ਰੇਲ ਦੀ ਪਟੜੀ ਐ ਕਮਾਈ ਵੀ ਐ ਕਹਿੰਦੇ ਆਪਾਂ ਤਾਂ ਡੁੱਬ ਜਾਾਂਗੇ ਉਹ ਜੇ ਇੱਥੇ ਪਾਣੀ ਆ ਗਿਆ ਸਾਰੇ ਪਿੰਡਾਂਵਾਂ ਨੂੰ ਭੱਜਣਗੇ ਜਿਵੇਂ ਯੂਕਰੇਨ ਤੋਂ ਸਾਰੇ ਇੱਧਰ ਨੂੰ ਆਏ ਇਹਨਾਂ ਨਾਲ ਜਿਹੜੇ ਕੈਨੇਡਾ ਬੈਠਣੀਆਂ ਜਾਂ ਜਿਹੜੇ ਬਾਹਰ ਬੈਠੇ ਨੇ ਉਹ ਦੋ ਗੱਲਾਂ ਇੱਕ ਤਾਂ ਜਿਹੜੀ ਜੇ ਐ ਹੂੰ ਜੀ ਇਹਦਾ ਕੋਈ ਹੱਲ ਨਹੀਂ ਹੈ ਠੀਕ ਹੈ ਇਹਦੀ ਗੱਲ ਤੋਂ ਦੁਨੀਆ ਉਹੀ ਜੰਗ ਵਰਗੀ ਜਿਹੜੀ ਗੱਲ ਕੋਈ ਇਹ ਕੋਈ ਮਨ ਲੈ ਇਦਾਂ ਮਤਲਬ ਵੈਸੇ ਫੋਰ ਐਗਜ਼ਾਮਪਲ ਜਿਵੇਂ ਯੂਕਰੇਨ ਦੀ ਜੰਗ ਲੱਗੀ ਹੈ ਨਾ ਸਾਰੇ ਇੱਧਰ ਨੂੰ ਭੱਜੇ ਨੇਕਰ ਨੂੰ ਤਾਂ ਬੰਦਾ ਭਜਦਾ ਹੀ ਹੈ ਨਾ ਜਿਹੜਾ ਬੱਚਾ ਹੁੰਦਾ ਉਹਨੇ ਮਾਂ ਦੀ ਕੋਦੀ ਭਈਆਂ ਚ 6 ਵਜਦੀ ਹੈ ਹਾਂ ਇਹ ਤਾਂ ਮਨੁੱਖ ਦਾ ਕੁਦਰਤੀ ਵਰਤਾਰਾ ਹੈ ਤਾਂ ਮੈਂ ਕਹਿੰਦਾ ਵੀ ਜਿਹੜਾ ਹੁਣ ਤੱਕ ਲੀਬੋ ਤੇ ਬਦਨੀਆਂ ਚੀਜ਼ਾਂ ਦੀ ਇਦਨ ਹੋਣਾ ਬੰਦਿਆ ਨੇ ਸਾਡਾ ਮਸਲਾ ਇਹ ਹੈ ਕਿ ਜਦੋਂ ਜਿਹੜੇ ਇੱਥੇ ਨੇ ਤੇ ਜਿਹੜੇ ਉੱਥੋਂ ਆਉਣਗੇ ਉਹ ਸਹੀ ਤਰੀਕੇ ਨਾਲ ਕਿਵੇਂ ਰਹਿ ਸਕਣ ਤਾਂ ਕਿ ਗਾਹਾਂ ਵਾਲਾ ਨੂੰ ਫੇਰ ਨਾ ਭਜਣਾ ਪਵੇ ਅਸਲ ਮਸਲਾ ਇਹ ਹੈ ਕਿ ਉਹਦੇ ਚ ਇਹੀ ਹੈ ਕਿ ਅਸੀਂ ਆਪਦੀ ਬੋਟਲੀ ਨਹੀਂ ਆਪਦੇ ਬ੍ਰਸ਼ਣ ਜੁੜਦੇ ਆ ਉਹ ਜੀ ਦੁਨੀਆ ਦੇਖਣ ਲੱਗਦੇ ਆ ਇੱਕ ਆਪਦਾ तरीका नमूना ਸਾਜਦੇ ਆ ਜਿਹਨੂੰ ਦੁਨੀਆ ਨੇ ਪਹਿਲਾਂ ਦੇਖਿਆ ਹੋਇਆ ਹੈ ਨਾ ਉਹਨੂੰ ਨਵੇਂ ਰੂਪ ਚ ਲੈ ਕੇ ਆਉਣ ਦਾ ਮਤਲਬ ਉਹੀ ਅਸਲ ਚ ਹੈ ਨੌਜਵਾਨਾਂ ਦੇ ਭੱਜਣ ਦਾ ਕਾਰਨ ਜਾਂ ਮਤਲਬ ਬੱਚਿਆਂ ਦੇ ਜਾਣ ਦਾ ਕਾਰਨ ਕੀ ਮੰਨਦੇ ਹੋ ਮਤਲਬ ਸਾਰਾ ਸਿਸਟਮ ਜਾਂ ਜਿਵੇਂ ਸਰਕਾਰਾਂ ਦਾ ਵੀ ਦੋਸ਼ ਹੈਗਾ ਦੋਸ਼ ਤਾਂ ਸਾਰਿਆਂ ਦੇ ਹੁੰਦਾ ਚੱਕਰ ਇਹ ਵੀ ਕਿਹਦੇ ਦੋਸ਼ ਨੂੰ ਸਿੱਧਾ ਕੀਤਾ ਜਾ ਸਕਦਾ ਪਹਿਲਾਂ ਸਿ ਆਪ ਦੀ ਵਾਲੀ ਨੂੰ ਕਿ ਸਿੱਧਾ ਕਰ ਸਕਦੇ ਜਾਂਜ ਦਾ ਬੰਦਿਆ ਮਨ ਸੁਪਨੇ ਦੇ ਚੱਕਰ ਹੁੰਦਾ ਇਛਾਵਾਂ ਇਛਾਵਾਂ ਕੋਈ ਵਾਰੀ ਹੋਰ ਛੋਟੀ ਗੱਲ ਹੋ ਜਿੰਦੀ ਸੁਪਨਾ ਜਿਹੜਾ ਨਾ ਬਣ ਜਾਂਦਾ ਵੀ ਜ਼ਿੰਦਗੀ ਕਿੱਥੇ ਹੈ ਜ਼ਿੰਦਗੀ ਕੀ ਏਵੇਂ ਹੀ ਬਣਾ ਲੈਂਦੇ ਹੈ ਕਈ ਹਾਂ ਉਹ ਹੈ ਜਿਹੜਾ ਅਸਲ ਮਸਲਾ ਉਹਦੇ ਚ ਠੀਕ ਜਿਹ ਉਹ ਬਣ ਜਾਂਦਾ ਫੇ ਬੰਦਾ ਉਧਰ ਲਈ ਸਰਪਟ ਭਜਦਾ ਠੀਕ ਜਾਣਾ ਹੀ ਜਾਣਾ ਉਧਰ ਵੀ ਉਹ ਓਵੇਂ ਹੋਣਾ ਚਾਹਮ ਕਰਨ ਵੀ ਆਪਣੇ ਵੀ ਜਿਵੇਂ ਇੱਕ ਸੈਂਸ ਵਾਲੇ ਹਰ ਬਲੇਓ ਸੀ ਵੀ ਵੀ ਨਾਬੇਦਾ ਜਰੂਰ ਜਾਵਾਂਗੇ ਹੂੰ ਠੀਕ ਹੈ ਨਾ ਵੀ ਉਹਨਾਂ ਨੇ ਉਹ ਬਣਾ ਲਿਆ ਉਹਦਾ ਵੀ ਅਸੀਂ ਜਾਣੇ ਜਾਣਾ ਹੈ ਨਾ ਉਹ ਸੁਪਨੇ ਦੇ ਬਣਦਾ ਹੀ ਸਾਰਾ ਹੈ ਜਿਹੜਾ ਮੈਂ ਸ਼ੁਰੂ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਵੀ ਕਿਰਤ ਦਾ ਖਿਆਲ ਜ਼ਮੀਨ ਦਾ ਖਿਆਲ ਵਿਰਸਾ ਬੋਲੀ ਨਾ ਇਹ ਸਾਰਾ ਕੋ ਸਮੁੱਝ ਹੈ ਠੀਕ ਹੈ ਬੰਦਾ ਇਹਦੇ ਵਿੱਚ ਹੀ ਜੀਣਾ ਸਾਰਾ ਅਸੀਂ ਨੂੰ ਦਵਾ ਕਿਸੇ ਰੂਪ ਜੇ ਬਿਹਤਰ ਕਰ ਸਕਦੇ ਆ ਆਪਣੇ ਆਪ ਲਈ ਉਹ ਮਸਲਾ ਸਸ ਮੁਝੇ ਹੁਣ ਜੇ ਆ ਕੰਮ ਸਾਰ ਨਾ ਹੋਵੇ ਵੀ ਇਹ ਫਰਾਂਡੇ ਦੀ ਸਰਕਾਰ ਅਕਾਲੀਆਂ ਦੀ ਇਹ ਉਹ ਕਾਂਗਰਸ ਦੀ ਇਹ ਦੂਜਾ ਹੁਣ ਭਾਈ ਬੈਠਾ ਜੁਟਕਲੇ ਵਾਲਾ ਆਪ ਦੀ ਹਾਂ ਭਗਵੰਤ ਮਾਨ ਹੁਣਾਂ ਦੀ ਠੀਕ ਹੈ ਇਹਦਾ ਕੰਮ ਸਾਰ ਨਾ ਕੰਮ ਹੈ ਵੀ ਇਹਦੀ ਆ ਗਲਤੀ ਹੈ ਜੇ ਇਹਦੀ ਆ ਗਲਤੀ ਸਾਨੂੰ ਪਤਾ ਇਹ ਜਿੱਦਾਂ ਦਾ ਪ੍ਰਬੰਧ ਆ ਜੋ ਤੁਸੀਂ ਬੈਹੋ ਮੈਂ ਬੈਹਾਂ ਹੂੰ ਥੇਲੇ ਦਾ ਫਰਕ ਹੀ ਪੈਣਾ ਮਾੜਾ ਮੋਟਾ ਇਹਦੀ ਬਾਤ ਤਾਂ ਪੈਣਾ ਨਹੀਂ ਕਿਸੇ ਵੀ ਹੂੰ ਠੀਕ ਹੈ ਨਾ ਔਰ ਜਿੰਨੇ ਵੀ ਹੁਣ ਕੋਈ ਮਹਿਕਮੇ ਨੇ ਜਿੰਨੇ ਕੋਈ ਵਿਭਾਗ ਨੇ ਉਹਦਾ ਮੁਖੀ ਦਾ ਜੁਪੀਸੀ ਦਾ ਬੰਦਾ ਲੱਗਣਾ ਹੂੰ ਠੀਕ ਹੈ ਪੰਜਾਬ ਸਰਕਾਰ ਦਾ ਆਵਾਜ਼ ਇੱਕ ਨੋਖ ਨਹੀਂ ਲਾ ਸਕਦੀ ਉਸਤਾਨ ਦੇ ਉੱਤੇ। ਹੂੰ। ਪਹਿਲਾਂ ਆਪ ਵੀ ਕਹਿੰਦੇ ਹੁੰਦੇ ਸੀ ਉਹ ਕੀ ਛੇੜਿਆ ਚੜਾਈ ਕਰ ਗਿਆ ਬੰਦਾ। ਵੀ ਅਸੀਂ ਤਾਂ ਜੀ ਪੰਜਾਬ ਸਰਕਾਰ ਤਾਂ ਕਿਸੇ ਪਿੰਡ ਦਾ ਨਾਂ ਨਹੀਂ ਬਦਲ ਸਕਦੀ। ਹੂੰ। ਉਹ ਮੈਂ ਦਿੱਲੀ ਵਾਲਿਆਂ ਦੀ ਜਿੰਨੀ ਕੁ ਪਾਇਆ ਹੈਗੀ ਉਹਨਾਂ ਨੇ ਕਿੱਥੇ ਲੱਤਾਂ ਫਸਾਈਆਂ ਲੋਕਾਂ ਸਾਹਮਣੇ। ਵੀ ਕਿਸਾਨ ਨੂੰ ਇਹ ਬਿੱਲ ਜੋ ਹੈ ਵਾਪਸ ਲੈ ਵੀ ਲੈ। ਆ ਦੁਬਾਰੇ ਉਹ ਜਿਹੜੀ ਨਵੀਂ ਉਹਨੇ ਬਣਾਉਣੀ ਹੈ ਨਵਾਰਡ ਦੀ ਨੀਤੀ 25 ਸਾਲਾਂ ਵਾਸਤੇ। ਹੂੰ। ਉਹ ਸਾਰੀ ਦੁਬਾਰੇ ਫਿਰ ਉਹੀ ਬਣਨੀ ਹੈ ਹੂੰ ਠੀਕ ਹੈ ਨਾ ਉਹਦੇ ਚ ਕੀ ਆ ਜਿਵੇਂ ਜਿਹੜਾ ਪਹਿਲਾਂ ਸੀਗਾ ਉਹ ਦੇਖ ਲਓ ਤੁਸੀਂ ਜਿਹਦੀ ਪਹਿਲਾਂ ਨਹੀਂ ਦੇਖੀ ਹੋਵੇ ਹਾਂ ਉਹ ਸੀਗਾ ਵੀ ਘਟੋ ਘਾਟਾ 2500 ਹੈਕਟੇਰ ਮਤਲਬ ਹਜ਼ਾਰ ਕਿੱਲੇ ਦਾ ਖੇਤ ਤੁਸੀਂ ਕਹਿੰਦੇ ਹੋ ਮਤਲਬ ਜਿਵੇਂ ਹਾਲਾਂਕਿ ਸਾਰਿਆਂ ਨੂੰ ਵੈਸੇ ਪਤਾ ਸਾਰੇ ਦਿੱਲੀ ਜਾ ਕੇ ਆਏ ਪੰਜਾਬ ਪੰਜਾਬ ਸਾਰੇ ਹੀ ਜਾ ਕੇ ਬਹਿ ਗਿਆ ਸੀ ਉੱਥੇ ਇੱਕ ਇੱਕ ਜੁੱਟਤਾ ਨਜ਼ਰ ਆਈ ਪੰਜਾਬ ਦੀ ਯੂਨਿਟੀ ਉੱਥੇ ਦੇਖਣ ਨੂੰ ਮਿਲੀ ਉੱਤੇ ਦਾ ਠੀਕ ਹੈ। ਹਾਂ। ਠੀਕ ਹੈ ਨਾ। ਉਹ ਤੇ ਨਹੀਂ ਆਪ ਨੂੰ ਚੱਕ ਆਇਆ ਕੋਈ। ਮਤਲਬ ਮੈਂ ਕਹਿੰਨੀ ਜੋ ਕੁਝ ਉਹਨਾਂ ਨੇ ਕਰਿਆ ਸੀ ਦਿੱਲੀ ਸਰਕਾਰ ਨੇ। ਉਹਨਾਂ ਨੇ ਇੱਕ ਵਾਰੀ ਸਾਨੂੰ ਪਿੱਛੇ ਭੇਜਿਆ ਵਾਪਸ। ਠੀਕ ਹੈ। ਇਹ ਨਹੀਂ ਮੰਡਾ। ਵੀ ਉਹ ਕੰਮ ਰੁਕਿਆ ਰੱਖਿਆ ਨਹੀਂ ਕਿਸ ਵੀ ਹੈਗਾ। ਵਰਲਡ ਲੈਵਲ ਤੇ ਇਹ ਸਾਰਾ ਕੁਝ ਹੋ ਰਿਹਾ। ਹੁੰਦਾ ਹੀ। ਮੈਂ ਚਾਹੂੰਗਾ ਇਹਨੂੰ ਵੀ ਆਪਾਂ ਡਿਫਾਈਨ ਕਰ ਦਈਏ 5 ਮਿੰਟੇ ਤੇ ਲਾ ਦਈਏ। ਨਹੀਂ ਤੁਸੀਂ ਮੈਂ ਸੌਖਾ ਦੇਖੋ ਇਹਦੇ 'ਚ। ਮੈਂ ਜਦੋਂ ਗਿਆ ਉੱਥੇ ਆਪਣੇ ਮੈਂ ਨਾਮ ਭੁੱਲ ਗਿਆ ਉਹਨਾਂ ਦਾ बोल रहे ਸੀ ਸਾਨੂੰ ਕਿ ਸਰਕਾਰ ਕਹਿੰਦੀ ਕਿ ਫਲਾਨੀ ਬੀਬੀ ਨਾਲ ਮੁਲਾਕਾਤ ਕਰੋ ਅਫਸਰ ਨਾਲ ਹੂੰ ਕਹਿੰਦਾ ਵੀ ਅਸੀਂ ਅਫਸਰ ਨਾਲ ਮੁਲਾਕਾਤ ਕਿਉਂ ਕਰੀਏ ਐ ਸਿੱਧਾ ਸਰਕਾਰ ਨਾਲ ਗੱਲ ਕਰਾਂਗੇ ਮੰਤਰੀਆਂ ਨਾਲ ਗੱਲ ਕਰਾਂਗੇ ਠੀਕ ਉਹ ਬਾਅਦ ਚ ਆ ਕੇ ਮੈਂ ਦੇਖਿਆ ਵੀ ਜਿਹੜੀ ਬੀਬੀ ਦਾ ਨਾਮ ਲੈਂਦੇ ਸੀ ਉਹ ਮੈਂ ਹੁਣ ਤਾਂ ਭੁੱਲ ਗਿਆ ਸ਼ਾਇਦ ਉਹ ਅਸਲ ਖੇਤੀ ਵਾਲੇ ਮਸਲੇ ਦੀ ਜਿਹੜੀ ਸੰਧੀ ਸੀ ਸਰਕਾਰ ਦੀ ਦਿੱਲੀ ਵਾਲੀ ਦੀ ਉਹਦੇ ਚ ਉਹ ਉਹਦੀ ਬਣ ਕੇ ਗਈ ਸੀ ਆਗੂ ਹੂੰ ਘੁੱਗੀ ਦੋ ਬੀਬੀ ਦੀ ਸੀ ਉੱਥੇ ਹੂੰ ਠੀਕ ਹੈ ਨਾ ਤਾਂ ਜਿੰਨੇ ਇਹਨਾਂ ਨੇ ਸਮਝੌਤੇ ਕਰ ਲਏ ਨੇ ਉਸ ਰਿਟਟਾਉਣੇ ਆ ਚਲਾਉਣੇ ਬਣੇ ਨੇ ਭਾਈ ਜੇ ਹੁਣ ਪਿੰਡ ਦੀ ਪੰਚਾਇਤ ਜਾਂ ਤੁਹਾਡਾ ਪਿਓ ਹਾਂ ਕਰਕੇ ਗੂਟਾ ਲਾ ਕੇ ਆ ਜੇ ਘਰ ਜਾ ਕੇ ਕੀ ਕਰੋਗੇ ਹੂੰ ਹੈ ਨਾ 마을 ਦੇ ਪਿੰਡ ਦੀ ਪੰਚਾਇਤ ਚ ਬੜੂ ਹੂੰ ਜਿਹੜਾ ਦੁਨੀਆਂ ਦੀ ਪੰਚਾਇਤ ਹਾਮੀਆਂ ਭਰੀਆਂ ਹੋਈਆਂ ਜਿਹੜੀਆਂ ਹੂੰ ਜਿਹਦੇ ਚ ਪੈਰ ਇੱਕ ਪਾਸੇ ਪੈ ਪਛਾਣ ਖਿੱਚੋਂਗੇ ਅਗਲੇ ਸਾਰੀਆਂ ਚੂੜੀਆਂ ਕੱਸਦੇ ਆ ਜੀ ਦੁਨੀਆ ਕੀ ਚਾਹੁੰਦੀ ਹੈ ਪੰਜਾਬ ਤੋਂ ਕੀ ਚਾਹੁੰਦੀ ਹੈ ਦੁਨੀਆ ਇੰਡੀਆ ਤੋਂ ਕੀ ਚਾਹੁੰਦੀ ਹੈ ਇਹ ਹੁਣ ਬਹੁਤ ਵੱਡਾ ਸਵਾਲ ਹੈ ਹੁਣ ਇਦਾਂ ਬੈਠੇ ਗੱਪ ਲਾ ਦਈਏ ਵੀ ਆਜ ਹਾਂ ਤੇ ਇੱਥੇ ਗੱਲ ਕਰੀਏ ਆਪਾਂ ਦੇਖ ਮੇਰੀ ਉਸ ਤੋਂ ਉਸ ਤੋਂ ਬਾਹਰ ਦੀਆਂ ਗੱਲਾਂ ਨਹੀਂ ਕੀ ਕੀ ਦੁਨੀਆ ਚਾਹੁੰਦੀ ਹੋਊਗਾ ਨਾ ਨਹੀਂ ਜਿਵੇਂ ਖੇਤੀਬੱਲਾਂ ਦੀ ਗੱਲ ਕਰ ਰਹੇ ਸੀ ਆਪਾਂ ਜਾਂ ਜਿਵੇਂ ਹੁਣ ਮਤਲਬ ਉਹ ਠੀਕ ਉਹ ਤਾਂ ਇੰਨਾ ਪਤਾ ਸਾਰਿਆਂ ਨੂੰ ਕਿ ਉਹ ਧਰਤੀ ਜਿਹੜੀ ਦੁਨੀਆ 'ਚ ਕੋਧਤੀ ਉੱਪਰ ਵਧੀਆ ਹੈ ਉਹ ਤਾਂ ਜਮੀਨ ਪਾਣੀ ਤਗੜੇ ਨੂੰ ਚਾਹੀਦੇ ਚਾਹੀਦਾ ਹੁਣ ਤਾਂ ਬੰਦੇ ਇੱਜਾਂ ਦੀਆਂ ਉਲਾਰੇ ਨੇ ਪਿੱਛੇ ਜੋ ਉਹ ਨੇ ਜਿਹੜਾ ਐਮਾਜੋਨ ਵਾਲਾ ਬੰਦਾ ਉਹਦੀ ਨਾਂ ਦਾ ਬਿਆਨ ਛਪਿਆ ਹੁਣ ਸੱਚਾ ਹੈ ਝੂਠਾ ਰੱਬ ਜਾਣਦਾ ਵੀ ਦੁਨੀਆ ਤਾਂ ਸਾਰੀ ਹੈਗੀ ਧਰਤੀ ਤਾਂ ਦੁਬਾਰ ਬਲੋਕਾਂ ਵਾਸਤੇ ਸਾਰੀ ਹੁਣ ਜੇ ਕੋਈ ਐਡਾ ਅਮੀਰ ਬੰਦਾ ਇਹ ਗੱਲ ਕਹਿੰਦਾ ਹੈ ਨਾ ਕੋਰੋਨਾ ਬੜੇ ਰੌਲਾ ਪਿਆ ਸੀਗਾ ਵੀ ਬਿਲਗ੍ਰੇਡਸ ਕਹਿੰਦਾ ਕਿ ਜਨਤੰਗ ਕਿਹਾ ਘਟਾਓ ਉਹ ਅਸੀਂ ਸਿਕੂਲਮੇ ਪਰਦੇ ਹੁੰਦੇ ਸੀ ਹਨ ਉਹ ਉਦੋਂ ਬਹੁਤ ਮਸ਼ਹੂਰ ਸੀ ਮਸਲਾ ਕਿ ਅਸਲ ਇੱਕੋ ਹੀ ਮਸਲਾ ਕਿ ਆਬਾਦੀ ਬੇਹਸਾਬ ਵੱਧ ਰਹੀ ਹੈ ਹਨਾ ਇਸ ਹਸਾਉ ਤੋਂ ਬੜਾ ਬੰਮ ਫਟ ਜਾਏਗਾ ਹੈ 2050 ਤੱਕ ਆ ਹੋ ਜੋ ਹੁਣ ਉਹ ਕਈ ਬੰਦੇ ਉਲਟੀਪੇ ਕਰੀ ਜਾਂਦੇ ਪੇਸ਼ ਵੀ 2100 ਤੱਕ ਕੋਹਰਾ ਹੀ ਨਾ ਖਤਮ ਹੋ ਜੋਗੀ ਮਨੁੱਖਤਾ ਦੀ ਗਿਣਤੀ ਘਟ ਚੋਗੀ ਹੁਣ ਜਿਵੇਂ ਜੇ ਦੁਨੀਆ ਸਾਹਮਣੇ ਕੋਈ ਗੱਲਾਂ ਧਾਰਨਾਵਾਂ ਪੇਸ਼ ਹੋ ਜਾਂਦੀਆਂ ਨੇ ਵੱਡੇ ਸੋਨ ਨੂੰ ਉਹ ਮੰਨਣ ਲੱਗ ਜਾਂਦਾ ਠੀਕ ਉਹ ਧਾਰਨਾਵਾਂ ਲਗਭਗ ਇਦਾਂ ਹੀ ਜਾਂਦੇ ਨੇ ਕਿ ਦੁਨੀਆ ਤੇ ਧਰਤੀ ਤੇ ਮਨੁੱਖਾਂ ਦੀ ਗਿਣਤੀ ਘਟਾ ਦਿਓ ਤੇ ਉਹਦਾ ਇੱਕ ਮੋਟਾ ਜਿਹਾ ਤਰੀਕਾ ਤਿਆਰ ਕਰੋ ਉਹਦੇ ਚ ਲਗਭਗ ਸਭ ਨੂੰ ਇਹੀ ਪਹਿਲਾਂ ਜਿਹੜੀ ਜ਼ਮੀਨ ਹੈ ਇਹ ਪਹਿਲਾਂ ਇਹ ਖੋ ਕੇ ਸਦਾ ਕਰੋ ਕੰਮ ਠੀਕ ਆੜੜਦਰਾਂ ਦੇ ਲੋਕ ਨੇ ਉਹ ਇਹ ਸਿਆਪੇ ਦੀ ਜੜ ਬਣੇ ਹੋਏ ਨੇ ਉਹ ਹੈ ਉਹ ਕਿ ਖੇਤੀ ਕਾਨੂੰਨ ਵਾਲੀ ਗੱਲ ਉਹਦੇ ਨਾਲ ਜੁੜੀ ਹੋਈ ਹੈ ਇਸ ਗੱਲ 'ਚ ਜਿਵੇਂ ਤੁਸੀਂ ਉਹ ਗੱਲ ਕਹੀ ਸੀ ਵੀ ਸਾਰੀ ਦੁਨੀਆ ਦੀ ਨਿਗਾਹ ਪੰਜਾਬ ਤੇ ਅਤੇ ਪੰਜਾਬੀ ਬਾਹਰ ਨੂੰ ਭੱਜ ਰਹੇ ਆ। ਨੇ ਕਈ ਹੋਰ ਥਾਮਾਂ ਵੀ ਹੈਗੀਆਂ ਪਰ ਆਪਣਾ ਮਸੰਗ ਪੰਜਾਬ ਨਾਲ ਤਾਂ ਸੀ ਮੈਂ ਤਾਂ ਕਈ ਗੱਲ ਹਾਂ। ਵੀ ਸਾਨੂੰ ਦਿਸਦਾ ਨਾ ਵੀ ਜਿਵੇਂ ਜੇ ਉਹਦੀ ਦੁਨੀਆ 'ਚ ਧਰਤੀ ਜਿਵੇਂ ਜੇ ਥਾਂ ਹੈ ਪੰਜਾਬ ਦੀ ਕੱਲਾ ਨਹੀਂ ਉਪਜਾਉ ਹੈ ਤਾਂ ਕਰਕੇ ਉਹ ਜਿਹੜੀ ਥਾਂ ਉਹਦੇ ਕਰਕੇ ਵੀ ਇਹ ਤੋਂ ਅਗਲਾ ਕਿ ਉਹ ਸਿੱਖਾਂ ਦੀ ਉਸ ਤਾਂ ਦੇ ਉੱਤੇ ਇਤਿਹਾਸਕ ਤੌਰ ਤੇ ਮੰਨਦਾ ਹੈ ਉਹ ਦੇ ਕਰਕੇ ਵੀ ਹੈਗੀ ਠੀਕ ਹੈ ਜਿਹੜਾ ਬੰਡ ਬੰਦਾਲਾ ਕਰਕੇ ਗੋਰੇ ਜਿਹੜੀ ਉਹ ਹੱਦ ਬਣਾ ਕੇ ਉਹਦੇ ਕਰਕੇ ਵੀ ਹੈ ਠੀਕ ਹੈ ਤੇ ਉਹ ਸਾਰੀਆਂ ਗੱਲਾਂ ਲੜੀਆਂ ਹੋਈਆਂ ਉਹਦੇ ਵਿੱਚ ਉਹਦੇ ਕਰਕੇ ਇਹ ਥਾਂ ਦੀ ਮਹੱਤਤਾ ਚਾਹਦੇ ਹੈ ਜਿਹੜੀ ਉਹ ਹੱਦ ਮਤਲਬ ਉਹ ਵੀ ਹੱਤਬੰਦੀ ਵੀ ਗਲਤ ਤਰੀਕੇ ਨਾਲ ਜਾਣਬੁੱਝ ਕੇ ਕੀਤੀ ਗਈ ਸੀ ਵੀ ਸਭ ਨੂੰ ਬਹੁਤ ਦਾ ਪ੍ਰਭਾਵ ਹੁੰਦਾ ਕੱਲੇ ਕੱਲੇ ਬੱਚੇ ਨੂੰ ਪਤਾ ਠੀਕ ਹੈ ਕਿ ਉਹ ਨਹੀਂ ਮਤਲਬ ਗੋਰੀਆਂ ਦਾ ਵੀ ਇੰਟਰਸਟ ਸੀ ਵੀ ਜਾਣਬੁੱਝ ਕੇ ਐਦਾਂ ਹੀ ਕਰਦੇ ਹੋ ਨਹੀਂ ਗੋਰੀਆਂ ਦਾ ਹੀ ਸੀ ਹੋਰ ਕੀ ਦਾ ਸੀ ਠੀਕ ਹੈ ਗੋਰੇ ਜੀਨਾਂ ਨੂੰ ਤਾਕਤ ਦੇਣੀ ਚਾਹੁੰਦੇ ਸੀ ਹਾਂ ਉਹਨਾਂ ਨੂੰ ਦੇ ਕੇ ਤੇ ਜਿਵੇਂ ਦੇਣੀ ਚਾਹੁੰਦੇ ਸੀ ਠੀਕ ਨਹੀਂ ਇਹਨਾਂ ਨਹੀਂ ਇਹ ਤਾਂ ਦੀ ਤਸਵੀਰ ਹੈ ਇਹ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਗੋਰੇ ਕਿਨਾਂ ਨੂੰ ਤਾਕਤ ਨਹੀਂ ਦੇਣੀ ਚਾਹੁੰਦੇ ਸੀ ਹਾਂ ਠੀਕ ਸਾਡੇ ਦੀ ਮਸਲਾ ਇਹ ਹੈ ਕਿ ਅਸੀਂ ਉਹਨਾਂ ਚੋਂ ਹਾਂ ਸਾਡੇ ਕਈ ਬੰਦੇ ਪੜਾਉਂਦੇ ਨੇ ਫਿਰ ਫੜਾਣੇ ਨੇ ਇਦਾਂ ਕਿਹਾ ਸੀ ਸਿੱਖਾਂ ਨੂੰ ਰਾਜ ਨਹੀਂ ਸਿੱਖਾਂ ਰਾਜ ਲਿਆ ਨਹੀਂ ਸੀ ਕੰਬਲੇ ਸੀ ਰਾਜਨੀਤੀ 'ਚ ਪ੍ਰਭਾਵ ਸਦਾ ਹੀ ਉਹ ਹੁੰਦਾ ਹੈ ਕਿ ਜੋ ਦਿਸਰੇ ਉਹ ਨਹੀਂ ਹੁੰਦਾ ਹੂੰ ਠੀਕ ਹੈ ਦਿਖਾਇਆ ਦਾ ਇਹ ਕਿ ਸਿੱਖਾਂ ਦੇ ਬੰਦੇ ਕਮਲੇ ਸੀਗੇ ਉਹਨਾਂ ਨੇ ਰਾਜ ਲਿਆ ਨਹੀਂ ਹੈਨਾ ਸਚਾਈ ਇਦਾਂ ਨਹੀਂ ਹੈ ਮਨ ਮੇਰੀ ਸਮਝੇ ਜਿੰਨੀ ਕਿ ਬਣੀ ਹੈ ਪੜ ਕੇ ਉਹੀ ਬਣੀ ਹੈ ਕਿ ਉਹਨਾਂ ਨੇ ਸਾਨੂੰ ਹੀ ਰਾਜ ਨਹੀਂ ਸੀ ਦੇਣਾ ਹੋਰ ਜੋ ਮਰਜੀ ਹੁੰਦਾ ਉਹਦੇ ਕਾਰਨ ਬਹੁਤ ਸਾਫ਼ ਸੀ ਠੀਕ ਹੈ ਨਾ ਕਿ ਸਿੱਖਾਂ ਦੇ ਰਾਜ ਦੀ ਉਹਨਾਂ ਸਾਹਮਣੇ ਜਮਾ ਤਾਜੀ ਮਿਸਾਲ ਸੀ ਉਹਨਾਂ ਸਾਹਮਣੇ ਤਾਂ ਉਹਨਾਂ ਨੇ ਤਾਂ ਖੋਇਆ ਸੀਗਾ ਠੀਕ ਹੈ ਉਹਨਾਂ ਦਾ ਬਦਨਾਮ ਕਰ ਸੀ ਰਾਜ ਕਰਨ ਵਾਲੇ ਰਣਜੀਤ ਸਿੰਘ ਵੀ ਉਹਦੀ ਰਾਣੀ ਵੀ ਉਹਦਾ ਮੁੰਡਾ ਵੀ ਹੈ ਨਾ ਪੂਰੀ ਦੁਨੀਆ 'ਚ ਗੋਰਿਆਂ ਦੇ ਖਿਲਾਫ ਇਸ ਕਿਸਮ ਦੀ ਜਿਹੜੀ ਟੱਕਰ ਹੈ ਕਿਸੇ ਤੋਂ ਬਣੀ ਉੱਠੀ ਸੀ ਜਿੰਨੀ ਸਿੱਖਾਂ ਨੇ ਦਿੱਤੀ ਅੰਗਰੇਜ਼ਾਂ ਨੂੰ ਤੇ ਉਹ ਹੁਣ ਇੰਨੇ ਕਮਲੇ ਕਿਵੇਂ ਸੀ ਵੀ ਸਾਨੂੰ ਹੀ ਰਾਜ ਦੇ ਜਾਂਦੇ ਠੀਕ ਹੈ ਧਰ ਪ੍ਰਵਾ ਖਾਲੀ ਹੋ ਸਕਦਾ ਹੁੰਦਾ ਸਾਫ ਜਿਉਂਦੇ ਜਾਗਦੇ ਸਬੂਤ ਸੀਗੇ ਕਿ ਇਹਨਾਂ ਦੀ ਬੋਲੀ ਇਹਨਾਂ ਦਾ ਧਰਮ ਇਹਨਾਂ ਦਾ ਜੀਵਨ ਅਮਲ ਇਹਨਾਂ ਦਾ ਖਿੱਤਾ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹਦੇ ਡਰ ਨਹੀਂ ਸੀ ਹੁੰਦਾ ਉਹਨਾਂ ਨੂੰ ਕਿ ਸੱਤਾ ਦੇ ਬੈਠਾ ਬੰਦਾ ਜਾਣਦਾ ਹੁੰਦਾ ਕਿ ਅਸਲ ਵਿੱਚ ਉਹਨਾਂ ਦਾ ਕੀ ਖੜਾਉਣਾ ਚਾਹੀਦਾ ਉਹ ਹੁੰਦੀ ਹੈ ਬੰਦਿਆਂ ਦੀ ਪਛਾਣ ਆ ਮੇਜ ਬੰਦਿਆਂ ਦੀ ਵੀ ਓਪਨ ਦਿਓ ਉਹਨਾਂ ਦੇ ਆਪ ਦੇ ਅੰਦਰ ਆ ਤੁਸੀਂ ਦੇਖੋ ਉਹਨਾਂ ਨੇ ਛੱਡੀਆਂ ਜਿੰਨੀਆਂ ਕਿਤਾਬਾਂਆਂ ਹੈਗੀਆਂ ਵੱਡਾ ਸਹੀ ਹੈ ਕਿ ਤਾਰਾ ਸਿੰਘ ਨੇ ਗਦਾਰੀ ਕੀਤੀ ਫਰਾਂਡ ਨੇ ਗਦਾਰੀ ਕੀਤੀ ਨਾ ਬੇੜਾ ਬਤਾ ਇਹ ਗੱਲਾਂ ਉ ਤਾਂ ਦੇਖਣ ਨੂੰ ਸਹੀ ਨੇ ਠੀਕ ਹੈ ਤੱਥ ਵਜੋਂ ਤਾਂ ਪਰ ਜਦੋਂ ਪੂਰੀ ਤਸਵੀਰ ਦੇਖੋਗੇ ਫਿਰ ਹੋਰ ਗੱਲਾਂ ਨੇ ਠੀਕ ਹੈ ਫਿਰ ਇਹੀ ਹੈ ਕਿ ਜਿਹੜੇ ਰਾਜ ਬਣ ਕੇ ਗਏ ਸੀਗੇ ਉਹ ਨਹੀਂ ਸੀ ਚਾਹੁੰਦੇ ਕਿ ਇਹਨਾਂ ਨੂੰ ਰਾਜ ਦੇਈਏ ਹੂੰ ਉਹ ਸਿੱਖਾਂ ਦਾ ਰਾਜ ਖੋਣ ਤੋਂ ਪਹਿਲਾਂ ਮੱਥੀ ਬੈਠੇ ਸੀ ਹੂੰ ਠੀਕ ਹੈ ਉਹ ਚਿੱਠੀਆਂ ਨੇ ਕਿਉਂ ਛਪੀਆਂ ਹੋਈਆਂ ਉਹਦੀਆਂ ਬੰਦਿਆਂ ਦੀਆਂ ਵੀ 1900 1835 36 ਦੇ ਨੇੜੇ ਕਲਕੱਤਾ ਜਦੋਂ ਪਹਿਲਾ ਕਾਲਜ ਖੋਲ੍ਹਿਆ ਉਹਨਾਂ ਨੇ ਉਹ ਇਸ ਲਈ ਖੋਲ੍ਹਿਆ ਕਿ ਜਿੱਦਿਆਂ ਅਸੀਂ ਜਾਵਾਂਗੇ ਜਿਨ੍ਹਾਂ ਨੂੰ ਰਾਜ ਦੇ ਕੇ ਜਾਵਾਂਗੇ ਉਹਨਾਂ ਨੂੰ ਤਿਆਰ ਕਰੀਏ ਤੇ ਉਦੋਂ ਤੱਕ ਨਹੀਂ ਚੜਾਈ ਵੀ ਨਹੀਂ ਕੀਤਾ ਸੀਗਾ ਹੂੰ ਠੀਕ ਹੈ ਜਿਸ ਕਰਕੇ ਇਹ ਗੱਲਾਂ ਉਦੋਂ ਪਹਿਲਾਂ طے ਸੀ ਕਿ ਇਹ ਪੰਜਾਬ ਦੇ ਬੰਡਾਰੇ ਲਈ ਜਿਨ੍ਹਾਂ ਦੇ ਸਿਰ ਤੇ ਡਾਂਗ ਸਭ ਤੋਂ ਵੱਡੀ ਬੱਜੀ ਉਹੀ ਦੋਸ਼ੀ ਨੇ ਠੀਕ ਇਹ 84 ਬਾਰ ਨਹੀਂ ਹੁੰਦੇ ਜਿਸ ਕੰਦੜ ਦੇ ਸੰਗਰਾਂ ਲੱਗਿਆ ਵੀ ਇਹ ਹਾਂ ਹਮਲਾ ਸਰਕਾਰ ਨੇ ਕੀਤਾ ਪਰ ਗਲਤੀ ਸੰਤ ਦੀ ਸੀ ਠੀਕ ਇਹ ਤਾਂ ਰਾਜਨੀਤੀ ਹੁੰਦੀ ਹੈ ਹੁਣ ਜੇ ਪ੍ਰਵਾਸ ਹੈ ਤਾਂ ਵੀ ਸਾਨੂੰ ਨਾਲ ਸਾਡੀ ਗਲਤੀ ਹੈ ਠੀਕ ਜਿਸੀ ਤਸਵੀਰ ਦੇਖੀ ਹੈ ਨਾ ਕਿ ਅਸੀਂ ਭਜੇ ਜਾ ਰਹੇ ਹਾਂ ਠੀਕ ਸਾਨੂੰ ਭਜਾਇਆ ਜਾ ਰਿਹਾ ਨਹੀਂ ਸਾਹਮਣੇ ਇਹ ਤਾਂ ਨੰਗੀ ਚਿੱਟੀ ਗੱਲ ਹੈ ਉਥੋਂ ਦੀ ਸਰਕਾਰ ਵੀ ਧੱਕੇ ਨਾਲ ਇਨੇ ਬੰਦਿਆਂ ਨੂੰ ਹੀ ਮੰਨਦਾ ਦੇ ਜਾਂਦੀ ਹੈ ਹਾਂ ਉਹ ਤਾਂ ਉਹਨਾਂ ਦਾ ਹਿੱਤ ਵੀ ਹੈ ਨਾ ਇਸ ਹੱਤੇ ਨੂੰ ਖਾਲੀ ਕਰਨ ਲਈ ਬਿਲਕੁਲ ਵਾਓ ਇਧਰ ਤਿਪਰ ਨਹੀਂ ਕਰਦੇ ਨੇ ਹਮ ਇਥੋਂ ਸਾਡਾ ਬੱਚਾ 18 ਵੀ ਸਾਲ ਦਾ ਸੀ ਜੰਮਿਆ ਪਾਲਿਆ ਪੜਾਇਆ ਜਾਣ ਸਰ ਉਹਨਾਂ ਨੂੰ ਕਮਾਈ ਦੇਣ ਲੱਗ ਜੇ ਉਹਨਾਂ ਨੂੰ ਅਗਰਨ ਕੀ ਮਾੜਾ ਜੀ ਹਮ ਠੀਕ ਹੈ ਬੰਦਾ ਪੈਸੇ ਲੈ ਕੇ ਆ ਰਿਹਾ ਹੌਣ ਸਾ ਬੰਦਾ ਪੈਸੇ ਕਮਾ ਕੇ ਦੇਊਗਾ ਉਹਨਾਂ ਦੀ ਪੱਠੀ ਤਾਂ ਤੇਜ਼ ਹੋ ਗਈ ਨਾ ਹਮ ਕਾਟਾ ਸਾਨੂੰ ਪਿਆ ਠੀਕ ਹੁਣ ਵੀ ਜੋ ਹੋ ਰਿਹਾ ਜੋ 20 50 ਸਾਲ ਪਹਿਲਾਂ ਹੋਇਆ ਜੋ ਢੂੜ 200 ਸਾਲ ਪਹਿਲਾਂ ਆਇਆ ਉਹ ਸਾਰਾ ਜੁੜਿਆ ਹੀ ਹੋਇਆ ਇਤਿਹਾਸ ਦਾ ਵਰਤਮਾਨ ਤੇ ਪ੍ਰਭਾਵ ਹੁੰਦਾ ਐਂ ਕਹੇ ਸਾਰਾ ਜੁੜੀ ਹੋਈ ਪ੍ਰਭਾਵ ਕੀ ਹੁੰਦਾ ਆਪੋ ਚਾਹੀ ਹੁੰਦੇ ਨੇ ਸਮੇਂ ਦੀ ਬੰਦ ਦਾ ਬੰਦਾ ਆਪ ਦੀ ਸਮਝ ਦੀ ਮਜਬੂਰੀ ਚੋਂ ਕਰਦਾ ਠੀਕ ਹੈ ਨਾ ਜੰਦੀ ਐ ਹੁਣੇ ਟੋਟਿਆਂ ਜਾਂਦੀ ਕਿਤੇ ਜਾਂ ਕਹਿ ਰਹੀ ਸੀ ਜਬਿਆ ਰਾਜਨੀਤੀ ਆ ਉਹ ਸਾਰਾ ਸਮੁੱਚ ਜੁੜਿਆ ਹੋਇਆ ਤਾਂ ਚਲੋ ਖਰੇ ਥੋੜੀ ਜਿਆਦਾ ਹੋਵੇ ਕਿ ਪਰ ਇਦਾਂ ਮੈਨੂੰ ਲੱਗਦਾ ਹੈ ਕਿ ਇਹਦੀ ਬੰਦ ਜਿਹੜਾ ਇਹ ਹੈ ਇਹਦੇ ਚ ਉਹਨਾਂ ਦਾ ਹਿੱਤ ਸੀ ਤੇ ਹੈ ਤੇ ਗਾਣੂ ਵੀ ਡੇਗਾ ਇਹ ਸਾਨੂੰ ਬੰਨਣਾ ਹੀ ਪਏਗਾ ਪਰ ਸਾਡੇ ਬੰਦੇ ਦੋੜੇ ਇੱਥੇ ਲੱਗੀ ਹੋਈ ਹੈ ਕਿ ਉਹਦੀ ਗਲਤੀ ਉਹਦੀ ਗਲਤੀ ਉਹਦੀ ਗਲਤੀ ਬੀਤੇ ਚ ਵੀ ਹੁਣ ਚ ਵੀ ਠੀਕ ਉਹ ਚਰਖੀ ਅੰਦਰ ਚਲੀ ਜਾਂਦੀ ਹੈ ਵਰਤਮਾਨ ਦਾ ਪ੍ਰਭਾਵ ਪਊਗਾ ਭਵਿੱਖ ਤੇ ਇਕੱਠਾ ਹੀ ਹੈ ਸਾਰਾ ਟੁੱਟਦਾ ਨਹੀਂ ਕੁਝ ਵੀ ਕਦੇ ਅਸੀਂ ਜੋ ਗਾਂ ਦੇਖਦੇ ਆ ਜੋ ਪਛਾਣ ਦੇਖਦੇ ਆ ਆ ਡੜ ਨਹੀਂ ਦੇਖ ਸਕਦੇ ਕਦੇ ਵੀ ਉਹੀ ਅਸੀਂ ਅੰਦਰ ਤੋਂ ਹੀ ਹਨ ਹੈ ਨਾ ਮੈਂ ਵਰਤਮਾਨ ਜਿਹੀ ਉਹੀ ਹਾਂ ਮੇਰੇ ਲਈ ਭਵਿੱਖ ਵੀ ਉਮੀਦਿਸੂ ਮੇਰੀ ਬਿੱਤਿਆ ਵੀ ਹੁੰਦੀ ਸੀ ਬੰਦਾ ਆਉਂਦੇ ਨੇ ਤਿੰਨ ਚਾਰ ਦਿਮਾਗ ਇਥੋਂ ਲੈ ਆਊਗਾ ਹਮ ਅਵਸਥਾ ਕੀ ਰਣੀ ਹੈ ਅਵਸਥਾ ਬਦਲੂ ਤਾਂ ਸਮਝ ਬਦਲੂਗੀ ਠੀਕ ਪੰਜਾਬੀ ਨੌਜਵਾਨ ਦੀ ਅਵਸਥਾ ਇਸ ਟਾਈਮ ਕੀ ਹੈ ਜਾਂ ਸਿੱਖ ਦੀ ਅਵਸਥਾ ਕੀ ਹੈ ਇਸ ਟਾਈਮ ਜਿਹੜਾ ਬਾਹਰ ਨੂੰ ਜਾ ਰਿਹਾ ਮੈਂ ਪਹਿਲਾਂ ਕਿ ਜਿਹੜਾ ਸੁਪਨਾ ਕੀ ਜਿੰਦਗੀ ਕਿੱਥੇ ਕੋ ਬੰਦੇ ਪ੍ਰਾਣੇ ਦੀ ਕਹਾਵਤ ਹੈ ਕਿ ਜਦੋਂ ਕੋਈ ਬੰਦਾ ਧਰਤੀ ਤੇ ਚੁੱਕ ਕੇ ਆਪਣੇ ਬੱਚਿਆਂ ਨੂੰ ਬੇੜੀ ਚ ਪਾ ਰਿਹਾ ਹੈ ਤਾਂ ਕਹਿੰਦੇ ਇਹਦਾ ਮਤਲਬ ਇਹ ਹੈ ਕਿ ਸਮੁੰਦਰ ਦੇ ਵਿੱਚ ਬੇੜੀ ਦੇ ਵਿੱਚ ਵੱਧ ਸੁਰੱਖਿਅਤ ਮਹਿਸੂਸ ਕਰਦਾ ਹੈ ਧਰਤੀ ਨਾਲੋਂ ਇਹ ਸੱਚ ਹੈ ਸਾਡੇ ਬੱਚਿਆਂ ਦੀ ਹਾਲਤ ਇਹ ਹੈ ਕਿ ਉਹ ਆਉ ਦੀ ਧਰਤੀ ਛੱਡ ਦੇਣ ਚ ਸੁਰੱਖਿਅਤ ਮਹਿਸੂਸ ਕਰਦੇ ਹੈ ਜਿੰਨਾ ਸੀ ਇਸ ਬਿਮਾਰੀ ਨੂੰ ਸਹੀ ਸਮਝਾਂਗੇ ਉਨਾ ਹੀ ਇਲਾਜ ਹੋ ਸਕਦਾ ਜਿਆਲਗੈ ਵੀ ਉਹ ਭੇਡ ਚਾਲ ਹੈ ਭੇਡ ਚਾਲ ਨਹੀਂ ਹੁੰਦੀ ਕਦੇ ਵੀ ਬਾਕਾਇਦਾ ਜ਼ਿੰਦਗੀ ਬਾਰੇ ਸੁਪਨਾ ਹੁੰਦਾ ਹਾਂ ਅਗਲੇ ਕੋਲੇ ਦਲੀਲਾਂ ਨਹੀਂ ਹੋਣਗੀਆਂ ਅਗਲੇ ਕੋਲੇ ਅੰਕੜੇ ਨਹੀਂ ਹੋਣਗੇ ਪਰ ਅੰਦਰ ਅਹਿਸਾਸ ਹੈ ਹਰ ਜੀਉਂਦੇ ਜੀ ਦੇ ਅੰਦਰ ਪਸ਼ੂਆਂ ਪੰਛੀਆਂ ਅੰਦਰ ਵੀ ਹੈ ਕਿ ਜ਼ਿੰਦਗੀ ਹੈ ਅਹਿਸਾਸ ਉਹਨਾਂ ਅੰਦਰ ਹੈ ਬਸ ਬੰਦੇ ਪਰ ਕਿਉਂ ਉਹ ਅੰਦਰ ਕੋ ਸੁਪਨਾ ਵੀ ਹੁੰਦਾ ਜਿਹੜਾ ਅੱਗੇ ਪਿੱਛੇ ਚੱਲਦਾ ਇਤਿਹਾਸ ਜੋੜ ਦਾ ਜਣਾ ਕਿਤੇ ਆਉਂਦੀ ਆ ਉਹਦੇ ਕਰਕੇ ਅਸੀਂ ਉਹਨਾਂ ਨੂੰ ਮੋੜ ਵੀ ਸਕਦੇ ਹੁੰਦੇ ਆ ਠੀਕ ਤੇ ਉਹ ਸਾਰੀ ਆਪਣੀ ਮਿਹਨਤ ਹੈ ਕਿਵੇਂ ਅਸੀਂ ਆਪਣੀ ਸਾਮੀ ਥਾਂ ਤੇ ਉਹਨਾਂ ਨੂੰ ਲੈ ਕੇ ਆ ਸਕਦੇ ਆ ਬਹੁਤ ਬਹੁਤ ਧੰਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਬਹੁਤ ਸੋਹਣੀਆਂ ਵਿਚਾਰਾਂ ਹੋਈਆਂ ਬਹੁਤ ਸੋਹਣੀ ਗੱਲਬਾਤ ਹੋਈ ਬਹੁਤ ਬਹੁਤ ਧੰਨਵਾਦ ਬਾਈਰੂ ਜੀ ਦਾ ਖਾਲਸਾ ਬਾਈਰੂ ਜੀ ਕੀ ਮਤ ਲੱਗੇ ਤਾਸੀਕੇ ਡਾਕਟਰ ਸੇਵਕ ਸਿੰਘ ਪ੍ਰਵਾਸ ਦੇ ਉੱਤੇ ਇਹਨਾਂ ਨੇ ਗੱਲਬਾਤ ਕੀਤੀ ਹੈ ਪ੍ਰਵਾਸ ਦਾ ਰੁਕਣਾ ਕਿਉਂ ਜ਼ਰੂਰੀ ਹੈ ਤੇ ਕਹਿ ਰਹੇ ਨੇ ਕਿ ਪ੍ਰਵਾਸ ਰੁਕੂਗਾ ਪ੍ਰਵਾਸ ਰੁਕ ਰਿਹਾ ਹੈ ਨੌਜਵਾਨੀ ਜਿਹੜਾ ਸੁਪਨਾ ਉਹਨਾਂ ਦੇ ਮਨ ਦੇ ਵਿੱਚ ਹੈ ਜਿਹੜੀ ਬਿਰਤੀ ਇਸ ਵੇਲੇ ਜਿਹੜੀ ਉਹਨਾਂ ਦੀ ਅਵਸਥਾ ਹੈ ਉਸ ਨੂੰ ਸਮਝਣ ਦੀ ਲੋੜ ਹੈ ਜਿਹੜੀ ਬਿਮਾਰੀ ਹੈ ਉਸ ਨੂੰ ਸਮਝਣ ਦੀ ਲੋੜ ਹੈ ਜੇ ਬਿਮਾਰੀ ਨੂੰ ਸਮਝਾਂਗੇ ਫੇਰ ਹੀ ਬਿਮਾਰੀ ਠੀਕ ਹੋਊਗੀ ਅਜਿਹਾ ਇਹਨਾਂ ਦਾ ਕਹਿਣਾ ਅੱਜ ਦਾ ਪੌਡਕਾਸਟ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹਾਂ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤਾਂ ਨੂੰ